मैं जी लुधियाने पढ़िया जी, ग्रेजुएशन की है बैचलर ऑफ आर्ट्स। बीए की है। हाँ जी। किस देश में रहते हो? देश के किस शहर है? मैं जी कनाडा रहना जी, हम टोरंटो। कनाडा किधर? ब्रम्पटन तो नहीं है? ब्रम्पटन ही है जी। ओ माय गॉड, ब्रम्पटन, मेरा गैस बिल्कुल सही निकलिया। मीता नाम का लड़का 28 साल की नौजवान गभरू उम्र का बैचलर करके आया, रह रहा ब्रम्पटन। ब्रम्पटन के हाल तुहानू पता ही है, पुछण की लोड़ ही नहीं है। ब्रम्पटन में तुसी कदों आए, सब किवें बणिया तुहाडा इत्थे आउण दा? तुसी शादी करा के आए जां फिर तुसी स्टडी बेस ते आए? मैं जी जिस वर्क परमिट ते आया सी जी, 3 साल पहले वर्क परमिट ते आए। हाँ जी। वर्क परमिट ते ਆਉਣ ਵਾਸਤੇ ਘਰਦਿਆਂ ਦਾ ਕਾਫੀ ਪੈਸਾ ਜਿਹੜਾ ਹੈ ਉਹ ਵੀ ਦਿੱਤਾ ਹੋਵੇਗਾ ਫਾਰ ਸ਼ੋਰ ਜੀ। ਕਿੰਨਾ ਖਰਚਾ ਆਇਆ ਤੁਹਾਡਾ ਇੱਥੇ ਆਉਣ ਲਈ? 32 ਲੱਖ। ਓ ਮਾਈ ਗੋਡ, 32 ਲੱਖ ਰੁਪਈਆ ਤੁਸੀਂ ਘਰਦਿਆਂ ਦਾ 32 ਲੱਖ ਖਰਚ ਕੇ ਘਰਦਿਆਂ ਨੂੰ ਝੋਲੀ ਵਿੱਚ ਕੁਛ ਪਾਇਆ ਜਾਂ ਨੁਕਸਾਨ ਹੀ ਕੀਤਾ? ਨੁਕਸਾਨ ਬਚ ਗਿਆ। ਕਿੰਨਾ ਨੁਕਸਾਨ ਕਰ ਲਿਆ? ਸਾਰਾ ਨੁਕਸਾਨ ਹੀ ਕੀਤਾ ਬਾਸੀ ਸਾਹਿਬ। ਆ ਜਿਹੜੀ ਸਵੀਟੀ ਆ ਇਹਨੇ ਲੁੱਟ ਕੇ ਖਾ ਗਈ। ਤਾਂ ਲੁੱਟਿਆ ਤੈਨੂੰ ਪੁੱਟਿਆ? ਸਾਰਾ ਕੁਛ ਜੀ, ਲੁੱਟਿਆ ਪੁੱਟਿਆ ਦੀ ਗੱਲ ਵੱਖਰੀ ਹੈ ਕਿ ਤੁਹਾਨੂੰ ਕੁੱਟਿਆ ਵੀ ਹੈ? ਧਮਕੀਆਂ ਦਿੰਦੇ ਸੀਗੇ ਜੀ। ਤੁਸੀਂ ਹੱਸ ਰਹੇ ਹੋ? ਧਮਕੀਆਂ ਦਿੰਦੇ ਸੀ ਬਾਸੀ ਸਾਹਿਬ ਇਹ ਤੇ ਇਹਦੀ ਮਾਂ। जिस पिंड जाना सी जवाई बन के, वो पिंड केड़ा है? लुधियाने च जां सत्कार करदे आ? और गुरुघरां तुसी इहो जे जो स्टोरी आउंदी आ प्लीज ना मेंशन करिया करो, मन दुखी हुंदा है। खैर असी की कर सकते कि तुसी फिर रायकोट, ये लड़की जिहड़ी आ स्वीटी रायकोट दी आ? हां जी बस जी। ते ये रहिंदी किथे सगी? ऑस्ट्रेलिया जी। ये ऑस्ट्रेलिया रहिंदी आ जी। तुसी रहिंदे हो ब्रम्पटन ते ऑस्ट्रेलिया, किन्नी दूरी है? और इन्नी दूरी ਕਿਹੜਾ ਐਸਾ ਦਰਖਤ ਜਿੱਥੇ ਤੁਸੀਂ ਪਿਆਰ ਦੀਆਂ ਪਿੰਗਾਂ ਪਾ ਲਈਆਂ? ਐਡਾ ਵੱਡਾ ਦਰਖਤ, ਕਿੰਨੇ ਦੇਸ਼ ਵਿਚਾਲੇ, ਕਿੰਨੇ ਕਿਲੋਮੀਟਰ ਦਾ ਫਾਸਲਾ, ਕਿੰਨੇ ਘੰਟੇ ਦੀ ਦੂਰੀ ਤੈਅ ਕੀਤੀ ਜਹਾਜ਼ ਨੇ? ਕਿੰਨੇ ਕਿਲੋਮੀਟਰ? 930-935 ਕਿਲੋਮੀਟਰ ਦੇ ਮੁਤਾਬਕ ਜਹਾਜ਼ ਜਿਹੜਾ ਹੈ ਉਹ ਤੇਜ਼ ਰਫਤਾਰ ਦੇ ਵਿੱਚ ਉੱਡਦਾ ਆ, ਉਡਾਨ ਲੈਂਦਾ ਆ, ਤਾਂ ਤੁਸੀਂ ਕਿੰਨੇ ਘੰਟੇ ਕਿਵੇਂ ਕਿਸ ਤਰ੍ਹਾਂ ਬ੍ਰਮਟਨ ਤੋਂ ਆਸਟ੍ਰੇਲੀਆ ਗਏ ਆਏ, ਪਿਆਰ ਦੀਆਂ ਪਿੰਗਾਂ ਪਾਈਆਂ? ਪਿੰਕ ਐਸੀ ਪਾਈ ਜਦ ਤੁਸੀਂ ਪਹਿਲਾਂ ਹਲਾਰਾ ਲਿਆ, ਹਲੂਣਾ ਲਿਆ, ਝੂਟਾ ਲਿਆ, ਤੇ ਉਹ ਦਰਖਤ ਤੇ ਪੱਟ ਹੋ ਗਿਆ? ਇਹ ਪਹਿਲੀ ਵਾਰੀ ਹਲੂਣੇ ਨਾਲ ਪੱਟ ਹੋ ਗਿਆ ਜਾਂ ਕੁਝ ਸਮਾਂ ਲੱਗਾ? ਨਹੀਂ ਬਾਸੀ ਸਾਹਿਬ, ਇਹ ਚੀਜ਼ ਪੱਟ ਤਾਂ ਹੋ ਰਹੀ ਸੀ ਪਿਛਲੇ 6 ਮਹੀਨਿਆਂ ਤੋਂ ਜੀ। ਤੇ ਮੈਂ ਬਸ ਬਾਸੀ ਸਾਹਿਬ ਉਦੋਂ ਤਾਂ ਪ੍ਰਪੇਅਰ ਨਹੀਂ ਸੀਗਾ, ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਮੇਰੇ ਹੱਥ 'ਚ ਨਹੀਂ ਸੀਗੀਆਂ ਉਸ ਟਾਈਮ। ਮੈਂ ਹਰ ਇੱਕ ਨਿੱਕਾ ਨਿੱਕਾ ਪਰੂਫ ਇਕੱਠਾ ਕਰਦਾ ਆ ਰਿਹਾ ਸੀ ਉਹ ਚੀਜ਼ਾਂ ਦੇ ਵੀ। ਕੱਲ ਨੂੰ ਜਦੋਂ ਮੈਨੂੰ ਕਮਿਊਨਿਟੀ ਦੇ ਵਿੱਚ ਕਿਤੇ ਵੀ ਜਵਾਬ ਦੇਣਾ ਪਿਆ ਤਾਂ ਮੈਂ ਉਹ ਸਾਰਾ ਕੁਛ ਸੱਚ ਸਾਬਤ ਕਰ ਸਕਾਂ, ਜੋ ਵੀ ਮੇਰੇ ਨਾਲ ਹੋਇਆ ਹੋਰ ਲੋਕਾਂ ਨਾਲ ਹੋਇਆ। ਬਹੁਤ ਵੱਡਾ ਝੋਲ ਆ ਬਾਸੀ ਸਾਹਿਬ ਇਹਦੇ 'ਚ, ਇਹ ਨਹੀਂ ਵੀ ਮੇਰੇ ਨਾਲ, ਹੋਰ ਵੀ ਬਹੁਤ ਲੋਕਾਂ ਨਾਲ ਇੱਥੇ ਬਹੁਤ ਕੁਛ ਹੋਇਆ ਵਾ। ਤਾਂ ਇਹ ਸਟੋਰੀ 'ਚ 2 ਕਰੈਕਟਰ ਹਨਾ, ਜਮਾਂ ਮੇਨ ਨੇਕੇ ਕੁੜੀ, ਦੂਰ ਚਲੇ ਜਾਣ। ਔਰ ਕੋਸ਼ਿਸ਼ ਕਰਨੀ ਕੋਈ ਐਸੇ ਸ਼ਬਦ ਦੀ ਵਰਤੋਂ ਨਾ ਕੀਤੀ ਜਾਵੇ ਜਿਸ ਦੇ ਨਾਲ
ਮੈਨੂੰ ਅਤੇ ਦੇਖਣ ਵਾਲੀਆਂ ਸਾਡੀਆਂ ਸਤਿਕਾਰਯੋਗ ਮਾਤਾਵਾਂ ਸਾਡੀਆਂ ਭੈਣਾਂ ਨੂੰ ਮਹਿਸੂਸ ਕਰਨਾ ਪਵੇ ਟੈਲੀਵਿਜ਼ਨ ਤੋਂ ਕੁਝ ਸਮਾਂ ਦੂਰ ਜਾਣ ਲਈ, ਕਿਉਂਕਿ ਪਰਿਵਾਰਾਂ ਦਾ ਸ਼ੋਅ ਹੈ ਅਤੇ ਠੀਕ ਹੈ ਕਿਸੇ ਹੱਦ ਤੱਕ ਲੋਕਾਂ ਦੇ ਦੁੱਖ ਸੁਣਦੇ ਸੁਣ ਸਕਦੇ ਕੁਛ ਗੱਲਾਂ, ਪਰ ਇੰਨੀਆਂ ਗੱਲਾਂ ਵੀ ਨਹੀਂ ਕਿ ਤੁਸੀਂ ਰਜਾਈ ਦੇ ਵਿੱਚ ਵੜ ਜਾਓ। ਅੱਛਾ, ਮੈਂ ਇਹ ਜਾਣਨਾ ਚਾਹੁੰਦਾ ਆਪਣੇ ਮੀਤਾ ਜੀ, ਤੁਸੀਂ ਕੈਨੇਡਾ ਦੇ ਵਿੱਚ ਕਿਹੜੇ ਸਾਲ 'ਚ ਆਏ? 2021 ਵਿੱਚ ਆਏ। ਤਾਂ ਤੁਹਾਡੀ ਸਵੀਟੀ 2018 ਚ ਆਸਟ੍ਰੇਲੀਆ ਚਲੇ ਗਈ ਸੀ। ਤੁਸੀਂ ਪੰਜਾਬ ਤੋਂ ਇੱਕ ਦੂਜੇ ਨੂੰ ਜਾਣਦੇ ਹੋ? ਹਾਂਜੀ, ਪੰਜਾਬ ਤੋਂ ਇੱਕ ਦੂਜੇ ਨੂੰ। ਇੱਕ ਸਕੂਲ ਕਾਲਜ ਪੜ੍ਹਦੇ ਸੀਗੇ? ਨਾ ਬਾਸੀ ਸਾਹਿਬ, ਇਦਾਂ ਦਾ ਕੁਛ ਨਹੀਂ ਸੀਗਾ ਜੀ। ਮਤਲਬ ਤੁਸੀਂ ਪੰਜਾਬ ਦੇ ਵਿੱਚ ਇੱਕ ਦੂਜੇ ਨੂੰ ਜਾਣਦੇ ਸੀਗੇ? ਕਾਲਜ ਸਕੂਲ ਇਕੱਠੇ ਜਾਂਦੇ ਸੀਗੇ? ਨਹੀਂ, ਕਾਲਜ ਸਕੂਲ ਇਕੱਠੇ ਆਉਂਦੇ ਨਹੀਂ ਸੀ, ਪਰ ਅਸੀਂ ਜਾਣਦੇ ਸੀਗੇ ਜੀ ਇੱਕ ਦੂਜੇ ਨੂੰ। ਜਿਹੜੀਆਂ ਚੀਜ਼ਾਂ ਮਤਲਬ ਚਲੋ ਕੁਛ ਚੀਜ਼ਾਂ ਹੋ ਜਾਂਦੀਆਂ ਹੁੰਦੀਆਂ ਨਾ, ਰਿਸ਼ਤੇ ਖਤਮ ਹੋ ਜਾਂਦੇ ਹੁੰਦੇ ਨੇ। ਚਲੋ ਮੇਰਾ ਵੀ ਖਤਮ ਹੋ ਜਾਂਦਾ, ਮੈਂ ਉਦਾਂ ਹੀ ਹਨਾ ਖਤਮ ਕਰ ਲੈਂਦਾ, ਪਰ ਗੱਲਾਂ ਹੀ ਕੁਛ ਮਤਲਬ ਹਨਾ ਐਂਡ ਤੱਕ ਜਦੋਂ ਤੁਸੀਂ ਸੁਣੋਗੇ ਮਤਲਬ ਭਾਈ ਭੈਣ ਦਾ ਰਿਸ਼ਤਾ ਇੱਥੇ ਤਾਰ ਤਾਰ ਹੋਇਆ ਹਨਾ, ਬਹੁਤ ਬਹੁਤ ਚੰਗੇ ਤਰੀਕੇ ਨਾਲ ਕੀਤਾ ਗਿਆ। ਅਸੀਂ ਨਾ ਜੀ ਇਹਦੇ ਭਾਈ ਨੂੰ ਕੈਂਸਰ ਸੀਗਾ ਤੇ ਉਹਦਾ ਟ੍ਰੀਟਮੈਂਟ ਚੱਲਦਾ ਸੀ DMC ਤੇ ਉੱਥੇ ਸਾਡੀ ਨਾ ਜਾਣ ਪਹਿਚਾਣ ਹੋਈ ਸੀ। ਤੇ ਜਿਵੇਂ ਮੈਂ ਗਿਆ ਸੀਗਾ ਨਾ ਕਿਸੇ ਲਈ ਮਤਲਬ ਹਨਾ ਕਿਸੇ ਦੇ ਮਤਲਬ ਰਹਿਣ ਗਿਆ ਸੀ ਉੱਥੇ, ਤੇ ਉੱਥੇ ਚਲੋ ਜਾਣ ਪਛਾਣ ਹੋ ਗਈ ਮੇਰੀ, ਉਹ ਮੁੰਡੇ ਨਾਲ ਜਾਣ ਪਹਿਚਾਣ ਹੋ ਗਈ ਤੇ ਇਹਦੀ ਮਾਤਾ ਨਾਲ ਜਾਣ ਪਹਿਚਾਣ ਹੋ ਗਈ। ਇਹ ਕੁੜੀ ਉੱਥੇ ਟੇਕ ਕੇਅਰ ਕਰਦੀ ਸੀਗੀ ਹਨਾ ਆਪਦੇ ਭਰਾ ਦੀ, ਆਉਂਦੀ ਸੀਗੀ ਹਨਾ, ਚਲੋ ਇਹਦੇ ਨਾਲ ਵੀ ਜਾਣ ਪਹਿਚਾਣ ਹੋ ਗਈ। ਤੇ ਜਾਣ ਪਹਿਚਾਣ ਹੋਈ ਸੀ ਬਾਕੀ ਸਾਹਿਬ, ਚਲੋ ਗੱਲ ਵੱਧਦੀ ਗਈ ਹਨਾ, ਚਲੋ ਮਤਲਬ ਇਗਨੋਰ ਮਤਲਬ ਆਪਾਂ ਇਹ ਨੀ ਵੀ ਕੋਈ ਰਿਸ਼ਤਾ ਬਣ ਗਿਆ ਉਦੋਂ, ਨਹੀਂ ਮਤਲਬ ਨੋਰਮਲ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਸਾਰਾ ਕੁਛ। ਫਿਰ ਬਾਸੀ ਸਾਹਿਬ ਇਹਦੀ ਮਾਤਾ ਨਾਲ ਗੱਲਾਂ ਬਾਤਾਂ ਹੋਣ ਲੱਗ ਗਈਆਂ, ਇਹਦੀ ਮਾਤਾ ਨੇ ਹਨਾ ਮਤਲਬ ਇਹਦੀ ਮਾਤਾ ਦੇ ਇਹ ਮਤਲਬ ਮੈਨੂੰ ਬਾਸੀ ਸਾਹਿਬ ਜੋ ਚੀਜ਼ਾਂ ਕਲੀਅਰ ਹੋਈਆਂ ਮੈਨੂੰ ਉਹ ਪਿਛਲੇ ਸਾਲ ਕਲੀਅਰ ਹੋਈਆਂ ਵੀ ਇਹ ਕੁੜੀ ਮੈਰਿਡ ਸੀਗੀ ਆਲਰੇਡੀ। ਇਹ ਜਿਹੜੀ ਤੁਹਾਡੀ ਸਵੀਟ ਸੀ ਇਹ ਸ਼ਾਦੀ ਸ਼ੁਦਾ ਸੀ ਪਹਿਲਾਂ? ਹਾਂਜੀ, ਇਹ ਸ਼ਾਦੀ ਸ਼ੁਦਾ ਸੀ। ਮੈਂ ਤੁਹਾਨੂੰ ਪਤਾ ਨੀ ਸੀਗਾ ਜੇ ਤੁਸੀਂ ਮਿਲੇ ਆ ਪਹਿਲਾਂ ਦੂਜੇ ਨੂੰ ਤੁਹਾਡੇ ਭਰਾ ਤੁਹਾਡੇ ਇੱਕ ਮਿੰਟ ਜੀ, ਇਹ ਤੁਹਾਡੇ ਜਿਹੜਾ ਵਾਈਫ ਦਾ ਵਾਈਫ ਬਣਨ ਵਾਲੀ ਦਾ ਭਰਾ ਹੁਣ ਦੱਸਣ ਜੀ ਮੇਰੀ ਸਿਸਟਰ ਮੈਰਿਡ ਆ? ਨਹੀਂ 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 ਨਹੀਂ, ਉਹ ਜਿਹੜੇ ਹਾਲਾਤਾਂ ਚ ਮਿਲਿਆ ਸੀ ਨਾ ਉਹਦੀ ਕੀਮੋਥੈਰੇਪੀ ਚੱਲਦੀ ਸੀ। ਓ ਆਈ ਸੀ, ਓਕੇ। ਹਾਂਜੀ, ਤੇ ਉਦੋਂ ਬਾਅਦ ਬਾਸੀ ਸਾਹਿਬ ਗੱਲਾਂ ਹੁੰਦੀਆਂ ਸੀਗੀਆਂ ਮਤਲਬ ਹਨਾ ਆਪਾਂ ਨੂੰ ਤਾਂ ਚਲੋ ਹੁਣ ਜੇ ਆਪਣੀ ਫੋਨ ਤੇ ਗੱਲ ਹੁੰਦੀ ਆ ਬਾਸੀ ਸਾਹਿਬ ਰਾਤ ਨੂੰ ਜੇ ਕੋਈ ਵੀ ਬੰਦਾ ਮੈਰਿਡ ਆ ਹਨਾ, ਉਹ ਕਿੰਨੀ ਕੁ ਰਾਤ ਤੱਕ ਸਾਰੀ ਸਾਰੀ ਰਾਤ ਫੋਨ ਤੇ ਗੱਲ ਨਹੀਂ ਕਰ ਸਕਦਾ ਹਨਾ, ਕਿਉਂਕਿ ਉਹਨੇ ਬੰਦੇ ਨੇ ਹਨਾ ਚਲੋ ਆਪਦੇ ਪਾਰਟਨਰ ਨਾਲ ਸੌਣਾ ਜਾਂ ਹਨਾ ਮਤਲਬ ਟਾਈਮ ਦੇਣਾ ਆਪਣੀ ਫੈਮਿਲੀ ਨੂੰ ਟਾਈਮ ਦੇਣਾ ਹਨਾ ਜੀ ਸਾਰਾ ਕੁਛ। ਤੇ ਚਲੋ ਗੱਲਾਂ ਹੁੰਦੀਆਂ ਸੀ, ਇਹਨਾਂ ਨੇ ਜਮਾ ਨੀ ਜਤਾਇਆ ਜੀ ਕੁਛ। ਚਲੋ ਆਪਾਂ ਉਦੋਂ ਕਿਸੇ ਇਹਦੇ ਚ ਹੈ ਵੀ ਨੀ ਸੀ, ਆਪਾਂ ਐਜ਼ ਹੀ ਇੱਕ ਵਧੀਆ ਚਲੋ ਆਪਾਂ ਸ਼ਾਰਟ ਕਰਨ ਬਾਅਦ ਲੰਬੀ ਸਟੋਰੀ ਲਈ ਜਾਵਾਂਗੇ, ਆਪਾਂ ਸ਼ਾਰਟ ਰੱਖਣੀ ਸਟੋਰੀ ਕਿਉਂਕਿ ਰੇਡੀਓ ਟਾਈਮ ਬਹੁਤ ਘੱਟ ਟਾਈਮ ਹੈ, ਆਪਾਂ 3 ਘੰਟੇ ਆ। ਤੁਹਾਡੀ ਜਾਣ ਪਛਾਣ ਹੋਈ ਔਰ ਤੁਹਾਡਾ ਜਿਹੜਾ ਸਵੀਟੀ ਦਾ ਬ੍ਰਦਰ ਸੀਗਾ ਉਹ ਕੈਂਸਰ ਦਾ ਮਰੀਜ਼ ਸੀ, ਸੋ ਹੋਸਪਿਟਲ ਵਿੱਚ ਐਡਮਿਟ ਸੀਗਾ, ਤੁਸੀਂ ਬਹੁਤ ਕੁਛ ਪੁੱਛ ਨਹੀਂ ਸਕੇ, ਤੇ ਤੁਸੀਂ ਫਿਰ ਆਪਸ ਵਿੱਚ ਹੀ ਇੱਕ ਦੂਜੇ ਨੂੰ ਮਿਲਣ ਲੱਗ ਪਏ ਡਿਊਰਿੰਗ ਜਦੋਂ ਟ੍ਰੀਟਮੈਂਟ ਚੱਲ ਰਹੀ ਸੀ ਆਪਣੇ ਉਸ ਲੜਕੀ ਦੀ। ਲੜਕੇ ਦਾ ਨਾਮ ਕੀ ਹੈ? ਉਹਦਾ ਅਰਵਿੰਦਰ ਸਿੰਘ ਖੰਗੂੜਾ, ਉਹਨੂੰ ਉਦਾਂ ਪ੍ਰਿੰਸ ਕਹਿੰਦੇ ਆ ਜੀ, ਛੋਟਾ ਨਾਮ ਉਹਦਾ ਪ੍ਰਿੰਸ ਆ। ਛੋਟਾ ਪ੍ਰਿੰਸ ਰਹਿੰਦਾ ਕਿੱਥੇ ਆ ਬੇਟਾ? ਕਿੰਨੀਆਂ ਨੇ? ਕੋਈ ਵੀ ਨੀ ਜੀ, ਇਕੱਲੀ ਆ। ਇਹਦੇ ਮਾਤਾ ਪਿਤਾ? ਮਾਤਾ ਇਹਦੀ ਜੀ ਹੈਗੀ ਆ, ਇਹਦਾ ਪਿਤਾ ਉਹ ਵੀ ਨੀ ਇਹਨਾਂ ਦੇ ਨਾਲ ਰਹਿੰਦਾ, ਉਹ ਮੈਨੂੰ ਪਤਾ ਨੀ ਵੀ ਇਹਨਾਂ ਦੇ ਕੀ ਪਰਸਨਲ ਰੀਜ਼ਨ ਹੋਏ ਨੇ। ਜਦੋਂ ਮੁੰਡੇ ਦੀ ਡੈਥ ਹੋ ਗਈ ਸੀਗੀ ਉਹ ਛੱਡ ਕੇ ਫਿਰ ਇੰਡੀਆ, ਆਈ ਥਿੰਕ ਸੋ ਦੁਬਈ ਚਲੇ ਗਿਆ ਸੀਗਾ, ਮੁੜ ਕੇ ਆਇਆ ਨੀ, ਉਹ ਵਰਤਦਾ ਨੀ, ਬਹੁਤ ਘੱਟ ਵਰਤਦਾ ਇਹਨਾਂ ਨਾਲ, ਸ਼ਾਇਦ ਕੁਛ ਹੋਰ ਵੀ ਝੋਲ ਆ ਇਹਨਾਂ ਦੀ ਫੈਮਿਲੀ ਚ, ਉਹਦੇ ਬਾਰੇ ਮੈਨੂੰ ਚੰਗੀ ਤਰ੍ਹਾਂ ਪਤਾ ਨੀ। ਫਿਰ ਕੀ ਹੋਇਆ? ਹਾਂਜੀ, ਉਸ ਤੋਂ ਬਾਅਦ ਫਿਰ ਕੀ ਹੋਇਆ? ਤੁਸੀਂ ਕਿਵੇਂ ਜਾਣ ਲੱਗੇ ਫਿਰ ਉਸ ਤੋਂ ਬਾਅਦ ਕਿਵੇਂ ਵਧੇ?
ਬਾਕੀ ਸਾਹਿਬ ਚਲੋ ਇਹ ਆਸਟ੍ਰੇਲੀਆ ਚਲੇ ਗਈ ਤੇ ਆਪਾਂ ਨਾ ਜੀ ਚਲੋ ਮੈਂ ਤਾਂ ਇੰਡੀਆ ਹੀ ਸੀਗਾ ਹਨਾ ਆਪਾਂ ਹਰ ਇੱਕ ਚੀਜ਼ ਕਰਦੇ ਕੁਰਦੇ ਸੀਗੇ ਨਾ ਚਲੋ ਇੱਕ ਮਤਲਬ ਵੀ ਨੋਰਮਲੀ ਹਨਾ ਵੀ ਕੁਛ ਉਦੋਂ ਤੱਕ ਕੁਛ ਵੀ ਗਲਤ ਕੁਛ ਨੀ ਸੀਗਾ ਹਨਾ ਕੁਛ ਵੀ ਗਲਤ ਨੀ ਸੀਗਾ ਹਨਾ ਤੇ ਸਾਰਾ ਕੁਛ ਵਧੀਆ ਚੱਲਦਾ ਗਿਆ ਬਹੁਤ ਵਧੀਆ 2020 ਦੇ ਭਰਾ ਦੀ ਡੈਥ ਹੋ ਜਾਂਦੀ ਆ ਹਨਾ ਜੀ ਉਦੋਂ ਵੀ ਚਲੋ ਹਨਾ ਉਦੋਂ ਬਾਅਦ ਫਿਰ ਇਹ ਉਦੋਂ ਲੋਕਡਾਊਨ ਚ ਆਸਟ੍ਰੇਲੀਆ ਫਸ ਗਈ ਇਹਤੋਂ ਆ ਨੀ ਹੋਇਆ ਹਨਾ ਤੇ ਉਦੋਂ ਵੀ ਚਲੋ ਹਨਾ ਆਪਾਂ ਚਲੋ ਸਾਰਾ ਕੁਛ ਹੀ ਕੀਤਾ ਹਨਾ ਮਤਲਬ ਜੋ ਵੀ ਚੀਜ਼ਾਂ ਹਨਾ ਜੋ ਵੀ ਮਤਲਬ ਮੈਂ ਪਰ ਮਤਲਬ ਮੈਨੂੰ ਇਹਨੇ ਜਾਣ ਨੀ ਸੀ ਦਿੱਤਾ ਹਨਾ ਮੈਨੂੰ ਪਤਾ ਮਤਲਬ ਮੇਰੇ ਵੀ ਕੁਛ ਰੁਝੇਵੇਂ ਸੀਗੇ ਮੈਂ ਹੋਸਪਿਟਲ ਜ਼ਰੂਰ ਗਿਆ ਸੀ ਡੀਪ ਹੋਸਪਿਟਲ ਲੁਧਿਆਣੇ ਜਦੋਂ ਉਹਦੀ ਮੁੰਡੇ ਦੀ ਡੈਥ ਹੁੰਦੀ ਆ ਤੇ ਉਦੋਂ ਪਹਿਲਾਂ ਜਦੋਂ ਬਲੱਡ ਬਲੁੱਡ ਵੀ ਦਿੱਤਾ ਉਹਦੀ ਥੈਰੇਪੀ ਚੱਲੀ ਉਹ ਟਾਈਮ ਵਿੱਚ 4-5 ਮਹੀਨੇ ਹੋਸਪਿਟਲਾਈਜ਼ ਅੱਛਾ ਐਨੀਵੇ ਇਹ ਬਹੁਤ ਲੰਬੀ ਸਟੋਰੀ ਪਲੀਜ਼ ਕੱਟ ਆਊਟ ਕਰੋ ਤੁਸੀਂ ਇਹਦੇ ਵਿੱਚ ਪੈਸੇ ਤੁਹਾਡੇ ਇਨਵੋਲਵ ਜਿਹੜੇ ਆ ਤੁਸੀਂ ਕਿੰਨੇ ਕਿਹਾ ਕਿ ਤੁਹਾਡੇ ਕਿੰਨੇ ਮੈਂ ਕਹਿੰਦਾ 32 ਲੱਖ ਰੁਪਈਆ ਇੱਕ ਮਿੰਟ 32 ਲੱਖ ਰੁਪਈਆ ਇਨਵੋਲਵ ਕਿਵੇਂ ਹੋਇਆ ਤੇ ਬਾਸੀ ਸਾਹਿਬ ਆਹ ਤੁਸੀਂ ਦੇਖ ਲਓ 2-3 ਮਹੀਨੇ ਦੀਆਂ ਟ੍ਰਾਂਜੈਕਸ਼ਨਾਂ ਹੀ ਨੇ ਮੈਂ ਜਿਹੜੀਆਂ ਤੁਹਾਨੂੰ ਭੇਜ ਚੁੱਕਿਆ ਵਾ ਮੈਂ ਤੁਹਾਡੇ ਵਟਸਐਪ ਨੰਬਰ ਤੇ ਭੇਜੀਆਂ ਨੇ ਨਹੀਂ ਨਹੀਂ 32 ਲੱਖ ਰੁਪਈਆ ਤੁਸੀਂ ਕਾਹਦੇ ਵਾਸਤੇ ਦਿੱਤਾ ਲੜਕੀ ਨੂੰ ਬਾਸੀ ਸਾਹਿਬ ਐਵੇਂ ਟੁੱਟਵੇਂ ਪੈਸੇ ਆ ਜਦੋਂ ਉਹਨੇ ਸਿਡਨੀ ਘਰ ਲਿੱਤਾ ਉਦੋਂ ਪੈਸੇ ਦਿੱਤੇ ਉਹਨੇ ਫਰਨੀਚਰ ਲਿੱਤਾ ਉਦੋਂ ਦਿੱਤੇ ਪੈਸੇ ਫਿਰ ਜਦੋਂ ਇਹ ਪਰਤ ਮੂਵ ਹੋ ਗਈ ਕੁੜੀ ਉਦੋਂ ਇਹਨੇ ਗੱਡੀ ਲਿੱਤੀ ਉਦੋਂ ਪੈਸੇ ਫਿਰ ਇਹਨੇ ਘਰ ਲਿੱਤਾ ਉੱਥੇ ਪਰਥ ਦੇ ਵਿੱਚ ਹਨਾ ਜੀ ਉਦੋਂ ਤੇ ਇਹਨੇ ਜਿਹੜਾ ਫਰਨੀਚਰ ਵਗੈਰਾ ਉਹ ਬਾਕੀ ਜਿਹੜੇ ਹੋਰ ਚਲੋ ਆਪਾਂ ਗਿਫਟ ਗੁਫਟ ਦਿੰਦੇ ਹਾਂ ਉਹ ਤਾਂ ਚਲੋ ਛੱਡੋ ਤਾਂ ਕੋਈ ਅਮਾਊਂਟ ਹੀ ਨੀ ਹੈਗੀ ਉਹਨਾਂ ਦੀ ਜਿਹੜੇ ਮਤਲਬ ਆਪਦੇ ਕਾਰਡ ਤੋਂ ਕਦੇ ਐਪਲ ਵਾਚ ਭੇਜਤੀ ਕਦੇ ਏਅਰਪੋਰਟ ਚਲੇ ਗਏ ਕਦੇ ਫਲਾਣਾ ਕੁਛ ਵੀ ਉਹ ਚੀਜ਼ਾਂ ਦੀ ਕੋਈ ਗਿਣਤੀ ਨੀ ਹੈਗੀ ਉਹ ਅੱਡ ਨੇ ਮਤਲਬ ਮੋਟੀਆਂ ਮੋਟੀਆਂ ਚੀਜ਼ਾਂ ਜਦੋਂ ਇਹਨੇ ਪਰਸ ਵੀ ਗੱਡੀ ਲਿੱਤੀ ਉਹ ਵੀ ਜਿਹੜਾ ਇਹਨੇ ਘਰ ਲਿੱਤਾ ਉੱਥੇ ਲੀਜ਼ ਤੇ ਉਹਦੇ ਲਈ ਵੀ ਪੈਸੇ ਜਿਹੜਾ ਇਹਨੇ ਉੱਥੇ ਫਰਨੀਚਰ ਵੀ ਲਿੱਤਾ ਉਹ ਵੀ ਉਹਦੇ ਲਈ ਵੀ ਪੈਸੇ ਤੇ ਮੁੜ ਕੇ ਇਹਨੇ ਇੱਕ ਨਾ ਫੀਸ ਭਰਨੀ ਸੀਗੀ ਹਨਾ ਉਹਦੇ ਲਈ ਵੀ ਪੈਸੇ ਭੇਜੇ ਇਹਨੇ ਤੇ ਉਹ ਮੇਰੇ ਕੋਲ ਚੈਟਾਂ ਵੀ ਨੇ ਨਾ ਸਾਰਾ ਕੁਛ ਤੇ ਇਹ ਕੁੜੀ ਆਸਟ੍ਰੇਲੀਆ ਵਿੱਚ ਪੀਆਰਸੀ ਨਹੀਂ ਨਹੀਂ ਜੀ ਇਹ ਰਾਈਟ ਨੋ ਵਰਕ ਵੀ ਜੇ ਤੇ ਜੀ ਵਰਕ ਵੀਜ਼ੇ ਸੀ ਤੇ ਤੁਹਾਡੀ ਅੱਖ ਸੀ ਕਿ ਵਰਕ ਵੀਜ਼ੇ ਤੇ ਹੈ ਤੇ ਇਹਨੇ ਕਹਿਤਾ ਕਿ ਜਦੋਂ ਪੱਕੀ ਹੋਵੇਗੀ ਤੇ ਤੁਹਾਨੂੰ ਮੈਂ ਪੱਕੇ ਤੌਰ ਤੇ ਸਪਾਂਸਰ ਕਰਕੇ ਤੁਹਾਨੂੰ ਮੰਗਾ ਲਾਂਗੀ ਆਸਟ੍ਰੇਲੀਆ ਵਿੱਚ ਤੁਹਾਡੀ ਡੀਲ ਬਣ ਗਈ ਬਾਸੀ ਸਾਹਿਬ ਡੀਲ ਕੋਈ ਨਹੀਂ ਸੀਗੀ ਆਸਟ੍ਰੇਲੀਆ ਦੀ ਵੈਸੇ ਇਹ ਗੱਲ ਹੋਈ ਸੀਗੀ ਵੀ ਮੈਂ ਸਾਰਾ ਕੁਛ ਛੱਡ ਛਡਾ ਕੇ ਚਲੇ ਜਾਊਂ ਪਰ ਇੱਦਾਂ ਦੀ ਕੋਈ ਡੀਲ ਨਹੀਂ ਸੀ ਵੀ ਜਦੋਂ ਇਹ ਪੱਕੀ ਹੋ ਜੂਗੀ ਵੀ ਮੈਂ ਉੱਥੇ ਚਲੇ ਜਾਊਂਗਾ ਇੱਦਾਂ ਦਾ ਕੁਛ ਨਹੀਂ ਮੇਰਾ ਬਹੁਤ ਵਧੀਆ ਰੋਟੀ ਪਾਣੀ ਇੱਥੇ ਬਹੁਤ ਬਾਬੇ ਦਾ ਸ਼ੁਕਰ ਹੈ ਇੱਥੇ ਸਾਰਾ ਕੁਛ ਵਧੀਆ ਚੱਲਦਾ ਜੀ ਨਹੀਂ ਪਰ ਜੇ ਨਹੀਂ ਸੀ ਤੁਹਾਡਾ ਕੋਈ ਰਿਸ਼ਤਾ ਨਹੀਂ ਸੀ ਨਾਤਾ ਨਹੀਂ ਸੀ ਤੁਸੀਂ ਇੰਨੇ ਲੱਖ ਰੁਪਏ ਕਿਉਂ ਦਿੱਤੇ ਕੁੜੀ ਨੂੰ ਬਾਸੀ ਸਾਹਿਬ ਰਿਸ਼ਤਾ ਤਾਂ ਬਣ ਹੀ ਗਿਆ ਸੀ ਉਦੋਂ ਤੱਕ ਹਨਾ ਮਤਲਬ ਪਰ ਮਤਲਬ ਵੀ ਇਹ ਕਹਿੰਦੀ ਸੀਗੀ ਮੇਰੇ ਕੋਲ ਆ ਜਾ ਹਨਾ ਤੇ ਮਤਲਬ ਇੱਦਾਂ ਸੀ ਪਰ ਮਤਲਬ ਇਹ ਨਹੀਂ ਸੀ ਵੀ ਪੀਆਰ ਹੋ ਕੇ ਉਹ ਚਾਹੇ ਵਰਕ ਤੇ ਸੀ ਤਾਂ ਵੀ ਜਾਣ ਲਈ ਮੈਂ ਰੈਡੀ ਸੀਗਾ ਪਰ ਮੈਨੂੰ 6 ਮਹੀਨਿਆਂ ਤੋਂ ਮੈਂ ਨਾ ਇਹਨੂੰ ਫੋਲੋ ਕਰੀ ਜਾਂਦਾ ਸੀ ਇਹਦੀਆਂ ਸਾਰੀਆਂ ਚੀਜ਼ਾਂ ਦੇਖੀ ਜਾਂਦਾ ਸੀ ਵੀ ਇਹ ਹੋਰਾਂ ਮੁੰਡਿਆਂ ਨਾਲ ਗੱਲਾਂ ਬਾਤਾਂ ਕਰਦੀ ਆ ਹਨਾ ਜੀ ਤੇ ਤੁਹਾਨੂੰ ਦੱਸਦਾ ਬਾਸੀ ਸਾਹਿਬ ਚਲੋ ਸਾਰਾ ਕੁਛ ਬਹੁਤ ਚੰਗਾ ਭਲਾ ਹੁੰਦਾ ਗਿਆ ਹਨਾ ਮੈਨੂੰ ਨਾ ਜੀ ਲਾਸਟ ਈਅਰ ਆ ਕੇ ਜਦੋਂ ਇਹਦੀ ਮਾਤਾ ਆਈ ਆਸਟ੍ਰੇਲੀਆ ਮੈਨੂੰ ਉਦੋਂ ਪਤਾ ਲੱਗਿਆ ਵੀ ਇਹਦਾ 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 ਰਿਸ਼ਤਾ ਹੋਇਆ ਹੋਇਆ ਸੀ ਇਹਦਾ ਵਿਆਹ ਹੋਇਆ ਸੀ ਕਹਿੰਦੀ ਮੇਰੀ ਸੈਪਰੇਸ਼ਨ ਪੈ ਗਈ ਮੇਰਾ ਉਦੋਂ ਨਾ ਜੀ ਮਨ ਖੱਟ ਗਿਆ ਮਤਲਬ ਮੈਂ ਉਦੋਂ ਮੈਂ ਕਿਹਾ ਯਾਰ ਫੱਕ ਇਹ ਯਾਰ ਕਿੱਦਾਂ ਹਨਾ ਵੀ ਚੀਜ਼ ਹਨਾ ਵੀ ਬਹੁਤ ਵੱਡੀ ਗੱਲ ਆ ਨਾ ਵੀ ਇਹ ਚੀਜ਼ ਹਨਾ ਵੀ ਇਹ ਕਿੱਦਾਂ ਕਹਿੰਦੀ ਨਹੀਂ ਮੇਰੀ ਸੈਪਰੇਸ਼ਨ ਪਈ ਸੀ ਇੱਦਾਂ ਦਾ ਕੁਛ ਨਹੀਂ ਹੈਗਾ ਮੈਂ ਕਿਹਾ ਓਕੇ ਉਹ ਤੋਂ ਬਾਅਦ ਬਾਸੀ ਸਾਹਿਬ ਫਿਰ ਮੈਂ ਸਾਰੀਆਂ ਚੀਜ਼ਾਂ ਇਕੱਠੀਆਂ ਕਰਨ ਲੱਗ ਗਿਆ ਤੇ ਮੈਂ ਮੂੰਹੋਂ ਕਢਾਉਣ ਲੱਗ ਗਿਆ ਸਾਰੀਆਂ ਚੀਜ਼ਾਂ ਵੀ ਕਿੱਦਾਂ ਕਿਵੇਂ ਸਾਰਾ ਕੁਛ ਕੀ ਫਿਰ ਇਹ ਮੈਨੂੰ ਹੌਲੀ ਹੌਲੀ ਸੱਚ ਦੱਸਦੀ ਗਈ ਵੀ ਮੇਰੇ ਹਸਬੈਂਡ ਨੇ ਕੈਨੇਡਾ ਦਾ ਵੀਜ਼ਾ ਫਾਈਲ ਕੀਤਾ ਉਹਨੇ ਉੱਥੇ ਫੇਕ ਫੰਡਸ ਲਾਏ ਸੀਗੇ ਮੈਂ ਉਹਦੇ ਫੰਡਸ ਵਾਲੀ ਚੱਕ ਕੇ ਮਤਲਬ ਆਪਦੀ ਨਣਦ ਦੀ ਆਈ ਡੀ ਬਣਾ ਕੇ ਮੈਂ ਕੈਨੇਡਾ ਹਾਈ ਕਮਿਸ਼ਨ ਨੂੰ ਈਮੇਲ ਕਰਤੀ ਵੀ ਇਹਨੇ ਫੇਕ ਫੰਡ ਲਾਏ ਨੇ ਇਹਨੂੰ ਵੀਜ਼ਾ ਨਾ ਦਿੱਤਾ ਜਾਵੇ ਕਿਉਂਕਿ ਮੇਰੇ ਕੋਲ ਬਾਸੀ ਸਾਹਿਬ ਕੁਛ ਨਹੀਂ ਸੀ ਮੈਂ ਇਹਨੂੰ ਮਨਾਉਣ ਲੱਗ ਗਿਆ ਮਤਲਬ ਮੈਂ ਫਿਰ ਇਹਦੇ ਲੈਵਲ ਤੇ ਆ ਗਿਆ ਹਨਾ ਮੈਂ ਇਹਦੇ ਮੂੰਹੋਂ ਸਾਰੇ ਸੱਚ ਸੁਣਨ ਲੱਗ ਗਿਆ ਹਨਾ ਕਿਵੇਂ ਆ ਕਿੱਦਾਂ ਵਾ ਹਨਾ ਸਾਰੀਆਂ ਚੀਜ਼ਾਂ ਮਤਲਬ ਸਾਰਾ ਕੁਛ ਫਿਰ ਇਹਦੇ ਹਸਬੈਂਡ ਦਾ ਆਸਟ੍ਰੇਲੀਆ ਦਾ ਇਹਨੇ ਵੀਜ਼ਾ ਲਗਾਇਆ ਕਿਤੇ 2020 ਦੇ ਵਿੱਚ ਹੀ ਉਹ ਵੀਜ਼ਾ ਲੱਗ ਗਿਆ ਉਹ ਹਸਬੈਂਡ ਨੇ ਨਹੀਂ ਲਵਾਇਆ ਸੱਚ ਇਹਦੇ ਹਸਬੈਂਡ ਨੇ ਲਵਾਇਆ ਫਾਈਲਿੰਗ ਕਿਤੋਂ ਕਰਾ ਕੇ ਉਹਦਾ ਵੀਜ਼ਾ ਲੱਗ ਗਿਆ ਤੇ ਇਹਨੇ ਕੀ ਕੀਤਾ ਜੀ ਇਹਨੇ ਉਹ ਵੀ ਵੀਜ਼ਾ ਕੈਂਸਲ ਕਰਾਤਾ ਹਾਈ ਕਮਿਸ਼ਨ ਨੂੰ ਆਸਟ੍ਰੇਲੀਆ ਮੇਲ ਕਰਕੇ ਸਾਰਾ ਕੁਛ ਦੱਸ ਕੇ ਮੈਨੂੰ ਨਹੀਂ ਪਤਾ ਵੀ ਇਹਨੇ ਕੀ ਦੱਸਿਆ ਪਰ ਕਹਿੰਦੀ ਮੈਂ ਉਹ ਵੀ ਹਾਈ ਕਮਿਸ਼ਨ ਨੂੰ ਮੇਲ ਕਰਕੇ ਉਹਦਾ ਮੈਂ ਵੀਜ਼ਾ ਕੈਂਸਲ ਕਰਾਤਾ ਮੁੜ ਕੇ ਜੀ ਜਦੋਂ ਇਹਦੇ ਆਈ ਇਹਦੇ ਮਤਲਬ ਇਹਨੇ ਫਿਰ 2022 ਚ ਮੈਂ ਫਿਰ ਇਹ ਤੋਂ ਵੀਜ਼ਾ ਲੈ ਲਿਆ ਹੁਣ ਮੈਂ ਉਹ ਵੀਜ਼ਾ ਮਤਲਬ ਮੇਰੇ ਕੋਲ ਆ ਹਨਾ ਕਿਉਂਕਿ ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੈ ਨਹੀਂ ਸੀਗੀਆਂ ਨਾ ਤਾਂ ਇਹਨੇ ਆਪਦੇ ਸਹੁਰੇ ਦਿੱਤਾ ਉਹ ਵੀਜ਼ਾ
ਕੱਲ ਮੈਂ ਗੱਲ ਕੀਤੀ ਉਹਨਾਂ ਨਾਲ ਹਨਾ, ਉਹ ਕਹਿੰਦੇ ਅਸੀਂ ਇਹ ਚੀਜ਼ ਦੇ ਵਿੱਚ ਨਹੀਂ ਆਉਣਾ ਹਨਾ ਜੀ, ਤੇ ਮੈਂ ਫਿਰ ਉਹ ਸਾਰੀਆਂ ਗੱਲਾਂ ਮੈਂ ਨਾ ਵੀਜ਼ਾ ਵੀ ਆਪਦੇ ਕੋਲ ਲੈ ਲਿਆ ਹਨਾ, ਸਾਰੇ ਮੈਂ ਪ੍ਰੂਫ ਇਕੱਠੇ ਕਰਦਾ ਗਿਆ ਕਰਦਾ ਗਿਆ ਬਾਕੀ ਦਾ ਹਨਾ। ਫਿਰ ਇਹਦੀ ਨਾ ਮਾਂ ਆਈ ਜਦੋਂ ਇਹ ਰਹਿੰਦੀ ਸੀਗੀ ਪਰਥ ਕਿਸੇ ਦੇ ਘਰੇ, ਇਹਦੀ ਮਾਂ ਆਈ ਪਹਿਲਾਂ ਤੇ ਉਦੋਂ ਗੱਲਾਂ ਬਾਤਾਂ ਹੋਣ ਲੱਗੀਆਂ। ਕਹਿੰਦੀ ਵੀ ਕਹਿੰਦੀ ਵੀ ਨਾ ਵੀ ਮਾਤਾ ਇੱਕਣ ਕਰਕੇ ਇਕੱਲੀ ਆ ਵੀ ਹਨਾ, ਜਵਾਕ ਇੱਦਾਂ ਕਰਕੇ ਨਾ ਵੀ ਕੋਈ ਅਡੋਪਟ ਕਰਨਾ ਇੱਦਾਂ ਕਰਕੇ ਵੀ ਮੇਰੀ ਤਾਂ ਸੈਪਰੇਸ਼ਨ ਆ ਹਨਾ ਵੀ ਹੁਣ ਸਾਰਾ ਕੁਛ ਇੱਕਣ। ਮੈਂ ਕਿਹਾ ਚਲੋ ਠੀਕ ਆ ਹਨਾ, ਕੋਈ ਨੀ ਚਲੋ। ਬਾਕੀ ਦਾ ਉਹ ਇੰਡੀਆ ਮੁੜ ਗਈ ਆ ਇਹਦੀ ਮਾਤਾ ਹਨਾ, ਤੇ ਮੈਂ ਤਾਂ ਉਦੋਂ ਪਹਿਲਾਂ ਹਨਾ ਮਤਲਬ ਗੱਲਾਂ ਬਾਤਾਂ ਜਿਹਨੇ ਮੈਨੂੰ ਦੱਸੀ ਦਿੱਤਾ ਸੀਗਾ ਵੀ ਮੇਰਾ ਇੱਕਣ ਕਰਕੇ ਇੱਕਣ ਸੀ। ਦੋ ਡੇਢ ਕੁ ਮਹੀਨੇ ਬਾਅਦ ਕਹਿੰਦੀ ਵੀ ਵੀ ਇਹਨੂੰ ਮੈਂ ਵੀਜ਼ਾ ਲਵਾ ਰਹੀ ਹਾਂ ਵੀ ਜਵਾਕ ਨੂੰ ਲੈ ਕੇ ਨਾ ਮੇਰੀ ਮਾਤਾ ਆ ਰਹੀ ਆ। ਮੈਂ ਕਿਹਾ ਓਕੇ ਠੀਕ ਆ ਚਲੋ ਜੀ। ਇਹਨੇ ਕਹਿੰਦੀ ਮੈਂ ਘਰ ਲੈਣਾ ਵਾ, ਇਹਨੇ ਘਰ ਲੈ ਲਿਆ ਜੀ ਬੈਂਕਸੀਆ ਗਰੋਵ ਪਾਰਥ ਚ, ਤੇ ਉਹ ਘਰ ਜੀ ਇਹਨੂੰ ਦਵਾਇਆ ਤੇ ਮੁੜ ਕੇ ਇਹਦੀ ਮਾਤਾ ਆ ਗਈ ਜੀ, ਉਹ ਜਵਾਕ ਆ ਗਿਆ ਇਹਨਾਂ ਦਾ ਜੀ ਚੰਗਾ ਚੱਲਿਆ। ਉਹ ਜਵਾਕ ਵੀ ਇਹਦਾ ਹੀ ਸੀਗਾ, ਇਹ ਛੱਡ ਕੇ ਆਈ ਹੋਈ ਸੀ ਸਾਰਾ ਕੁਛ ਉੱਥੋਂ 2018 ਤੋਂ, ਇਹਦਾ ਕੋਈ ਕੰਟੈਕਟ ਨਹੀਂ ਸੀਗਾ ਆਪਦੇ। ਸ਼ਾਦੀ ਸ਼ੁਦਾ ਸੀ ਜਦੋਂ ਤੁਹਾਨੂੰ ਮਿਲਣ ਲੱਗੀ ਤਾਂ ਦੱਸਿਆ ਨੀ ਕਿ ਮੈਂ ਸ਼ਾਦੀ ਸ਼ੁਦਾ? ਹਾਂਜੀ ਇਹਨੇ ਦੱਸਿਆ ਨੀ। ਹਾਂਜੀ ਹਾਂ ਓਕੇ। ਸੋ ਇਹ ਸ਼ਾਦੀ ਕਦੋਂ ਹੋਈ ਸੀ ਮੁੰਡੇ ਨਾਲ? 2013 ਚ ਜੀ। 13 ਚ ਹੋਈ ਸੀ ਸ਼ਾਦੀ ਦੀ? ਕੋਈ ਤਸਵੀਰਾਂ ਤੁਹਾਡੇ ਪਾਸ, ਕੋਈ ਪ੍ਰੂਫ ਹੈ? ਮੈਂ ਬਾਕੀ ਸਾਹਿਬ ਰਾਈਟ ਨਾਉ ਮੇਰੇ ਕੋਲ ਨਹੀਂ ਹੈਗੀਆਂ, ਪਰ ਮੈਂ ਤੁਹਾਨੂੰ ਅਵੇਲੇਬਲ ਕਰ ਦੂੰਗਾ, ਉਹ ਵੀ ਤੁਹਾਨੂੰ ਮੈਂ ਭੇਜ ਦੂੰਗਾ ਵਟਸਐਪ ਤੇ, ਕਿਉਂਕਿ ਮੇਰੇ ਕੋਲ ਦੂਜੇ ਫੋਨ ਚ ਹੋਣਾ ਮੇਰੇ ਕੋਲ। ਲੜਕੀ ਦਾ ਜਿਹੜਾ ਲੜਕੀ ਦਾ ਜਿੱਥੇ ਸ਼ਾਦੀ ਹੋਈ ਆ ਉਹ ਲੜਕਾ ਨਾਂ ਰਵਿੰਦਰ ਹੈ, ਤੇਰਾ ਪਿੰਡ ਕਿਹੜਾ ਆ? ਉਹ ਇਹਦਾ ਭਰਾ ਜੀ ਰਵਿੰਦਰ, ਤੇ ਉਹ ਮੁੰਡੇ ਦਾ ਨਾਮ ਸੀਗਾ ਹਰਪ੍ਰੀਤ ਸੇਖੋਂ, ਉਹਦਾ ਨਾਮ ਹੈ ਉਹ ਮੁੱਲਾਪੁਰ ਦਾਖਾਂ ਤੋਂ ਜੀ, ਡਾਂਗਪੁਰ ਰੋਡ ਤੇ ਘਰ ਆ। ਇੱਕ ਮਿੰਟ, ਹਰਪ੍ਰੀਤ ਸੇਖੋਂ ਨੇ ਇਹਦਾ ਵਿਆਹ ਕਰਾਇਆ ਸੀ? ਹਾਂਜੀ ਉਹ ਵੀ ਤੁਹਾਨੂੰ ਦੱਸ ਦਿੰਦਾ, ਉਹਦਾ ਬੱਚਾ ਵੀ ਹੈ ਕੋਈ? ਡੈਥ ਹੋ ਗਈ। ਹਾਂਜੀ ਹਾਂਜੀ ਬੱਚਾ ਉਹਦੀ ਡੈਥ ਹੋ ਗਈ ਦਸੰਬਰ ਚ ਜੀ, ਜੋ ਸਾਰੀ ਗੱਲ ਹੋਈ ਆ ਤੁਹਾਨੂੰ ਦੱਸਾਂ, ਬਹੁਤ ਵੱਡੀ ਪਲੈਨਿੰਗ ਸੀ ਇਹ। ਛੋਟੀ ਗੱਲ ਕਰੋ, ਉਹਦੀ ਡੈਥ ਹੋ ਗਈ, ਉਹਦੀ ਮੁੰਡੇ ਦੀ ਵੀ ਡੈਥ ਹੋ ਗਈ ਦੋ ਆਪਣੇ ਦਸੰਬਰ ਦੇ ਵਿੱਚ 28 ਜਾਂ 29 ਨੂੰ। ਉਹ ਕਿਉਂਕਿ ਉਹਨੂੰ ਬੁਲਾਇਆ ਨੀ ਗਿਆ ਹੈਗਾ ਇੱਥੇ, ਤੇ ਉਹ ਨਸ਼ੇ ਨੁਸ਼ਾ ਪਤਾ ਨੀ ਕਰਨ ਲੱਗ ਗਿਆ ਸੀ, ਪਰ ਮੇਰੇ ਸੁਣਨ ਚ ਆਇਆ ਸੀਗਾ ਉਦੋਂ ਇਹ ਭੰਗੜੇ ਪਾਉਂਦੀ ਸੀ ਜਿੱਦਣ ਉਹਦੀ ਡੈਥ ਹੋਈ ਆ, ਵੀ ਵਧੀਆ ਮਰ ਗਿਆ ਹਨਾ, ਕਿਉਂਕਿ ਉਹ ਜਦੋਂ ਜਾਂਦਾ। ਇਹਦੀ ਮਾਂ ਬਹੁਤ ਤੇਜ਼ ਆ ਜੀ, ਉਹ ਬਹੁਤ ਪ੍ਰਭਾਵ ਚ ਲੈਂਦੀ ਆ। ਮੈਂ ਨਾ ਇੱਥੇ ਚੈਟ ਭੇਜੀ ਹੋਈ ਆ ਬਾਈ ਨੂੰ ਹਨਾ, ਮੈਂ ਸਾਰਾ ਕੁਛ ਜਿੱਥੇ ਉਹ ਕਰਦੀ ਆ ਤੂੰ ਮੇਰੇ ਪੁੱਤਾਂ ਵਰਗਾ, ਜਦੋਂ ਇਹਨਾਂ ਦੇ ਹੱਥੋਂ ਨਿਕਲ ਗਈ ਨਾ ਗੱਲ ਹਫ਼ਤਾ ਪਹਿਲਾਂ ਨਾ ਸਾਰੀ, ਮੈਂ ਕਿਹਾ ਵੀ ਲੰਬੀ ਸਟੋਰੀ ਨਾ ਲਿਓ ਪਲੀਜ਼, ਮੈਂ ਬਾਰ ਬੇਨਤੀ ਕਰ ਰਿਹਾ, ਟੂ ਦੀ ਪੁਆਇੰਟ ਆਓ। ਉਸ ਤੋਂ ਬਾਅਦ ਤੁਹਾਡੀ ਵਾਈਫ ਦੀ ਜਿਹੜੀ ਸ਼ਾਦੀ ਹੋਈ ਆ, ਸ਼ਾਦੀ ਜਿਹੜੀ ਆ ਪੂਰੀ ਧੂਮਧਾਮ ਨਾਲ ਹੋਈ ਆ, ਉਸ ਬੱਚੇ ਦੇ ਨਾਲ ਰੀਅਲ ਸ਼ਾਦੀ ਹੋਈ ਸੀ, ਤਾਂ ਜਿਹੜੀ ਬੱਚੇ ਨਾਲ ਸ਼ਾਦੀ ਹੋਈ ਆ ਉਹਨੇ ਆਸਟ੍ਰੇਲੀਆ ਭੇਜਣ ਲਈ ਖਰਚਾ ਉਹਨ ਸਾਰਾ ਤਾਰਿਆ ਹਰਪ੍ਰੀਤ ਦੇ ਮਾਂ ਬਾਪ ਨੇ, ਆਮ ਰਾਈਟ? ਇਹ ਖਰਚੇ ਦਾ ਮੈਨੂੰ ਨਹੀਂ ਜੀ ਪਤਾ ਕਿਹਨੇ ਤਾਰਿਆ ਵੀ, ਇਹਦੀ ਮਾਂ ਨੇ। ਆਫਕੋਰਸ ਉਹੀ ਤਾਂ ਮੁੰਡੇ ਨੇ ਤਾਰਿਆ ਹੋਊਗਾ ਜਿਹਦੇ ਨਾਲ ਜਿੰਨਾ ਇਹਨੇ ਲਾਮਾ ਲਈਆਂ ਸੀ ਜਿਹਨੇ ਭੇਜਿਆ। ਤੇ ਹਰਪ੍ਰੀਤ ਜਿਹੜਾ ਸਿੱਖੋ ਆ ਇਹਦਾ ਪਿੰਡ ਮੁੱਲਾਪੁਰ ਆ? ਮੁੱਲਾਪੁਰ ਦਾਖਾਂ ਜੀ। ਹਰਪ੍ਰੀਤ ਦੇ ਫਾਦਰ ਦਾ ਨਾਂ ਕੀ ਆ? ਮੈਨੂੰ ਫਾਦਰ ਦਾ ਨਾਮ ਨੀ ਜੀ ਪਤਾ। ਇਹ ਮੁੱਲਾਪੁਰ ਇਹਨਾਂ ਦਾ ਮਕਾਨ ਕਿੱਥੇ ਆ? ਜਾਂਗਪੁਰ ਰੋਡ ਤੇ ਆ ਜੀ, ਖੱਬੇ ਹੱਥ। ਇਸ ਟਾਈਮ ਮੈਰਿਡ ਇਸ ਲੜਕੇ ਨਾਲ, ਸ਼ੋਅ ਦੀ ਡੈਥ ਹੋਈ, ਉਹ ਡੈਥ ਕਿਦਾਂ ਹੁੰਦੀ ਉਹਦੀ? ਉਹਦੀ ਡੈਥ ਮੈਂ ਤੁਹਾਨੂੰ ਦੱਸ ਦਿੰਦਾ ਜੀ, ਬਿਲਕੁਲ ਸ਼ਾਰਟ ਰੱਖੋ, ਸ਼ਾਰਟ ਸੋ ਰੱਖੋ। ਹਾਂਜੀ ਹਾਂਜੀ, ਉਹਦੀ ਡੈਥ ਇਦਾਂ ਹੁੰਦੀ ਆ ਜੀ, ਜਦੋਂ ਉਹਦੀ ਫੈਮਿਲੀ ਵੀ ਕੈਨੇਡਾ ਰਹਿੰਦੀ ਆ ਮੁੰਡੇ ਦੀ, ਤੇ ਉਹਦੀ ਫੈਮਿਲੀ ਕੈਨੇਡਾ ਰਹਿੰਦੀ ਆ, ਉਹ ਕਿਤੇ ਇਹਦੀ ਮਾਂ ਤੋਂ ਜਾਂਦਾ ਆਉਂਦਾ ਹੋਣਾ ਵਾ। ਇਹਨਾਂ ਨੇ ਨਾ ਜੀ ਕੁਛ ਮਾੜਾ ਮੋਟਾ, ਉਹ ਚਲੋ ਮਾੜਾ ਮੋਟਾ ਕਿਤੇ ਮਾੜਾ ਮੋਟਾ ਜਿੰਮ ਜੁੰਮ ਵੀ ਲਾਉਂਦਾ ਸੀ, ਤੇ ਮਾੜਾ ਮੋਟਾ ਉਹ ਕਿਤੇ ਮੈਨੂੰ ਲੱਗਦਾ ਵੀ ਕੁਛ ਉਹ ਹੋਰ ਵੀ ਚੀਜ਼ਾਂ ਮਾੜੀਆਂ ਮੋਟੀਆਂ ਮਤਲਬ ਹਨਾ ਖਾਂਦਾ ਪੀਂਦਾ ਸੀਗਾ ਹਨਾ, ਮਤਲਬ ਜੋ ਇਹਨਾਂ ਵੱਲੋਂ ਹਨਾ, ਉਹ ਨਾ ਮੈਨੂੰ ਲੱਗਦਾ ਵੀ ਜਦੋਂ ਇਹਦੇ ਘਰੇ ਆਉਣਾ ਹੁੰਦਾ ਸੀ, ਇਹਨਾਂ ਨੇ ਕੁਛ ਉਹਨੂੰ ਖਾਣਾ ਖੂਣਾ ਦੇਣਾ, ਖਾਣ ਦੇ ਵਿੱਚ ਇਹਨਾਂ ਸਲੋ ਪੋਇਜ਼ਨ ਅੰਗੂ ਜਿਵੇਂ ਨਾ ਕੋਈ ਚੀਜ਼ਾਂ ਦੇਣੀਆਂ ਸ਼ੁਰੂ ਕਰਤੀਆਂ ਸੀ ਜਦੋਂ ਇਹਦੀ ਮਾਂ ਮਿਲਦੀ, ਕਿਉਂਕਿ ਇਹਨਾਂ ਦੀ ਪਲੈਨਿੰਗ ਸੀਗੀ ਉਹਦਾ 2022 ਦਾ ਵੀਜ਼ਾ ਆਇਆ ਹੋਇਆ ਸੀ, ਉਹਨੂੰ ਵੀਜ਼ਾ ਦਿੱਤਾ ਨਹੀਂ ਸੀ ਗਿਆ, ਉਹਨੂੰ ਉਹ ਬੁਲਾਉਣਾ ਨਹੀਂ ਸੀ ਚਾਹੁੰਦੇ ਇੱਥੇ ਹਨਾ, ਠੀਕ ਹੈ ਜੀ, ਤੇ ਵੀ ਆਸਟ੍ਰੇਲੀਆ ਪੈਰ ਨਾ ਪਾਵੇ ਉਹ, ਠੀਕ ਹੈ ਜੀ, ਵੀ ਅਸੀਂ ਆਪਦਾ ਸਾਰਾ ਸਿਸਟਮ ਸੈੱਟ ਰੱਖੀਏ ਨਾ ਆਲੇ ਦੁਆਲੇ ਦੀ। ਤੇ ਨਾ ਜੀ ਉਹ ਉਹਨੇ ਪਤਾ ਨੀ ਉਹ ਮੈਨੂੰ ਐਂਡਲੇ ਦਿਨ ਵਾਲੀ ਗੱਲ ਨੀ ਪਤਾ, ਪਰ ਉਹ ਜਦੋਂ ਕਹਿੰਦੇ ਉਹਦੀ ਡੈਥ ਹੋਈ ਆ ਤੇ ਉਹਦੇ ਮੂੰਹ ਚੋਂ ਹਨਾ ਮਤਲਬ ਵੀ ਮਤਲਬ ਪਤਾ ਨੀ ਹਰਾ ਪਤਾ ਨੀ ਬਲੂ ਜੇ ਕਲਰ ਦਾ ਉਹ ਝੱਗ ਵਗੈਰਾ ਨਿਕਲੀ ਹੋਈ ਸੀ, ਉਹਦੀ ਡੈਥ ਹੋ ਗਈ। ਉਹਦੀ ਜਦੋਂ ਡੈਥ ਹੋਈ ਤੇ ਇਹਨੇ ਦੇਖੋ ਐਡੀ ਵੱਡੀ ਸਕੀਮ ਖੇਡੀ, ਇਹਨੇ ਆਪਦੀ ਸੱਸ ਦਾ ਇਹਦੀ ਦਾ ਫੋਨ ਆਇਆ ਮੈਨੂੰ, ਜਿਹੜੀ ਗੱਲਾਂ ਨਾ ਕੀਤੀਆਂ ਨਾ ਬਾਅਦ ਚ ਸ਼ੇਅਰ ਹੋਈਆਂ ਸਾਰੀਆਂ ਚੀਜ਼ਾਂ ਤੋਂ ਮੇਰੇ ਪ੍ਰੂਫ ਹੱਥ ਲੱਗਣ ਤੋਂ ਬਾਅਦ, ਇਹਨੇ ਆਪਦੀ ਟਿਕਟ ਨੀ ਕਰਾਈ, ਉਹ ਕੈਨੇਡਾ ਤੋਂ
ਚਲੇ ਗਏ ਇੰਡੀਆ ਦੇਖ ਲਓ ਬੰਦੇ ਨੇ ਟਿਕਟ ਨਹੀਂ ਕਰਾਈ ਕਿਉਂਕਿ ਇਹਨਾਂ ਨੂੰ ਇਹ ਡਰ ਸੀ ਵੀ ਪੋਸਟਮਾਰਟਮ ਕਰਾਉਣਗੇ ਵੀ ਕੱਲ੍ਹ ਤੁਹਾਨੂੰ ਕੋਈ ਗੱਲ ਨਾ ਸਾਹਮਣੇ ਮੁੰਡਾ ਕਿੱਥੇ ਜਿਹੜਾ ਡਿੱਗ ਗਿਆ ਮੁੰਡਾ ਕਿੱਥੇ ਇੰਡੀਆ ਸੀਗਾ ਮੁੰਡਾ ਘਰੇ ਉਹ ਮੁੰਡਾ ਘਰੇ ਇਕੱਲਾ ਸੀਗਾ ਜੀ ਉਹ ਦੂਜੇ ਦੋ ਦਿਨਾਂ ਬਾਅਦ ਉਹਦਾ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਜਦੋਂ ਉਹਨੇ ਫੋਨ ਨਹੀਂ ਚੱਕਿਆ ਮੇਰਾ ਸਵਾਲ ਇਹ ਕਿ ਮੁੰਡਾ ਕਿੱਥੇ ਸੀ ਉਹ ਆਪਣੇ ਇੰਡੀਆ ਘਰੇ ਸੀਗਾ ਜੀ ਆਪਦੇ ਮੁੱਲਾਪੁਰ ਮੁੱਲਾਪੁਰ ਹਾਂਜੀ ਮੁੱਲਾਪੁਰ ਘਰ ਕਿੱਧਰਲੇ ਪਾਸੇ ਆ ਜਦੋਂ ਜੀ ਆਪਾਂ ਜਾਨਪੁਰ ਰੋਡ ਆ ਜਿਹੜਾ ਗਰਾਊਂਡ ਬਣਿਆ ਹੋਇਆ ਵਾ ਬਹੁਤ ਵੱਡਾ ਓਪੋਜਿਟ ਸਾਈਡ ਜਾਨਪੁਰ ਰੋਡ ਜਾਂਦੀ ਆ ਉਹ ਜਾ ਕੇ ਨਾ ਜਮਾ ਲੈਫਟ ਤੇ ਐਂਡਲਾ ਘਰ ਆ ਜੀ ਜਮਾ ਲੈਫਟ ਤੇ ਰੇਲ ਲਾਈਨ ਤੋਂ ਪਹਿਲਾਂ ਲੈਫਟ ਆਈ ਸੀ ਸੋ ਤੁਸੀਂ ਉਹਦੇ ਘਰ ਦੇ ਪਤਾ ਲੱਗ ਗਿਆ ਕਿ ਮੁੰਡੇ ਦੀ ਮੌਤ ਦਾ ਕਾਰਨ ਉਹਨੇ ਪੋਸਟਮਾਰਟਮ ਕਰਾਇਆ ਨਹੀਂ ਨਹੀਂ ਉਹਨਾਂ ਨੇ ਪੋਸਟਮਾਰਟਮ ਨਹੀਂ ਕਰਾਇਆ ਕਿਉਂਕਿ ਇਹ ਗੱਲਾਂ ਮੈਨੂੰ ਉਦੋਂ ਬਾਅਦ ਪਤਾ ਲੱਗੀਆਂ ਨਾ ਜਦੋਂ ਇੰਡੀਆ ਤੋਂ ਆ ਗਈ ਆ ਵਾਪਸ ਮੁੜ ਕੇ ਜਦੋਂ ਹੁਣ ਆਹ ਸਾਰੀਆਂ ਚੀਜ਼ਾਂ ਚੱਲੀਆਂ ਕਿਉਂਕਿ ਮੈਂ ਬਾਸੀ ਜਦ ਇਹਦੇ ਨਾਲ ਬਹੁਤ ਮਿੱਠਾ ਬਣ ਗਿਆ ਤਾਂ ਸਾਰੀਆਂ ਚੀਜ਼ਾਂ ਕਢਵਾਉਣ ਲਈ ਇਹ ਤਾਂ ਇਹਦਾ ਸੱਚ ਜਾਣਨ ਲਈ ਵੀ ਹੈਗਾ ਕੀ ਹੈ ਨਾ ਰੀਅਲ ਚੱਲ ਕੀ ਰਿਹਾ ਵਾ ਹਨਾ ਤੇ ਫਿਰ ਇਹ ਹੌਲੀ ਹੌਲੀ ਮੰਨਦੀ ਹੈ ਨਾ ਜੀ ਇਹ ਮੰਨਣ ਲੱਗ ਗਈ ਸਾਰੀਆਂ ਚੀਜ਼ਾਂ ਹਨਾ ਇਹਨੇ ਮਤਲਬ ਚਲੋ ਹਨਾ ਮੈਨੂੰ ਜਿਵੇਂ ਦੱਸਿਆ ਮੈਂ ਉਹਦੀ ਮਾਤਾ ਨੂੰ ਕੱਲ੍ਹ ਉਹਦੇ ਨਾਲ ਗੱਲ ਹੋਈ ਮੁੰਡੇ ਦੀ ਮਾਤਾ ਨਾਲ ਮੈਂ ਉਹਨੂੰ ਦੱਸਤਾ ਮੈਂ ਕਿਹਾ ਵੀ ਜਿਹੜਾ ਤੇਰਾ ਪੋਤਾ ਵਾ ਨਾ ਉਹਨੂੰ ਲੈ ਲਾ ਤੂੰ ਬਹੁਤ ਵਧੀਆ ਰਹੋਗੇ ਤੁਸੀਂ ਹਨਾ ਵੀ ਕਿਉਂਕਿ ਨਾ ਇਹ ਉੱਥੇ ਇਹਨੇ ਪਰਤ ਕੀ ਕੀਤਾ ਇਹਦੀ ਮਾਂ ਨੂੰ ਜਦੋਂ ਤੁਸੀਂ ਆਪਣੀ ਇਹਦੀ ਸਵੀਟੀ ਦੀ ਮਦਰ ਨੂੰ ਕਿਹਾ ਸੋਰੀ ਸਵੀਟੀ ਮਦਰ ਨੂੰ ਨਹੀਂ ਆਪਣੇ ਹਰਪ੍ਰੀਤ ਦੀ ਮਦਰ ਨੂੰ ਕਿਹਾ ਕਿ ਆਪਣਾ ਪੋਤਾ ਲੈ ਲਓ ਚੰਗੇ ਰਹੋਗੇ ਤੁਸੀਂ ਤਾਂ ਉਹਦਾ ਉਸ ਵੇਲੇ ਤੁਸੀਂ ਉਸ ਜਿਹੜੀ ਕੁੜੀ ਆ ਸਵੀਟੀ ਉਹਦੇ ਨਾਲ ਤੁਹਾਡਾ ਰਿਲੇਸ਼ਨ ਸੀਗਾ ਮਤਲਬ ਮੈਂ ਤਾਂ ਕੱਲ ਗਿਆ ਬਾਸੀ ਸਾਹਿਬ ਕੱਲ ਮੇਰੀ ਗੱਲ ਹੋਈ ਆ ਰਾਤ ਮੈਂ ਮੇਰਾ ਸਵਾਲ ਇਹ ਨਹੀਂ ਮੇਰਾ ਸਵਾਲ ਇਹ ਆ ਕਿ ਤੁਸੀਂ ਰਿਲੇਸ਼ਨ ਵਿੱਚ ਸੀਗੇ ਸਾਡਾ ਹਾਂਜੀ ਇੱਕ ਵਾਰ ਰਿਲੇਸ਼ਨ ਬਣਿਆ ਸੀਗਾ 2020 ਚ ਤੇ ਉਹ ਆਪਣੇ ਇੱਥੇ ਇੰਡੋਨੇਸ਼ੀਆ ਅਸੀਂ ਗਏ ਸੀ ਘੁੰਮਣ ਬਸ ਇੰਡੋਨੇਸ਼ੀਆ ਗਏ ਜੋ ਇੰਡੋਨੇਸ਼ੀਆ ਗਏ ਆ ਤਾਂ ਤੁਹਾਡੀ ਵਾਈਫ ਇੰਡੀਆ ਸੀਗੀ ਨਹੀਂ ਨਹੀਂ ਇਹ ਨਹੀਂ ਆਸਟ੍ਰੇਲੀਆ ਤੋਂ ਆਈ ਸੀ ਇਹ ਆਸਟ੍ਰੇਲੀਆ ਤੋਂ ਆਈ ਸੀ ਤਾਂ ਤੁਹਾਡੀ ਰਿਲੇਸ਼ਨਸ਼ਿਪ ਜਿਹੜੇ ਆ ਉਹ ਕਿਵੇਂ ਹੋਇਆ ਆਪਸੀ ਰਿਲੇਸ਼ਨ ਕਿਵੇਂ ਬਣਿਆ ਤੁਹਾਡਾ ਤੁਸੀਂ ਫੇਸਬੁੱਕ ਰਾਹੀਂ ਇੱਕ ਦੂਜੇ ਨਾਲ ਪਿਆਰ ਕੀਤਾ ਸ਼ੁਰੂ ਨਹੀਂ ਨਹੀਂ ਉਹ ਆਪਾਂ ਉੱਥੋਂ ਤੁਹਾਨੂੰ ਦੱਸਿਆ ਵੀ ਆਪਾਂ ਹੋਸਪਿਟਲ ਤੋਂ ਜਦੋਂ ਆਪਣੀ ਜਾਣ ਪਛਾਣ ਹੋਈ ਸੀ ਉਦੋਂ ਬਾਅਦ ਨੰਬਰ ਐਕਸਚੇਂਜ ਉਦੋਂ ਹੌਲੀ ਹੌਲੀ ਗੱਲਾਂ ਹੁੰਦੀਆਂ ਨੇ ਫਿਰ ਆਸਟ੍ਰੇਲੀਆ ਜਾ ਕੇ ਗੱਲਾਂ ਵੱਧ ਗਈਆਂ ਤੇ ਉਦੋਂ ਜਦੋਂ ਇਹ ਹੋਸਪਿਟਲ ਆਉਣੀ ਸੀ ਤਾਂ ਉਸ ਵੇਲੇ ਮੁੰਡਾ ਸੀਗਾ ਇਹਦੇ ਕੋਲ ਨਹੀਂ ਮੁੰਡਾ ਕਿੰਨੀ ਉਮਰ ਦਾ ਇਸ ਵੇਲੇ ਹੈਗਾ ਜੀ ਆਈ ਥਿੰਕ 11 ਸਾਲਾਂ ਦਾ 11 ਸਾਲਾਂ ਦਾ ਤੇਰੇ ਵਿਆਹ ਕਿਹੜੇ ਸਾਲ ਚ ਹੋਇਆ ਇਹਦਾ ਵਿਆਹ ਜੀ 2013 ਚ 12 ਚ 2012 ਚ ਹੋਇਆ ਕੁਛ ਤੁਹਾਡੇ ਜਿਹੜੀ ਫਿਗਰ ਦੱਸ ਰਹੇ ਹੋ ਨਾ ਆਪਣੇ ਟਾਈਮ ਫਰੇਮ ਤੁਹਾਡਾ ਇਹ ਠੀਕ ਨੀ ਯਾਰ ਮੈਚ ਨੀ ਕਰ ਰਿਹਾ ਵਿਆਹ ਵੀ 12 ਦਾ ਜੀ ਇਹਦਾ ਵਿਆਹ ਹੋਇਆ 12 ਚ ਇਹਦੇ ਜਿਹੜੇ ਜਵਾਕ ਦਾ ਡੇਟ ਆਫ ਬਰਥ ਆ ਉਹ 25/10/13 ਜੀ ਠੀਕ ਹੈ ਜੀ ਇਹਦਾ ਜਿਹੜਾ ਭਰਾ ਬਿਮਾਰ ਹੋਇਆ ਸੀ ਉਹ 14/15 ਦੀ ਗੱਲ ਆ ਇੱਥੇ ਕੀਮੋ ਲੱਗਦੇ ਸੀ ਉਹ ਮੈਨੂੰ ਯਾਰ ਪ੍ਰੋਪਰਲੀ ਯਾਦ ਨਹੀਂ ਹੈਗਾ ਉਹ ਵੀ ਵੈਸੇ DMC ਚੋਂ ਨਿਕਲ ਹੀ ਆਉਣਾ ਠੀਕ ਹੈ ਜੀ ਜਿੱਥੇ ਮੇਰੀ ਜਾਣ ਪਛਾਣ ਹੋਈ ਉਦੋਂ ਬਾਅਦ ਫਿਰ 2016 ਚ ਦੁਬਾਰਾ ਉਹਨੂੰ ਹੋਈ ਉਹਦਾ ਫੋਰਟਿਸ ਹੋਇਆ ਠੀਕ ਹੈ ਜੀ ਉਦੋਂ ਵੀ ਮੈਂ ਗਿਆ ਹਨਾ ਜੀ ਫੋਰਟਿਸ ਉਹਦੀ ਉਹ ਹੋਈ ਆ ਹਨਾ ਫਿਰ ਉਹਦੀ ਦੀਪ ਹੋਸਪਿਟਲ ਚ ਟ੍ਰੀਟਮੈਂਟ ਚੱਲਦਾ ਰਿਹਾ ਵਾ ਠੀਕ ਹੈ ਜੀ ਐਂਡ ਤੇ ਉਹਦੀ ਡੈਥ ਵੀ ਮੁੰਡੇ ਦੀ ਦੀਪ ਹੋਸਪਿਟਲ ਦੇ ਵਿੱਚ ਹੀ ਹੁੰਦੀ ਹੈ ਓਕੇ ਹੁਣ ਅਸਲ ਮੁੰਡਾ ਜਿਹੜਾ ਕਿਹਦੇ ਕੋਲ ਆ ਮੁੰਡਾ ਜੀ ਇਹਦੇ ਕੋਲ ਆ ਦਸੰਬਰ ਦੇ ਵਿੱਚ ਨਵੰਬਰ ਦਸੰਬਰ ਚ ਇਹਦੇ ਕੋਲ ਚਲੇ ਗਿਆ ਸੀਗਾ ਮੁੰਡਾ ਉਹ ਆਸਟ੍ਰੇਲੀਆ ਵਿੱਚ ਆ ਇਹਦਾ ਜਵਾਬ ਹਾਂ ਆਸਟ੍ਰੇਲੀਆ ਵਿੱਚ ਤੇ ਬੱਚਾ ਜਿਹੜਾ ਡਿਲੀਵਰ ਹੋਇਆ ਕਿੱਥੇ ਹੋਇਆ ਸੀ ਡਿਲੀਵਰੀ ਇਹਦੀ ਆਸਟ੍ਰੇਲੀਆ ਚ ਹੋਈ ਆ ਨਹੀਂ 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 ਉਹ ਤਾਂ 2013 ਦਾ ਬਰਥ ਆ ਜੀ ਉਹ ਡੀਪ ਹੋਸਪਿਟਲ ਲੁਧਿਆਣੇ ਤੇ ਬੱਚੇ ਦੇ ਕੋਲ ਪਾਸਪੋਰਟ ਜਿਹੜਾ ਉਹ ਹਾਲੇ ਹਾਲੇ ਵਰਕ ਪਰਮਿਟ ਤੇ ਮਤਲਬ ਇੰਡੀਅਨ ਪਾਸਪੋਰਟ ਹੀ ਆ ਇੰਡੀਅਨ ਪਾਸਪੋਰਟ ਹੈ ਜਿਹੜਾ ਜਿਹੜੀ ਸਵੀਟੀ ਆ ਇਹ ਹਲੇ ਮਤਲਬ PR ਨਹੀਂ ਆਸਟ੍ਰੇਲੀਆ ਦੀ ਨਹੀਂ ਨਹੀਂ ਹਲੇ PR ਨਹੀਂ ਹੈ ਜੀ ਓਕੇ ਤੇ ਤੁਸੀਂ ਇਹਨੂੰ ਇੰਨੇ ਲੱਖ ਰੁਪਈਆ 32 ਲੱਖ ਰੁਪਈਆ ਦਿੱਤਾ ਕਿਉਂ ਆ ਬਾਸੀ ਸਾਹਿਬ ਜਦੋਂ ਇਹ ਆਪਣਾ ਇੱਕ ਵਧੀਆ ਰਿਲੇਸ਼ਨ ਬਣ ਗਿਆ ਸੀ ਹਨਾ ਮਤਲਬ ਆਪਾਂ ਨੂੰ ਪਤਾ ਹੀ ਨਹੀਂ ਸੀ ਇਹਦੀ ਜ਼ਿੰਦਗੀ ਬਾਰੇ ਝੋਲ ਰੱਖਦੀ ਸੀ ਹਨਾ ਤੇ ਆਪਣੇ ਆਪ ਸਾਰਾ ਕੁਝ ਨਾਰਮਲ ਸੀ ਕਿਉਂਕਿ ਦੇਖੋ ਜਦੋਂ ਇਹਦਾ ਹਸਬੰਡ ਨੇ ਆਈ ਅੰਡਰਸਟੈਂਡ ਨਾਰਮਲ ਸੀ ਤੁਹਾਨੂੰ ਪਤਾ ਸੀ ਜਦੋਂ ਤੁਸੀਂ ਰਿਲੇਸ਼ਨ ਬਣਾਇਆ ਕਿ ਇਹਦਾ ਮੈਰਿਡ ਹੈ ਮੈਨੂੰ ਜੀ ਇਹਨੇ ਜਦੋਂ ਆਪਦੀ ਸੈਪਰੇਸ਼ਨ ਦੀ ਗੱਲ ਪਿਛਲੇ ਸਾਲ ਕੀਤੀ ਆ
ਮੈਂ ਤੁਹਾਨੂੰ ਦੱਸ ਹੀ ਜਾਵਾਂ ਕਿ ਮੈਂ ਆਸਟ੍ਰੇਲੀਆ ਤੋਂ ਆਈ ਆ ਔਰ ਮੈਨੂੰ ਪੈਸੇ ਲੋੜ ਹੈ ਪੈਸੇ ਕਾਹਦੇ ਲੋੜ ਹੈ ਆਸਟ੍ਰੇਲੀਆ ਦੇ ਵਿੱਚ ਹੀ ਇਹਨੇ ਡਿਮਾਂਡ ਕੀਤੀ ਹੈ ਵੀ ਮੈਂ ਹੁਣ ਘਰ ਲੈਣਾ ਲੀਜ਼ ਲਈ ਮੈਨੂੰ ਪੈਸੇ ਚਾਹੀਦੇ ਆ ਮੈਂ ਗੱਡੀ
ਕਦੇ $2,000 ਕਦੇ $1,000 ਕਦੇ $1,400 ਤੁਸੀਂ ਰਹਿੰਦੇ ਕਿੱਥੇ ਸੀਗੇ ਉਸ ਵੇਲੇ ਮੈਂ ਜੀ ਇੱਥੇ ਰਹਿੰਦਾ ਸੀ ਤਿੰਨ ਚਾਰ ਮਹੀਨੇ ਦੀ ਚਾਰ ਮਹੀਨੇ ਦੇ ਵਿੱਚ ਦੀ ਹੋਣੀ ਆ ਟ੍ਰਾਂਜੈਕਸ਼ਨਾਂ ਤੁਸੀਂ ਦੇਖ ਲਓ ਜੀ ਪਹਿਲਾਂ ਕਿੰਨੀਆਂ ਹੋਣਗੀਆਂ ਬ੍ਰਹਮਟਨ ਚ ਰਹਿੰਦੇ ਹੋ ਤੁਸੀਂ ਹਾਂਜੀ ਤੁਸੀਂ ਕਿੰਨੇ ਮਹੀਨੇ ਚ $14,000 ਦਾ ਭੇਜਿਆ ਚਾਰ ਮਹੀਨੇ ਚ ਮਈ ਮਈ ਦੱਸ ਤੋਂ ਇਹ ਟ੍ਰਾਂਜੈਕਸ਼ਨਾਂ ਨੇ ਜੀ ਨਹੀਂ ਨਹੀਂ ਕਿੰਨੇ ਮਹੀਨੇ ਚ ਟ੍ਰਾਂਜੈਕਸ਼ਨ ਹੈ ਆਹੀ ₹2,000 ਜੀ ਮਈ ਦੱਸ ਤੋਂ ਨੇ ਜੀ ਮਤਲਬ ਇੱਕ ਸਾਲ ਦੇ ਵਿੱਚ ਵਿੱਚ ਤੁਸੀਂ $14,000 ਭੇਜਿਆ ਹਾਂਜੀ $1,051 $1,500 ਫਿਰ $1,000 ਤੁਸੀਂ $14,000 ਇਹ ਇੱਕ ਹੀ ਕੰਪਨੀ ਭੇਜਿਆ ਬੈਸਟ ਇੰਜੀਨੀਅਰ ਜਾਂ ਜੋ ਵੀ ਅਸੀਂ ਭੇਜਿਆ ਇੱਕ ਇੱਕ ਕੰਪਨੀ ਤੁਸੀਂ ਹਾਂਜੀ ਰਿਮਿਟਲੀ ਅਸ਼ੋਕ ਜੀ ਨੇ ਭੇਜਿਆ ਤੁਸੀਂ ਪੈਸਾ ਤੇ ਤੁਹਾਨੂੰ ਅਲਾਓ ਕੀਤਾ ਇਹਨੇ ਪੈਸੇ ਭੇਜਣ ਲਈ ਗਵਰਨਮੈਂਟ ਨੇ ਹਾਂਜੀ ਰਿਮਿਟਲੀ ਰਾਹੀਂ ਸੈਂਡ ਹੋ ਜਾਂਦੇ ਅਸੀਂ ਦਾ ਹੋਈ ਹੋਈ ਹੈ ਪੇਮੈਂਟ ਟ੍ਰਾਂਸਫਰ ਬੈਂਕ ਦੇ ਡਿਪੋਜ਼ਿਟਾਂ ਨਾਲ ਇਹਦੇ ਬੈਂਕ ਦੇ ਵਿੱਚ ਇਹਦੇ ਬਾਈ ਨੇਮ ਗਏ ਹੋਏ ਨੇ ਪੈਸੇ ਇੱਕ ਸਾਲ ਦੇ ਵਿੱਚ $14,000 ਯੂ ਟਾਕਿੰਗ ਅਬਾਊਟ ਦੈਟ ਗਿਆਨ ਹੈ ਜੇ 42 ਸਾਲ ਮੈਨੂੰ ਹੋ ਜਾਣੇ 13 ਅਪ੍ਰੈਲ ਨੂੰ ਤੇ ਮੈਂ ਹਾਲੇ ਵੀ ਚੈੱਕ ਕਰਾਂ ਚੀਜ਼ਾਂ ਤੇ ਮੇਰੇ ਖਿਆਲ ਕਿ ਇਹ ਮੇਰੇ ਵਾਸਤੇ ਇੱਕ ਬਹੁਤ ਵੱਡੀ ਜ਼ਿੰਦਗੀ ਗੁਸਤਾਖੀ ਹੈ ਕਾਨੂੰਨ ਜਿਹੜਾ ਹੈ ਆਗਿਆ ਨਹੀਂ ਦੇ ਰਿਹਾ ਦੈਟ ਮਚ ਅਮਾਊਂਟ ਕਿ ਤੁਸੀਂ ਓਵਰਸੀਜ਼ ਜਿਹੜੇ ਆ ਟ੍ਰਾਂਜੈਕਸ਼ਨ ਕਰ ਸਕੋ ਪਰ ਮਿੱਟਲੀ ਰਹੀਂ ਬਸ ਇਹਦਾ ਹੋ ਗਿਆ ਮੈਂ ਤਾਂ ਤੁਹਾਨੂੰ ਉਹੀ ਦੇ ਸਕਦਾ ਮੈਂ ਤੁਹਾਨੂੰ ਉਹਦੀ ਪੂਰੀ ਡਿਟੇਲ ਰਿਸੈਪਟਾਂ ਭੇਜ ਦਿੰਦਾ ਤੁਹਾਡੀ ਫਿਕਰ ਦੀ ਗੱਲ ਤੁਸੀਂ ਚੈੱਕ ਕਰ ਲੈਣਾ ਐਨੀਵੇ ਆਪਾਂ ਡਿਸਕਸ਼ਨ ਜਿਹੜੀ ਹੈ ਬਹੁਤ ਹੀ ਲੰਬੀ ਨਹੀਂ ਲਿਜਾਣੀ ਐਨੀਵੇ ਉਸ ਤੋਂ ਬਾਅਦ ਟੋਟਲ ਪੈਸਾ ਜਿਹੜਾ ਹੈ ਤੁਸੀਂ ਇਹਨੂੰ ਇੰਨੇ ਸਮੇਂ ਵਿੱਚ 32 ਲੱਖ ਭੇਜਿਆ ਰੁਪਇਆ 30 ਲੱਖ ਦੇ ਕਰੀਬ ਹੈ 30 ਲੱਖ ਰੁਪਏ ਦੇ ਕਰੀਬ ਇੰਡੀਆ ਦੇ ਹਾਂਜੀ 30 ਲੱਖ ਇੰਡੀਆ ਦੀ ਕਰੰਸੀ ਨੂੰ ਕਨਵਰਟ ਕਰੀਏ ਤੇ ਇੰਨਾ ਬਣਦਾ ਆ ਤੇ ਇਹ 30 ਲੱਖ ਰੁਪਏ ਲਿਆ ਇਹਨੇ ਪ੍ਰਾਪਰਟੀ ਜਿਹੜੀ ਸੀ ਲੀਜ਼ ਤੇ ਲੈਣੀ ਸੀ ਸੋ ਤੁਹਾਡੇ ਮਨ ਵਿੱਚ ਸੀਗਾ ਕਿ ਇਹ ਮੈਨੂੰ ਇਟ ਆਸਟ੍ਰੇਲੀਆ ਲੈ ਜਾਊਗੀ ਤਾਂ ਪੀਰ ਕਰਾ ਦੋਗੀ ਟੈਲ ਮੀ ਟਰੂ ਨਹੀਂ 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 ਬਾਸੀ ਸਾਹਿਬ ਇਦਾਂ ਦਾ ਕੁਝ ਨਹੀਂ ਮੈਂ ਇੱਥੇ ਸੈੱਟ ਆ ਮੇਰਾ ਓਕੇ ਆ ਜੀ ਇੱਥੇ ਉਹ ਹੈਗਾ ਕੋਈ ਫਿਰ ਮੈਂ ਇੱਥੇ ਕਾਹਤੋਂ ਆਉਣਾ ਸੀ ਬਾਸੀ ਸਾਹਿਬ ਫਿਰ ਤਾਂ ਮੈਂ ਸਾਰਾ ਕੁਝ ਨਿਬੇੜ ਕੇ ਫਿਰ ਵੀ ਹੁਣ ਉਹਦੇ ਨਾਲ ਰੱਖ ਲੈਂਦਾ ਲੋਟ ਕਰ ਲੈਂਦਾ ਤੁਸੀਂ ਮੈਨੂੰ ਇਹ ਸੈਟੀਸਫਾਈਡ ਕਰਾਓ ਕਿ ਤੁਹਾਡੀ ਅਟੈਂਸ਼ਨ ਜਿਹੜੀ ਆ ਉਹ 32 ਲੱਖ ਜੇ ਪੱਕੇ ਹੋਣ ਦੀ ਲਈ ਨਹੀਂ ਸੀ ਤੇ ਕਾਹਦੇ ਵਾਸਤੇ ਸੀ 32 ਲੱਖ ਰੁਪਏ ਦੇਣਾ ਜਦੋਂ ਇੱਕ ਬੰਦਾ ਕਿਸੇ ਨਾਲ ਰਿਲੇਸ਼ਨ ਚ ਹੁੰਦਾ ਜੇ ਆਪਾਂ ਹਨਾ ਜਦੋਂ ਕਮਾਉਂਦੇ ਆ ਪੈਸੇ ਤੇ ਜਦੋਂ ਉਹ ਬੰਦਾ ਕਹਿੰਦਾ ਵੀ ਹਾਂ ਜਦੋਂ ਆਪਾਂ ਇੱਕ ਬੰਦੇ ਨਾਲ ਸੋਚਦੇ ਆ ਵੀ ਚਲੋ ਆਪਣਾ ਫਿਊਚਰ ਆ ਹਨਾ
ਤੇ ਜੇ ਉਹ ਬੰਦਾ ਕਹਿੰਦਾ ਵੀ ਮੈਨੂੰ ਅੱਜ ਮੈਂ ਕਿਹੜਾ ਇਕੱਠਾ ਭੇਜਦਾ, ਮਤਲਬ ਅਲੱਗ ਅਲੱਗ ਉਹਦੇ ਵਿੱਚ ਦੀ ਆ ਨਾ ਵੀ ਅਲੱਗ ਅਲੱਗ ਮਤਲਬ ਟ੍ਰਾਂਜੈਕਸ਼ਨ ਹਨ, ਜਿਵੇਂ 1000 ਭੇਜਿਆ ਹੋਇਆ, 1400 ਭੇਜਿਆ ਹੋਇਆ, ਇਹ ਫਿਰ ਮਤਲਬ ਇੰਡੀਆ ਤੋਂ ਵੀ ਨੇ ਹਨਾ, ਜਿਹੜੀਆਂ ਆਪਾਂ ਮਤਲਬ ਮਨੀ ਐਕਸਚੇਂਜਸ ਦੇ ਵਿੱਚੋਂ ਆਪਾਂ ਪੈਸੇ ਟ੍ਰਾਂਸਫਰ ਕਰਾ ਦਿੰਦੇ, ਆਪਾਂ ਕਹਿ ਦਿੰਦੇ ਵੀ ਅਕਾਊਂਟ 'ਚ ਪਾ ਦਿਓ ਹਨਾ ਇਹਦੇ, ਤੇ ਠੀਕ ਹੈ ਜੀ ਵੀ ਉਹ ਵੀ ਨੇ ਹਨਾ. ਤੇ ਮੈਨੂੰ ਇਹ ਮਤਲਬ ਇਹ ਨੀ ਸੀਗਾ ਵੀ ਮਤਲਬ ਵੀ ਇਹ ਇਕੱਠਾ, ਮੈਂ ਤਾਂ ਤੁਹਾਨੂੰ ਹੁਣ ਤੇ 6-7 ਮਹੀਨੇ ਦਾ ਦਿੱਤਾ ਵੀ ਜਦੋਂ ਮੈਂ ਇੰਨੀ ਭੇਜੀ ਮੈਂ ਕੋਈ ਪੈਸਾ ਨੀ ਲੈਣਾ, ਬਾਕੀ ਦਾ ਉਹ ਦੇਖੋ ਮੈਂ ਕੋਈ ਪੈਸੇ ਲਈ ਨਹੀਂ ਆਇਆ, ਉਹਦੇ ਵੀ ਮੈਂ ਕੋਈ ਪੈਸਾ ਲੈਣਾ, ਮੈਂ ਸਾਰਾ ਕੁਛ ਛੱਡਿਆ ਜੋ ਗਿਆ ਜੋ ਵੀ ਕੁਛ, ਮੈਂ ਇੱਥੇ ਇਹ ਆਇਆ ਕਿਉਂਕਿ ਇਹਨਾਂ ਮਾਵਾਂ ਧੀਆਂ ਨੇ ਬਹੁਤ ਘਰ ਪੱਟਤੇ ਤੇ ਇਹਨਾਂ ਨੇ ਹੋਰ ਵੀ ਘਰ ਪੱਟਣਾ. ਅੱਛਾ ਜੀ, ਮਦਰ ਹੈ ਦੀ ਉਹਦਾ ਨਾਂ ਕੀ ਹੈ? ਜਸਵੀਰ ਕੌਰ. ਉਹ ਕਿਹੜੇ ਪਿੰਡ ਦੀ ਹੈ? ਉਹ ਉਹਨਾਂ ਦਾ ਇਹਨਾਂ ਦਾ ਪਿੰਡ ਹੈਗਾ ਰਾਜਕੋਟ ਦੇ ਨਾਲ, ਉਦਾਂ ਤਾਜਪੁਰ ਰਹਿੰਦੇ, ਰਾਜਕੋਟ ਨੇ, ਤਾਜਪੁਰ ਹੈ. ਤੇ ਇਹਦੇ ਜਸਵੀਰ ਕੌਰ ਦੇ ਘਰ ਵਾਲਾ ਨਹੀਂ ਹੈ ਤੁਹਾਡਾ? ਨਹੀਂ ਹੈਗਾ. ਤੇ ਇਹਦਾ ਜਿਹੜੀ ਤੁਹਾਡੀ ਸਵੀਟੀ ਆ, ਉਹਦਾ ਭਰਾ ਇੱਕੋ ਹੀ ਸੀਗਾ ਜੀ, ਡੈਥ ਹੋ ਗਈ ਆ. ਹਾਂਜੀ ਹਾਂਜੀ. ਤੇ ਇਹਦੀ ਭੈਣ ਹੈ ਇੱਕ? ਨਹੀਂ ਨਹੀਂ, ਭੈਣ ਕੋਈ ਨੀ, ਇਕੱਲੀ ਭੈਣ ਕੋਈ ਨੀ ਗੀ. ਤੇ ਨਾਂ ਕਿਹਨਾਂ ਦਾ? ਤਾਜਪੁਰ ਹੈ, ਤਾਜਪੁਰ ਪਿੰਡ ਆ ਜੀ ਇਹਦਾ, ਇਹਨਾਂ ਦਾ ਪਿੰਡ ਉਦਾਂ ਰਹਿੰਦੇ ਰਾਜਕੋਟ ਨੇ. ਜਸਵੀਰ ਕੌਰ ਕਿੱਥੇ ਰਹਿੰਦੀ ਹੁਣ? ਰਾਜਕੋਟ. ਇਹਦਾ ਲਾਸਟ ਨੇਮ ਕੀ ਹੈ, ਗੋਤ ਕੀ ਹੈ ਜਸਵੀਰ ਤੁਹਾਡੀ, ਜਸਵੀਰ ਕੌਰ ਦਾ? ਖੰਗੂੜਾ. ਖੰਗੂੜਾ ਆ. ਇਹ ਹੁਣ ਦੀ ਕਿੱਥੇ ਇਸ ਵੇਲੇ? ਨਹੀਂ ਨਹੀਂ, ਇਹ ਰਹਿੰਦੀ ਹੈ ਜੀ ਹੁਣ, ਇਹ ਤੁਹਾਨੂੰ ਮੈਂ ਦੱਸਦਾ, ਉਹ ਬੰਦਿਆਂ ਕੋਲ ਰਹਿੰਦੇ ਆ, ਜਸਵੀਰ ਸਿੰਘ ਤੇ ਮਨਦੀਪ ਕੌਰ ਆ, ਉਹ ਕੁੜੀ ਮੈਨੂੰ ਜਾਣਦੀ ਆ, ਜਦੋਂ ਇਹ ਪਹਿਲਾਂ ਵੀ ਸਿਡਨੀ ਰਹਿੰਦੀ ਸੀ ਉੱਥੇ ਉਹਨਾਂ ਕੋਲ, ਹੁਣ ਇਹ 37 ਮਿਲਬਰਨ ਰੋਡ, ਆਕਸਲੀ ਵੇਲ, ਟੈਮਬਰਥ, ਨਿਊ ਸਾਊਥ ਵੇਲ, ਜਿਹੜੇ ਕਿ ਹੁਣ ਇਹਦੀ ਪੂਰੀ ਸਪੋਰਟ ਕਰ ਰਹੇ ਨੇ ਬੰਦੇ, ਉਹਨਾਂ ਨੂੰ ਪਤਾ ਹਨਾ ਜੀ, ਮੈਂ ਉਹਨਾਂ ਦੀਆਂ ਵੀ ਫੋਟੋਆਂ ਭੇਜੀਆਂ ਹੋਈਆਂ ਤੁਹਾਨੂੰ, ਫੁੱਲ ਇਹਨਾਂ ਦੀਆਂ ਸਪੋਰਟ. ਰਾਤ ਮੈਨੂੰ ਇਹ ਫੋਨ ਕਰਾ ਕੇ ਨਾ ਕਿਸੇ ਪੁਲਿਸ ਵਾਲੇ ਤੋਂ, ਕਹਿੰਦੇ ਵੀ ਤੂੰ, ਮੈਨੂੰ ਨਾ ਫੋਨ ਆਇਆ ਕਿ, ਮੈਂ ਕਿਹਾ ਹਾਂਜੀ, ਕਹਿੰਦੇ ਤੂੰ, ਕਹਿੰਦੇ ਵੀ ਤੂੰ ਇਹਨੂੰ ਵੀ ਕਰ ਰਿਹਾ ਜੀ ਧਮਕੀਆਂ ਤੇਰੇ, ਮੈਂ ਕਿਹਾ ਮੈਂ ਕਾਹਦੀ ਧਮਕੀ ਦਿੱਤੀ, ਵੀ ਤੁਸੀਂ ਮੇਰੇ ਨੰਬਰ ਤੇ ਲਾਇਆ ਵਾ ਹਨਾ ਫੋਨ. ਇੱਕ ਸੈਕਿੰਡ, ਇੱਕ ਮਿੰਟ, ਤੁਹਾਨੂੰ ਪੁਲਿਸ ਡਿਪਾਰਟਮੈਂਟ ਦਾ ਕਾਲ ਆਇਆ ਕਿੰਨੇ ਵਜੇ ਆਇਆ? ਮੈਂ ਤੁਹਾਨੂੰ ਦੱਸਦਾ ਹੁਣ, ਇੱਕ ਮਿੰਟ ਜੀ, ਮੈਨੂੰ ਆਇਆ ਇੱਧਰ ਦੇ, ਇਹਦੇ ਇਹਦੇ ਫੋਨ ਤੋਂ ਆਇਆ, ਮੈਨੂੰ ਨੀ ਪਤਾ ਵੀ ਉਹ ਰੀਅਲ ਸੀਗਾ, ਇਹਦੇ ਹੀ ਨੰਬਰ ਤੋਂ ਆਇਆ, 3:45, ਪਹਿਲਾਂ ਆਇਆ 2:30, ਉਹ ਤੋਂ ਪਹਿਲਾਂ ਆਇਆ 2:34 ਦੇ ਆਇਆ ਪਹਿਲਾਂ ਮੈਨੂੰ, ਸਭ ਤੋਂ ਪਹਿਲਾਂ. ਤੁਹਾਡੀ ਉਮਰ ਕਿੰਨੀ ਆ? 28. 28 ਸਾਲ ਦੇ ਹੋ ਤੁਸੀਂ, ਬੀਏ ਕੀਤੀ ਹੋਈ ਹੈ, ਔਰ ਬਰਾਬਰ ਚ ਕਿੰਨੇ ਸਾਲ ਦੇ ਰਹਿ ਰਹੇ ਹੋ? ਮੈਂ ਜੀ 3 ਸਾਲਾਂ ਤੋਂ. 3 ਸਾਲ ਤੋਂ ਰਹਿ ਰਹੇ ਹੋ. ਜੇ ਟੈਲੀਫੋਨ ਕੀਤਾ ਪੁਲਿਸ ਨੇ, ਇਹ ਰਾਤ ਦੇ ਸਮੇਂ ਕੀਤਾ? ਹਾਂਜੀ, ਰਾਤ ਦੇ ਸਮੇਂ ਕੀਤਾ ਜੀ. ਕਿਹੜੇ ਟਾਈਮ ਤੇ ਕੀਤਾ? 1:34 ਤੇ, ਆਪਣੇ ਇੱਧਰਲੇ 1:34 ਤੇ, AM ਮਤਲਬ ਸਵੇਰ ਨੂੰ. ਹਾਂਜੀ. ਓਕੇ, ਦੂਜੀ ਕਾਲ? ਉਦੋਂ ਬਾਅਦ ਦੂਜੀ ਕਾਲ ਦੀ ਹੈਗੀ ਆ, ਇਸੇ ਉੱਤੇ 13 ਮਿੰਟ ਗੱਲ ਹੋਈ, ਤੇ ਉਦੋਂ ਬਾਅਦ ਹੈਗੀ ਆ ਜੀ ਮੇਰੀ ਇਹ, ਫਿਰ ਮੈਂ ਫਿਰ 2:18 ਤੇ ਆ, ਇਹਦੇ ਹੀ ਨੰਬਰ ਤੋਂ ਆ, ਪਰ ਇਹਦੇ ਹੀ ਨੰਬਰ ਤੋਂ, ਇੱਕੋ ਨੰਬਰ ਤੋਂ. ਓਕੇ, ਇਹਦੇ ਹੀ ਨੰਬਰ. ਹਾਂਜੀ, ਇਹਦੇ ਹੀ ਨੰਬਰ ਤੋਂ, ਕਿਸੇ ਹੋਰ ਨੰਬਰ ਤੋਂ ਨੀ, ਬਸ ਫਿਰ ਇਹੀ ਸੀਗੀ. ਹਾਂਜੀ. ਓਕੇ, ਫਿਰ ਇਹ ਕਹਿੰਦੇ ਜੀ ਮੈਨੂੰ, ਕਹਿੰਦੇ ਮੈਨੂੰ ਉਹਦਾ ਆਇਆ ਆਫੀਸਰ, ਕਹਿੰਦਾ ਵੀ ਮੈਂ, ਤੀਜੀ ਕਾਲ ਜਿਹੜੀ ਆਈ ਉਹ ਕਦੋਂ ਆਈ ਆ? ਤੀਜੀ ਕਾਲ, ਇੱਕ ਮਿੰਟ, ਨਹੀਂ ਬਸ ਇਹੀ ਆ, ਬਸ ਉਦੋਂ ਬਾਅਦ ਕਾਲ ਕੱਟੀ ਗਈ ਸੀ ਜਦੋਂ ਮੈਂ ਉਹਨਾਂ ਨੂੰ ਕਿਹਾ ਹਨਾ, ਫਿਰ ਕੈਂਸਲ ਕਾਲ. ਤੁਹਾਡੀ, ਤੁਹਾਨੂੰ ਕਾਲ ਜਿਹੜੀ ਤੁਹਾਡੇ ਨੰਬਰ ਤੇ ਆਏ ਆ, 2 ਕਾਲ ਆਈਆਂ, ਠੀਕ ਹੈ? ਹਾਂਜੀ, ਇੱਕ 13 ਮਿੰਟ ਤੇ, ਇੱਕ 13 ਮਿੰਟ ਗੱਲ ਹੋਈ, ਇੱਕ 34 ਤੇ, ਇੱਕ ਹੋਈ, ਇੱਕ 32 ਤੇ, ਪਹਿਲਾਂ 1 ਮਿੰਟ ਹੋਈ ਸੀਗੀ ਗੱਲ, ਫਿਰ 1:34 ਤੇ 13 ਮਿੰਟ ਗੱਲ ਹੋਈ, ਫਿਰ 2:18 ਤੇ 1 ਮਿੰਟ ਗੱਲ ਹੋਈ. ਸਰਜਨ ਭਾਵੇਂ 3 ਕਾਲ ਆਈਆਂ ਇੱਕ ਸੇਮ ਨੰਬਰ ਤੋਂ, ਇਹਦੇ ਨੰਬਰ ਤੋਂ, ਜਿਹੜਾ ਨੰਬਰ ਯੂਜ਼ ਕਰ ਰਹੀ ਉਹਦੇ ਤੋਂ, ਕਹਿੰਦਾ ਵੀ ਮੈਂ ਪੁਲਿਸ ਡਿਪਾਰਟਮੈਂਟ. ਮੈਂ ਕਹਿ ਰਿਹਾ ਕਿ ਇਹ ਮਤਲਬ ਇੱਕੋ ਨੰਬਰ ਤੋਂ, ਮੇਰੇ ਸਵਾਲ ਪਹਿਲਾਂ ਇਹ ਹੈ, ਇੱਕ ਨੰਬਰ ਤੋਂ ਆਈਆਂ 3 ਕਾਲਾਂ, ਤਾਂ ਉਹ ਕਹਿ ਰਿਹਾ ਕਿ ਮੈਂ ਪੁਲਿਸ ਅਫਸਰ ਬੋਲਦਾ, ਤਾਂ ਉਹਦੀ ਬੋਲੀ ਕਿਹੜੀ ਸੀਗੀ? ਇੰਗਲਿਸ਼, ਪੰਜਾਬੀ, ਹਿੰਦੀ, ਕੀ ਸੀ ਲੈਂਗੁਏਜ? ਇੰਗਲਿਸ਼. ਇੰਗਲਿਸ਼. ਫਸਟ ਆਫ ਆਲ, ਪੁਲਿਸ ਅਫਸਰ ਜਿਹੜਾ ਆ, ਜਦੋਂ ਵੀ ਉਹਨੇ ਕਾਲ ਕਰਨੀ ਆ, ਉਹ ਆਪਣੇ ਆਫਿਸ ਤੋਂ ਕਾਲ ਕਰੂਗਾ ਜਾਂ ਆਪਣੇ ਨੰਬਰ ਤੋਂ ਕਾਲ ਕਰੂਗਾ? ਤਾਂ ਆਲ ਦੀ ਟਾਈਮ ਉਹ ਪ੍ਰਾਈਵੇਟ ਕਾਲ ਕਰੂਗਾ ਜੀ. ਓਕੇ, ਇੱਕ ਸੈਕਿੰਡ, ਹੋਲਡ ਔਨ, ਇਹ ਇੱਕ ਫਰੋਡ ਹੈ ਕਿ ਤੁਹਾਡਾ
ਜਿਹੜਾ ਫੋਨ ਇਸਤੇਮਾਲ ਕੀਤਾ ਗਿਆ ਆ ਕਿ ਤੁਹਾਨੂੰ ਡਰਾਉਣ ਲਈ ਧਮਕਾਉਣ ਲਈ ਕੀਤਾ ਆ ਇਹ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਜੇ ਨਹੀਂ ਕੀਤਾ ਅੱਜ ਫਿਰ ਜਾ ਕੇ ਪੁਲਿਸ ਸਟੇਸ਼ਨ ਦੱਸੋ ਕਿ ਆਹ ਨੰਬਰ ਤੋਂ ਮੈਨੂੰ ਕਾਲ ਆਇਆ ਇਹ ਨੰਬਰ ਜਿਹੜਾ ਪੁਲਿਸ ਵਾਲਾ ਕਾਲ ਕਰ ਰਿਹਾ ਬਣ ਕੇ ਇਹ ਤੁਸੀਂ ਮਹਿਸੂਸ ਨਹੀਂ ਕਰ ਸਿਸਟਮ ਨੂੰ ਇਹ ਕਦੇ ਹੋ ਹੀ ਨਹੀਂ ਸਕਦਾ ਕਿ ਪੁਲਿਸ ਵਾਲਾ ਕਿਸੇ ਥਰਡ ਪਾਰਟੀ ਦਾ ਫੋਨ ਯੂਜ਼ ਕਰੇ ਫੋਨ ਕਰ ਲਈ ਨੈਵਰ ਜੇ ਤਾਂ ਪੁਲਿਸ ਸਟੇਸ਼ਨ ਪੁਲਿਸ ਵਾਲਾ ਹੈ ਜੇ ਪੁਲਿਸ ਸਟੇਸ਼ਨ ਹੈ ਤਾਂ ਉਹ ਆਪਣੇ ਆਫਿਸ ਡੈਸਕ ਦਾ ਫੋਨ ਯੂਜ਼ ਕਰਦਾ ਉੱਪਰ ਡਿਸਪਲੇ ਹੋ ਜਾਂਦਾ ਪੁਲਿਸ ਸਟੇਸ਼ਨ ਹੈ ਜੋ ਆਪਣੇ ਫੋਨ 'ਤੇ ਫੋਨ ਕਰਦਾ ਰਸਤੇ ਵਿੱਚ ਆ ਰਿਹਾ ਜਾ ਰਿਹਾ ਕਿਤੇ ਟਾਈਮ ਉਹ ਕੋਈ ਅਵੇਲੇਬਲ ਹੈ ਤਾਂ ਉਹਦਾ ਨੰਬਰ ਜਿਹੜਾ ਪ੍ਰਾਈਵੇਟ ਆਊਗਾ ਪ੍ਰਾਈਵੇਟ ਨੰਬਰ ਨਹੀਂ ਆਇਆ ਨੰਬਰ ਜਿਹੜਾ ਤੁਹਾਡੀ ਵਾਈਫ ਵਾਲਾ ਆਇਆ ਮੇਰੇ ਫੋਨ ਤੋਂ ਕੁਛ ਵੀ ਸੈਂਡ ਹੋਇਆ ਮੇਰਾ ਨੰਬਰ ਇਹ ਆ ਜਿਹੜੀ ਬਣਦੀ ਕਾਰਵਾਈ ਹੈ ਤੁਸੀਂ ਕਰ ਲਓ ਮੈਂ ਜੋ ਸੱਚ ਆ ਮੈਂ ਉਹ ਸੱਚ ਤਾਂ ਲੈ ਕੇ ਆਉਣਾ ਸਾਹਮਣੇ ਹਨਾ ਉਹ ਤੁਹਾਨੂੰ ਮੈਂ ਦੱਸਣਾ ਚੱਕਰ ਕੀ ਆ ਉੱਥੇ ਨਾ ਜਸਵੀਰ ਨਾਮ ਦਾ ਹਨਾ ਮੈਂ ਉਹਨੂੰ ਮੈਸੇਜ ਕੀਤੇ ਹੋਏ ਨੇ ਜਿਹੜਾ ਜਸਵੀਰ ਆ ਨਾ ਇਹਦਾ ਵੀਰਾ ਇਹਦੀ ਭੈਣ ਕਹਿੰਦੀ ਹੈ ਜਿਹਨੂੰ ਮਨਦੀਪ ਹਨਾ ਉਹ ਬਹੁਤ ਸਪੋਰਟ ਕਰ ਰਹੇ ਆ ਇਹਨੂੰ ਮਤਲਬ ਉਹ ਇਹੋ ਜਿਹੀਆਂ ਚੀਜ਼ਾਂ ਨਾ ਹੁਣ ਕਰਾ ਰਹੇ ਆ ਹੁਣ ਪਹਿਲਾਂ ਤਾਂ ਇਹ ਮਾਵਾਂ ਧੀਆਂ ਇਕੱਠੀਆਂ ਹੋਈਆਂ ਸੀ ਹੁਣ ਦੋ ਜਾਣੇ ਹੋਰ ਇਨਵੋਲਵ ਹੋ ਗਏ ਇਹਨਾਂ ਦੇ ਚੱਕਰ 'ਚ ਮਾਂ ਧੀ ਜਸਵੀਰ ਤੇ ਉਹ ਮਨਦੀਪ ਕੌਰ ਕੁੜੀ ਜਸਵੀਰ ਦੀ ਮੇਰੇ ਕੋਲ ਪਿਕਚਰ ਹੈ ਮੇਰੇ ਕੋਲ ਮਨਦੀਪ ਦੀ ਪਿਕਚਰ ਆ ਜਿਹੜੀ ਮੈਂ ਬਾਈ ਨੂੰ ਭੇਜੀ ਆ ਜਸਵੀਰ ਦੀ ਮੇਰੇ ਕੋਲ ਪਿਕਚਰ ਨਹੀਂ ਹੈਗੀ ਇਹਦੇ ਨਾਲ ਮਨਦੀਪ ਕੌਰ ਦੀ ਪਿਕਚਰ ਆ ਭੇਜੀ ਹੋਈ ਆ ਮੈਂ ਬਾਈ ਜਿਹੜੀ ਸਵੀਟੀ ਆ ਉਹਦੀ ਮਦਰ ਦੀ ਸਾਡੇ ਕੋਲ ਫੋਟੋ ਹੈ ਜਾਂ ਨਹੀਂ ਮੈਂ ਭੇਜਤੀ ਉਹ ਵੀ ਤੁਹਾਨੂੰ ਆਲਰੇਡੀ ਭੇਜਤੀ ਤੁਸੀਂ ਨਾਲ ਕਹਿੰਦੇ ਹੈ ਨਹੀਂ ਗੀ ਨਹੀਂ ਨਹੀਂ ਮੈਂ ਭੇਜੀ ਹੋਈ ਤੁਹਾਨੂੰ ਦੇਖੋ ਚੈਟ ਦੇ ਵਿੱਚ ਓਕੇ ਆਪਣੇ ਇਹਨਾਂ ਦੀ ਜਿਹੜੀ ਕੁੜੀ ਆ ਸਵੀਟੀ ਉਹਦੀ ਫੋਟੋ ਭੇਜੋ ਇਹ ਕੁੜੀ ਕਹਿੰਦੀ ਸੀ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਜਵਾਬ ਦੇ ਟਾਈਮ ਬਹੁਤ ਘੱਟ ਹੈ ਇਹਨੇ ਕੀ ਕਿਹਾ ਕੁੜੀ ਨੇ ਵੀ ਸਾਰਾ ਕੁਛ ਵੀ ਸਾਰਾ ਕੁਛ ਹੁਣ ਸੈੱਟ ਆਪਣੀ ਜ਼ਿੰਦਗੀ ਦਾ ਵੀ ਹੁਣ ਆਪਾਂ ਇਕੱਠੇ ਰਹਿਣਾ ਸਾਰਾ ਕੁਛ ਉਹ ਵੀ ਤੁਹਾਨੂੰ ਮੈਂ ਭੇਜ ਦੂੰਗਾ ਇੱਕ ਇੱਕ ਚੈਟ ਮੈਂ ਤੈਨੂੰ ਉਹ ਭੇਜ ਦਿੱਤੀ ਰਹਿਣਾ ਨਹੀਂ ਇਹਨੇ ਕਿਹਾ ਕਿ ਆਪਾਂ ਹੁਣ ਵਿਆਹ ਕਰਾਵਾਂਗੇ ਕਦੋਂ ਵਿਆਹ ਕਰਾਉਣਾ ਵੀ ਹਾਂ ਹੁਣ ਸੈੱਟ ਆ ਜੀ ਮਤਲਬ ਅਗਲੇ ਸਾਲ ਆਲੇ ਮਤਲਬ ਅਗਲੇ ਸਾਲ ਮਤਲਬ ਜਿਹੜਾ ਸਾਲ ਚੱਲ ਰਿਹਾ ਇਹਦੇ ਚ ਉਹਦੇ ਆਪਾਂ ਵਿਆਹ ਕਰਾਵਾਂਗੇ ਤਾਂ ਤੁਸੀਂ ਆਪਣੇ ਮਾਂ ਪਿਓ ਨੂੰ ਦੱਸਿਆ ਹੋਇਆ ਨਹੀਂ ਮੈਂ ਦੱਸਿਆ ਨਹੀਂ ਸੀ ਕਿਉਂਕਿ ਬਸ ਯਾਰ ਮੈਨੂੰ ਇਹ ਤਾਂ ਪਹਿਲਾਂ ਹੀ ਇਹਦੇ ਸਾਰੇ ਲੱਛਣਾਂ ਬਾਰੇ ਪਤਾ ਲੱਗਣ ਲੱਗ ਗਿਆ ਸੀ ਨਾ ਰਿਸ਼ਤਾ ਬਣਾਇਆ ਕਹਿੰਦੀ ਵੀ ਮੈਨੂੰ ਮੇਰਾ ਭਰਾ ਦਿੰਦਾ ਉਹਦੇ ਚ ਸੁਣਿਓ ਫੇਰ ਇਹਨੇ ਜਿੱਦਣ ਨਾ ਮੇਰੇ ਕੋਲ ਉਹ ਵੀ ਸਕਰੀਨ ਰਿਕਾਰਡਿੰਗ ਪਈ ਹੈ ਜਿੱਦਣ ਨਾ ਜਵਾਕ ਦੇ ਸਿਰ ਤੇ ਹੱਥ ਰੱਖ ਕੇ ਬਾਬਿਆਂ ਦੀਆਂ ਫੋਟੋਆਂ ਜੋਤਾਂ ਲਾ ਕੇ ਨਾ ਇਹ ਸੌਹਾਂ ਖਾਂਦੀ ਆ ਕਹਿੰਦੀ ਮੇਰੇ ਜਵਾਕ ਨੂੰ ਜਦੋਂ ਗੱਲ ਵੱਧ ਗਈ ਇਹਨੂੰ ਪਤਾ ਲੱਗਿਆ ਵੀ ਇਹ ਜਮਾਂ ਹੀ ਸਾਰਾ ਕੁਛ ਹੋ ਗਿਆ ਵੀ ਹੁਣ ਹਨਾ ਵੀ ਖਤਮ ਹੈ ਨਾ ਕਹਾਣੀ ਵੀ ਹੁਣ ਮੇਰਾ ਜਲੂਸ ਨਿਕਲੂਗਾ ਇਹਨੇ ਨਾ ਆਪਦੇ ਮੁੰਡੇ ਦੇ ਸਿਰ ਤੇ ਹੱਥ ਰੱਖ ਲਿਆ ਕਹਿੰਦੀ ਮੈਨੂੰ ਇਹਦੀ ਸੌਂਹ ਲੱਗੇ ਕਹਿੰਦੀ ਇਹਨੂੰ ਮੇਰੇ ਭਰਾ ਵਾਲੀ ਬਿਮਾਰੀ ਲੱਗ ਜਾਵੇ ਜੇ ਮੇਰਾ ਕੋਈ ਰਿਸ਼ਤਾ ਗਲਤ ਹੋਵੇ ਉਹ ਇਨਸਾਨ ਨਾਲ ਮੈਂ ਕਿਹਾ ਅੱਛਾ ਚੱਲ ਠੀਕ ਆ ਮੈਂ ਕਿਹਾ ਉਹ ਕਿੰਨੀ ਵਾਰ ਤੇਰੇ ਘਰੇ ਆਇਆ ਕਹਿੰਦੀ ਇੱਕ ਵਾਰ ਮੇਰੀ ਮਾਤਾ ਹੁੰਦੇ ਆਇਆ ਇੱਕ ਵਾਰ ਮੈਂ ਉਹਦੇ ਘਰੇ ਗਈ ਆ ਪੂਜਾ ਦੀਦੀ ਹੁਣਾਂ ਨਾਲ ਇੱਕ ਵਾਰ ਉਹ ਘਰ ਦੇ ਬਾਹਰ ਡ੍ਰੌਪ ਕਰ ਗਿਆ ਓਕੇ ਫਾਈਨ 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 ਸੋ ਤੁਹਾਡਾ ਜਿਹੜਾ ਇੱਕ ਜਿਹੜਾ ਪੈਸਾ ਆ ਤੁਸੀਂ ਬੈਂਕ ਵਿੱਚ ਪਾਇਆ 30 ਲੱਖ ਇਹ ਕਰੰਸੀ ਜਿਹੜੀ ਆ ਇਹ ਕੈਨੇਡੀਅਨ ਗਈ ਆ ਹਾਂਜੀ ਬਾਕੀ ਦਾ ਮੇਰੇ ਕੋਲ ਰਿਮਿਟਲੀ ਦੇ ਵਿੱਚ ਆਸਟ੍ਰੇਲੀਅਨ ਸ਼ੋ ਹੁੰਦੀ ਆ ਉਹਨੂੰ ਆਪਾਂ ਕਨਵਰਟ ਕਰ ਲਾਂਗੇ ਵੀ ਕਿੰਨੀ ਗਈ ਆ ਤੁਸੀਂ ਇੱਥੋਂ ਕੈਨੇਡਾ ਵਿੱਚੋਂ ਕੈਨੇਡੀਅਨ ਕਰੰਸੀ ਪਾਈ ਨਾ ਕੁੜੀ ਦੀ ਮਦਰ ਆ ਇਹਨੇ ਕੋਈ ਤੁਹਾਡੇ ਤੋਂ ਪੈਸੇ ਇੰਡੀਆ ਚ ਮੰਗਾਏ ਆ ਨਹੀਂ ਇਸ ਕੁੜੀ ਨੇ ਸਵੀਡਨ ਇੰਡੀਆ ਚ ਮੰਗਾਏ ਪੈਸੇ ਨਹੀਂ ਇੰਡੀਆ ਨੀ ਕੋਈ ਮੰਗਾਇਆ ਜੇ ਇੰਡੀਆ ਵਿੱਚ ਮੰਗਾਇਆ ਪੈਸਾ ਤਾਂ ਮੈਂ ਇਹਨਾਂ ਤੇ ਉੱਪਰ ਚਾਰਜਸ ਲੇਟ ਚੁਕਾ ਸਕਦਾ
24 ਘੰਟੇ ਚ ਮੈਂ 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 ਬਾਕੀ ਜਦ ਮੈਂ ਨਾ ਦੇਖ ਕੇ ਤੁਹਾਨੂੰ ਦੱਸੂਗਾ ਜੇ ਸ਼ਾਇਦ ਸ਼ਾਇਦ ਹੋ ਸਕਦਾ ਵੀ ਪਿਛਲੇ ਸਾਲ ਮੈਂ ਇੱਕ ਅੱਧੀ ਟ੍ਰਾਂਜੈਕਸ਼ਨ ਮੇਰੀ ਹੋ ਗਈ ਸ਼ਾਇਦ ਮੈਂ ਮੈਨੂੰ ਲੱਭਣੀ ਪੈਣੀ ਆ ਉਹ ਵੀ ਮੈਂ ਇਹਦੀ ਮਾਤਾ ਨੂੰ ਟ੍ਰਾਂਸਫਰ ਕਰੇ ਹੁਣ ਪੈਸੇ ਸ਼ਾਇਦ ਮੈਨੂੰ ਲੱਗਦਾ ਵੀ ਨਿਕਲਿਆ ਹੋਊਗੀ ਪਰ ਇੱਥੋਂ ਨੀ ਹੋਊਗੀ ਉਹ ਇੰਡੀਆ ਤੋਂ ਹੋਊਗੀ ਇੰਡੀਆ ਤੋਂ ਹੋਈ ਹੋਊਗੀ ਕੁਛ ਵੀ ਆ ਤੁਹਾਡੇ ਬੈਂਕ ਵਿੱਚੋਂ ਇਹਨੂੰ ਪੈਸੇ ਗਏ ਹੋਣੇ ਚਾਹੀਦੇ ਆ ਲੜਕੀ ਨੂੰ ਲੜਕੀ ਦੀ ਮਾਂ ਨੂੰ ਕਿ 420 ਕੀਤੀ ਇਹਨਾਂ ਨੇ ਠੀਕ ਹੈ ਜੀ ਸੋ ਉਹ ਜਿਹੜਾ ਲੜਕਾ ਆ ਉਹਦੀ ਕਸਟਡੀ ਜਿਹੜੀ ਆ ਉਹ ਹੁਣ ਮਾਂ ਦੇ ਕੋਲ ਆ ਮਤਲਬ ਇਹ ਮੁੰਡੇ ਕੋਲ ਮੁੰਡਾ ਜਿਹੜਾ ਆ ਮਾਂ ਦੇ ਨਾਲ ਰਹਿੰਦਾ ਆਪਣੀ ਨਾਨੀ ਦੇ ਨਾਲ ਰਾਈਟ ਹਾਂਜੀ ਓਕੇ ਹੁਣ ਤੁਸੀਂ ਚਾਹੁੰਦੇ ਕੀ ਹੋ ਬਸ ਜੀ ਮੈਂ ਇਹ ਚਾਹੁੰਦਾ ਵੀ ਇਹ ਮਾਵਾਂ ਧੀਆਂ ਹੈਗੀਆਂ ਬਹੁਤ ਤੇਜ਼ ਪਹਿਲੀ ਤਾਂ ਗੱਲ ਇਹ ਆ ਵੀ ਇਹਨੇ ਜਵਾਕ ਜਿਹੜਾ 11 ਸਾਲਾਂ ਦਾ ਜਦੋਂ ਮੁੰਡਾ ਇਹਨੂੰ ਮਿਲਣ ਆਉਣਾ ਹੁੰਦਾ ਸੀ ਇਹ ਮੇਰੇ ਕੋਲ ਮੰਨ ਗਈ ਮੈਨੂੰ ਨੀ ਪਤਾ ਪਲੈਕਸੀਆ ਕੀ ਗੋਲੀਆਂ ਹੁੰਦੀਆਂ ਨੇ ਇਹਨੂੰ ਦੁੱਧ ਚ ਨਾ ਪਲੈਕਸੀਆ ਪਾ ਕੇ ਦੇਣ ਲੱਗ ਗਈ ਜਵਾਕ ਨੂੰ ਆਪਦੇ ਸਾਰੇ ਲੁੱਚੇ ਕੰਮ ਕਰਨ ਲਈ ਮੇਰੇ ਕੋਲ ਮੁੰਡੇ ਨੇ ਇਹਦੀ ਚੈਟ ਵੀ ਹੈ ਨਾ ਜਿਹੜੀ ਇਹ ਗੱਲਾਂ ਕਰਦੀ ਵੀ ਭਰਾ ਵਾ ਤੁਹਾਨੂੰ ਜਦੀ ਪਤਾ ਲੱਗ ਜੂ ਵੀ ਭਰਾ ਵਾ ਕਿ ਭੈਣ ਆ ਹਨਾ ਚੈਟਾਂ ਤੋਂ ਸਾਰਾ ਕੁਝ ਪਤਾ ਲੱਗ ਜੂ ਸਾਢੇ ਪੰਜ 500 ਕਾਲਾਂ ਨੇ ਉਹ ਮੁੰਡੇ ਨਾਲ ਇਹਦੇ ਵੱਲੋਂ ਸਿਰਫ ਇਕੱਲੀਆਂ ਆਊਟਗੋਇੰਗ ਨਾ ਕਿ ਇਨਕਮਿੰਗ ਹਲੇ ਲੈਦਾ ਨੇ ਸਾਢੇ ਪੰਜ 500 ਕਾਲਾਂ ਰਾਤ ਨੂੰ ਡੇਢ ਢਾਈ ਵਜੇ 40-40 ਮਿੰਟ 50-50 ਮਿੰਟ ਤੇ ਉਹ ਸਾਰਾ ਕੁਝ ਮੇਰੇ ਕੋਲ ਹੈਗਾ ਹਨਾ ਮੈਂ ਅਗਰ ਤੁਸੀਂ ਹੋਲਡ ਅਪ ਪਲੀਜ਼ ਸਟੈਂਡ ਬਾਈ ਜੇ ਤੁਸੀਂ ਕਰਜ਼ਾ ਮਾਫ਼ ਕਰਾਉਣਾ ਚਾਹੁੰਦੇ ਹੋ ਤਾਂ ਮੇਰੇ ਪਾਸ ਉਲਟ ਡਿਪਟੀਸ਼ਨ ਦਾ ਨੰਬਰ ਨਾਮ ਯਾਦ ਰੱਖੋ ਜਿਹੜਾ ਕਿ ਤੁਹਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਉਲਟ ਡਿਪਟੀਸ਼ਨ ਦੇ ਮਾਲਕ ਨਿਰਮ ਮਾਨ ਜੀ ਕਹਿੰਦੇ ਨੇ ਕਿ ਕਰਜ਼ਾ ਠਾਹ ਕਰਕੇ ਮਾਫ਼ ਕਰਾਉਣਾ ਤਾਂ ਟੈਲੀਫੋਨ ਨੰਬਰ ਡਾਇਲ ਕਰਨਾ 888-888-9914 ਤੇ ਆਪਣੀ ਫੀਸ ਬਾਅਦ ਵਿੱਚ ਚਾਰਜ ਕਰਦੇ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਬੜਾ ਹਰਮਨ ਪਿਆਰਾ ਨਾਮ ਹੈ ਪ੍ਰਸਤੂਗ ਨਾਮ ਹੈ ਉਹ ਹੈ ਉਰਾ ਡਿਪਟੀਸ਼ਨ ਜੋ ਨੰਬਰ ਹੈ 888-888-9914 ਸੋਨੇ ਦੀ ਸ਼ਾਪਿੰਗ ਵਾਲੇ ਮਹਿੰਦਰਾ ਜਿਲ ਪਮਿਤ ਨੇ ਕਹਿੰਦੇ ਕਿ ਬਹੁਤ ਜਲਦੀ ਆਪਣੀਆਂ ਬ੍ਰਾਂਚਾਂ ਅਸੀਂ ਤੁਹਾਡੇ ਵਾਸਤੇ ਖੋਲ੍ਹ ਰਹੇ ਹਾਂ ਤੁਹਾਡੀਆਂ ਬ੍ਰਾਂਚਾਂ ਤੁਹਾਡੇ ਲਈ ਖੁੱਲ੍ਹ ਜਾਣਗੀਆਂ ਮਹਿੰਦਰਾ ਜਿਲਰ ਦੀਆਂ ਕੈਨੇਡਾ ਅਤੇ ਅਮਰੀਕਾ ਦੇ ਕੁਝ ਸ਼ਹਿਰਾਂ ਦੇ ਵਿੱਚ ਕੀ ਤੁਸੀਂ ਜਾਣਦੇ ਹੋ ਕਿ ਹਵਾਈ ਅਡਾਨ ਲੈਣ ਲਈ $699 ਵਿੱਚ ਇੰਡੀਆ ਨੂੰ ਤੁਸੀਂ ਜਾਣਾ ਆ ਤਾਂ 699 ਦੀ ਵਨ ਵੇ ਟਿਕਟ ਹੈ ਕਟਾਰੀ ਟਰੈਵਲ ਟੂ ਜੋ ਕਿ ਟੋਰਾਂਟੋ ਟੂ ਅੰਮ੍ਰਿਤਸਰ ਫਲਾਈਟ ਹੈ ਕਿਰਾਇਆ ਜਿਸਦਾ ਹੈ 699 ਨੰਬਰ ਹੈ 9566781200 ਹਰ ਦੇਸ਼ ਦਾ ਵੀਜ਼ਾ ਵੀ ਲੈ ਕੇ ਦਿੰਦੇ ਨੇ ਕੀ ਤੁਸੀਂ ਜਾਣ ਕੇ ਰੱਖਦੇ ਹੋ ਕਿ ਇੰਡੀਅਨ ਸਬਜ਼ੀ ਬਾਜ਼ਾਰ ਗ੍ਰੋਸਰੀ ਸਟੋਰ 7-24 ਘੰਟੇ ਖੁੱਲ੍ਹਦਾ ਨਾਲ ਰੈਸਟੋਰੈਂਟ ਹੈ ਜਿੱਥੇ ਕਿ ਅੱਜ ਕੱਲ੍ਹ ਨੋਡਾ ਨਿਰਮਿਤ ਸੈਂਟਰ ਨੂੰ 20 ਪਾਉਂਡ ਆਟਾ ਲੈ ਸਕਦੇ ਜਿਹੜਾ ਕਿ ਆਟਾ ਖਾਣ ਨੂੰ ਬੜਾ ਹੀ ਸਵਾਦ ਹੈ ਗੁਣਨ ਨੂੰ ਬੜਾ ਹੀ ਆਸਾਨ ਅਤੇ ਜਲਦੀ ਵਿੱਚ ਡਾਈਜੈਸਟ ਹੋਣ ਵਾਲਾ ਇਹ ਆਟਾ ਸ਼ੀਰ ਆਟਾ ਲਿਆਓ ਪਕਾਓ ਅਤੇ ਖਾਓ ਹੁਣ ਅਸੀਂ ਦੱਸਣਾ ਚਾਹਾਂਗੇ ਕਿ ਇੱਕ ਇੰਡੀਆ ਟੇਸਟ ਰੈਸਟੋਰੈਂਟ ਹੈ ਇੱਥੇ ਗ੍ਰੋਸਰੀ ਸਟੋਰ ਹੈ ਇੰਡੀਆ ਟੇਸਟ ਗ੍ਰੋਸਰੀ ਸਟੋਰ ਦੇ ਮਾਲਕ ਰਣਜੀਤ ਚਾਲ ਜੀ ਜਿਹੜਾ ਬਹੁਤ ਵੱਡਾ ਪਲਾਜ਼ਾ ਹੈ ਜਿੱਥੇ ਕਿ ਇੱਕ ਬੇਕਰੀ ਸਟੋਰ ਜੋ ਕਿ ਆਂਡੇ ਤੋਂ ਬਗੈਰ ਬਿਸਕੁਟਸ ਕੁਕੀਜ਼ ਅਤੇ ਕੇਕ ਵੀ ਤਿਆਰ ਕਰਦੇ ਨੇ ਇਹਨਾਂ ਨੇ ਤੁਸੀਂ ਜਿੰਨੇ ਸੌਡਾ ਦੀ ਗ੍ਰੋਸਰੀ ਕਰੋਗੇ ਉਨੇ ਤੁਸੀਂ ਮਿਠਾਈ ਡੱਬੇ ਫ੍ਰੀ ਲੈ ਸਕਦੇ ਹੋ ਗਰਮ ਗਰਮ ਜਲੇਬੀਆਂ ਅਤੇ ਡਿਸਕਾਊਂਟ ਹੈ ਲੱਡੂ ਲਿਆਓ ਬਰਫੀ ਲਿਆਓ ਹਰ ਚੀਜ਼ ਜਿਹੜੀ ਹੈ ਫਰੈਸ਼ ਲੈ ਕੇ ਆਓ ਇਹਨਾਂ ਦਾ ਰੈਸਟੋਰੈਂਟ ਹੈ ਲੌਂਜ ਵੀ ਹੈ ਅਤੇ ਇਹਨਾਂ ਦਾ ਪਾਰਟੀ ਹਾਲ ਵੀ ਹੈ ਹਰਜੀਤ ਚਾਲ ਜੀ ਤੁਹਾਨੂੰ ਮਿਠਾਈ ਡੱਬੇ ਡਿਸਕਾਊਂਟ ਨਹੀਂ ਬਲਕਿ ਫ੍ਰੀ ਦੇ ਰਹੇ ਨੇ ਆਓ ਇੰਡੀਆ ਟੇਸਟ ਗ੍ਰੋਸਰੀ ਸਟੋਰ ਤੁਹਾਡੇ ਸੇਵ ਵਿੱਚ ਨੰਬਰ 1 ਸਟੋਰ ਹੈ ਹੁਣ ਅਸੀਂ ਆਪਣੇ ਸੁਣਨ ਵਾਲੇ ਸੋਤਿਆਂ ਨੂੰ ਇਹ ਜਾਣਕਾਰੀ ਦੇਣੀ ਚਾਹਾਂਗੇ ਅਗਰ ਜੇ ਤੁਹਾਡੇ ਪਰਿਵਾਰ ਦਾ ਮੈਂਬਰ ਕੋਈ ਬਿਮਾਰੀ ਦਾ ਕਾਰਨ ਥਕਾਵਟ ਰਹਿੰਦੀ ਹੈ ਉਹਦੀ ਪੇਨ ਹੈ ਲੱਤਾਂ ਵਿੱਚ ਦਰਦ ਹੈ ਢੂਈ ਵਿੱਚ ਦਰਦ ਹੈ ਮੋਢਿਆਂ ਵਿੱਚ ਗੋਡਿਆਂ ਵਿੱਚ ਦਰਦ ਹੈ ਚਾਹੇ ਔਰਤ ਹੈ ਚਾਹੇ ਮਰਦ ਹੈ ਤੁਸੀਂ ਟਰੱਕ ਚਲਾਉਂਦੇ ਹੋ ਟੈਕਸੀ ਚਲਾਉਂਦੇ ਹੋ ਖੜ ਕੇ ਕੰਮ ਕਰਦੇ ਹੋ ਬਜ਼ੁਰਗ ਨੇ ਸਾਡੇ ਉਹਨਾਂ ਦੀ ਪੇਨ ਰਹਿੰਦੀ ਹੈ ਗੋਡਿਆਂ ਵਿੱਚ ਤਾਂ ਮਸਾਜ ਬੋਡੀ ਕਰਾਉਣੀ ਬਹੁਤ ਜ਼ਰੂਰੀ ਹੈ ਤੁਹਾਡੇ ਕਾਰਨ ਕਿ ਤੁਸੀਂ ਟਰੱਕ ਚਲਾਉਂਦੇ ਹੋ ਜਿਸ ਟਰੱਕ ਖੜ੍ਹਾ ਹੈ ਪਾਰਕਿੰਗ ਲੋਟ ਦੇ ਵਿੱਚ ਉੱਥੇ ਟਰੱਕ ਜਿੱਥੇ ਹੋਵੇ ਉੱਥੇ ਆਣ ਕੇ ਲੇਡੀ ਜੇ ਹੈ ਲੇਡੀ ਉਹਨਾਂ ਦੀ ਮਸਾਜ ਕਰਦੀਆਂ ਨੇ ਜੇ ਜੈਂਟਸ ਹੈ ਜੈਂਟਸ ਮਸਾਜ ਕਰਦੇ ਨੇ ਇਹਨਾਂ ਦੇ ਕੋਲ 40 ਤੋਂ ਉੱਪਰ ਲੇਡੀਜ਼ ਨੇ 40 ਤੋਂ ਉੱਪਰ ਬੋਆਇਜ਼ ਨੇ ਜੋ ਕਿ ਲੜਕਿਆਂ ਦੀ ਲੜਕੇ ਮਸਾਜ ਕਰਦੇ ਨੇ ਅਤੇ ਔਰਤਾਂ ਵਾਸਤੇ ਲੇਡੀਜ਼ ਮਸਾਜ ਕਰਦੀਆਂ ਨੇ ਜੋ ਸਪੈਸ਼ਲ ਨੇ ਜਿਹਨਾਂ ਨੇ ਕੋਰਸ ਕੀਤਾ ਹੋਇਆ ਐਸੇ ਨੰਬਰ ਨੋਟ ਕਰ ਲਓ ਜਦੋਂ ਵੀ ਤੁਸੀਂ ਟੋਰਾਂਟੋ ਸ਼ਹਿਰ ਨੂੰ ਆਓ ਤਾਂ ਜੀ ਟੀ ਦੇ ਇਲਾਕੇ ਵਿੱਚ ਕਿਤੇ ਵੀ ਟਰੱਕ ਤੁਸੀਂ ਖੜ੍ਹਾ ਕਰੋ 24 ਘੰਟੇ 7 ਦਿਨ ਮਸਾਜ ਕਰਾਉਣ ਬਾਰੇ ਸੋਚੋ ਥਕਾਵਟ ਨੂੰ ਦੂਰ ਕਰਨਾ ਚਾਹੋ ਤਾਂ ਨੰਬਰ ਮੈਂ ਸਕਰੀਨ 'ਤੇ ਦੇ ਰਿਹਾ ਗੈਟ ਮਸਾਜ 6472711062 ਨੰਬਰ ਲਿਖੋ ਮਸਾਜ ਕਰਾਓ ਅੱਧੇ ਘੰਟੇ ਦੇ ਵਿੱਚ ਵਿੱਚ ਤੁਹਾਡੇ ਜਿੱਥੇ ਵੀ ਟਰੱਕ ਖੜ੍ਹਾ ਹੈ ਜਾਂ ਜਿੱਥੇ ਵੀ ਤੁਹਾਡਾ ਘਰ ਹੈ
ਤੁਸੀਂ ਮਸਾਜ ਆਪਣੀ ਕਰਾਉਣੀ ਹੈ, ਆਪਣੇ ਪਾਰਟਨਰ ਦੀ ਕਰਾਉਣੀ ਹੈ, ਜਾਂ ਲੇਡੀਜ਼ ਨੇ ਕਰਾਉਣੀ ਹੈ, ਜਾਂ ਜੈਂਟਸ ਨੇ ਕਰਾਉਣੀ ਹੈ, ਮੋਢਾ ਦੁਖਦਾ ਹੈ, ਢੂਹੀ ਦੁਖਦੀ ਹੈ, ਦਰਦ ਹੋ ਰਿਹਾ, ਮਾਈ ਗੋਡ ਟੂ ਮੱਚ ਪੇਨ ਹੈ, ਤਾਂ ਕਾਲ ਕਰੋ 647-271-1062। ਅਸੀਂ ਇਸ ਵੇਲੇ ਵਿਸ਼ੇਸ਼ ਗੱਲਬਾਤ ਕਰ ਰਹੇ ਹਾਂ, ਇਹ ਹੈ ਪਿਆਰ ਦੀਆਂ ਪੀਂਘਾਂ ਪਾਈਆਂ, ਜਿਸ ਵਿੱਚ 32 ਲੱਖ ਰੁਪਈਆ ਬ੍ਰਮਟਨ ਦੇ ਇੱਕ ਨੌਜਵਾਨ ਲੜਕੀ ਨੇ ਗਵਾਇਆ। ਇਹ ਲੜਕਾ ਭੁੱਬਾ ਮਾਰ ਕੇ ਰੋ ਰਿਹਾ ਹੈ। ਇਹ ਲੜਕੀ ਦਾ ਮਕਸਦ ਇਹ ਆ, ਪੈਸੇ ਮਿਹਨਤ ਚ ਨਾ ਮਿਹਨ ਪਰ ਲੋਕ ਬਚ ਕੇ ਰਹਿਣ, ਇਹ ਸਟੋਰੀ ਅਸੀਂ ਪਹਿਲਾਂ ਪੇਸ਼ ਕਰ ਚੁੱਕੇ ਹਾਂ। ਪਰ ਹੈਰਾਨੀ ਵਾਲੀ ਗੱਲ ਹੈ ਕਿ ਸ਼ਾਦੀਸ਼ੁਦਾ ਔਰਤ ਹੋਵੇ, ਬਿਨਾਂ ਕਿਸੇ ਲਾਲਚ ਤੋਂ ਇਹਨਾਂ ਨੇ ਮੁਤਾਬਕ ਪੈਸੇ ਦਿੱਤੇ ਹੋਣ। ਮੈਨੂੰ ਇਸ ਚੀਜ਼ ਬੜੀ ਇਹ ਡਿਸਟਰਬ ਕਰ ਰਹੀ ਹੈ, ਮੈਨੂੰ ਪੈਂਚ ਕਰ ਰਹੀ ਹੈ, ਮੇਰੇ ਇਹ ਗੱਲਾਂ ਝੁੰਡੀਆਂ ਵੱਢ ਰਹੀ ਹੈ ਕਿ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਕੰਮਕਾਰ ਤੋਂ 32 ਲੱਖ ਰੁਪਈਆ ਇੰਡੀਆ ਦਾ ਟ੍ਰਾਂਸਫਰ ਕਰ ਦੇਣਾ, ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਵਿਸ਼ਵਾਸ ਆਉਂਦਾ ਹੋਵੇਗਾ। ਮੈਨੂੰ ਨਹੀਂ ਆ ਰਿਹਾ, ਮੈਨੂੰ ਲੱਗਦਾ ਕਿ ਇਹ ਲੜਕੀ ਨੇ ਸੋਚਿਆ ਸੀ ਕਿ ਮੈਂ ਕੈਨੇਡਾ ਵਿੱਚ ਹਾਂ, ਇਹ ਲੜਕੀ ਆਸਟ੍ਰੇਲੀਆ ਦੀ ਵਰਕ ਪਰਮਿਟ 'ਤੇ ਆ, ਤਾਂ ਮੈਂ ਇਹਨੂੰ ਮੰਗਾ ਲਵੇਗੀ, ਮੈਨੂੰ ਪਿਆਰ ਕਰਦੀ ਹੈ, ਸਤਿਕਾਰ ਦਿੰਦੀ ਹੈ। ਇਹ ਭੋਲਾ ਭਾਲਾ ਲੜਕਾ, ਮਿਹਨਤੀ ਲੜਕਾ, ਮਿਹਨਤ ਕਰਨ ਵਾਲੇ ਲੜਕੇ ਹਮੇਸ਼ਾ ਹੀ ਜਲਦੀ ਵਿਸ਼ਵਾਸ ਵਿੱਚ ਲੈ ਆਉਂਦੀਆਂ ਨੇ ਔਰਤਾਂ। ਔਰਤਾਂ ਨੂੰ ਪਤਾ ਹੁੰਦਾ ਕਿਵੇਂ ਕਿਸ ਤਰ੍ਹਾਂ ਉਂਗਲੀ 'ਤੇ ਕਮਾਉਣਾ ਹੈ ਨੌਜਵਾਨ ਮੁੰਡਿਆਂ ਨੂੰ। ਮੁੰਡੇ ਹੁੰਦੇ ਨੇ ਭੋਲੇ ਭਾਲੇ, ਇਹ ਮੁੰਡੇ ਭੋਲੇ ਭਾਲੇ ਫਸ ਜਾਂਦੇ ਨੇ। ਇਹ ਨਾ ਆਪਣੀ ਪਿਆਰ ਮੁਹੱਬਤ ਜੋ ਮਾਂ ਦੇ ਨਾਲ ਕਰਨਾ ਹੁੰਦਾ ਉਹ ਵੀ ਭੁੱਲ ਜਾਂਦੇ ਨੇ, ਸਿਰਫ ਇਹਨਾਂ ਨੂੰ ਪਿਆਰ ਦੀਆਂ ਪੀਂਘਾਂ ਝੂਟਦੇ ਇਹ ਵੇਖਦੇ ਵਾਲੇ ਹੁੰਦੇ ਨੇ। ਹੁਣ ਜਿੱਥੇ ਪਿਆਰ ਦੀਆਂ ਪੀਂਘਾਂ ਝੂਟਣੀਆਂ ਸੀ, ਦਰਖਤਾਂ ਨਾਲ ਇਹਨਾਂ ਨੇ ਰੱਸੇ ਪਾਏ ਹੋਏ ਸੀ, ਉਹ ਦਰਖਤ ਪੱਟ ਹੋ ਗਏ। ਸੋ ਮੈਂ ਹੈਰਾਨ ਹਾਂ ਕਿ ਇਸ ਲੜਕੇ ਨੇ ਜ਼ਿੰਦਗੀ ਆਪਣੀ ਬਰਬਾਦ ਕੀਤੀ ਮੀਤੀ ਨੇ ਸਵੀਟੀ ਨਾਲ। ਸਵੀਟੀ ਤਾਂ 32 ਲੱਖ ਰੁਪਈਆ ਲੈ ਕੇ ਹੁਣ ਇੱਕ ਕਿਸਮ ਦੀ ਫਰਾਰ ਹੋ ਗਈ ਹੈ। ਕੀ ਮੀਤੀ ਤੁਹਾਡੇ ਨਾਲ ਗੱਲ ਕਰਦੀ ਆ, ਕੀ ਨੰਬਰ ਇਹਦਾ ਸਰਵਿਸ ਵਿੱਚ ਹੈ? ਨੰਬਰ ਇਹਦਾ, ਹਾਂਜੀ ਮੈਂ ਤੁਹਾਨੂੰ ਭੇਜਾਂ, ਕੱਲ ਜੀ ਤੋਂ ਫੋਨ ਆਇਆ ਸੀਗਾ, ਆਏ ਸੀ, ਮੇਰੀ ਗੱਲ ਨਹੀਂ ਹੁੰਦੀ ਜੀ। ਇਹਦੇ ਆ ਫਾਸਟ ਸਰਵਿਸ ਲੈਣੀ ਆ, ਇਹਦੇ ਕੋਲ ਪਾਸਪੋਰਟ ਇੰਡੀਆ ਨੇ ਆ, ਤੇ ਅਸੀਂ ਇੱਥੇ ਪਰਚਾ ਦਰਜ ਕਰ ਸਕਦੇ 420 ਦਾ, ਇਹਦੇ ਇਹਦੇ ਮਦਰ ਤੇ, ਇਹਦੇ ਪਿੰਡ ਦਾ ਤੁਹਾਨੂੰ ਪਤਾ ਹੀ ਆ, ਤੁਹਾਨੂੰ ਇਹਦੀ ਮਾਂ ਦਾ ਪਤਾ ਆ, ਹਾਂਜੀ ਇਹਦੇ ਕੋਲ ਇਹਦੇ ਕੋਲ ਟੈਲੀਫੋਨ ਨੰਬਰ ਕਿਹੜੀ ਕੰਟਰੀ ਦਾ ਆ? ਇਹਦੇ ਕੋਲ ਆਸਟ੍ਰੇਲੀਆ ਦਾ, ਇਹਦੇ ਕੋਲ ਆਸਟ੍ਰੇਲੀਆ ਨੰਬਰ ਹੈ ਜੀ, ਇਹਦੇ ਕੋਲ ਪਾਸਪੋਰਟ ਇੰਡੀਅਨ ਹੈ, ਇੰਡੀਅਨ ਹੈ, ਹਾਂਜੀ ਓਕੇ। ਇਹ ਤੁਹਾਡੇ ਕੋਲ ਇਹ ਡੇਟ ਆਫ ਬਰਥ ਹੋਵੇਗੀ ਫਾਰ ਸ਼ੋਰ? ਸਾਰਾ ਕੁਛ ਜੀ, ਸਾਰਾ ਕੁਛ, ਵੀਜ਼ਾ ਵੀ ਸਾਰਾ ਕੁਛ ਹੈਗਾ ਮੇਰੇ ਕੋਲ। ਓਕੇ, ਸੋ ਵੀਜ਼ਾ ਪਾਸਪੋਰਟ ਇਹ ਤੁਸੀਂ ਆਪਣੇ ਆਰਸੀਪੀ ਨੂੰ ਹੈਂਡ ਓਵਰ ਕਰੋਗੇ? ਤੁਹਾਨੂੰ ਇੱਕ ਨੰਬਰ ਦੇਵਾਂਗੇ CBSA ਦਾ, ਤਾਂ ਕਿ ਤੁਸੀਂ ਦੱਸ ਸਕੋ ਕਿ ਤੁਹਾਡੇ ਨਾਲ ਇਹਨੇ ਠੱਗੀ ਮਾਰੀ ਹੈ। ਇਹ ਚਾਰਜ ਹੋਵੇਗੀ, ਇਹਦੇ ਮਦਰ ਨੂੰ ਪੰਜਾਬ ਦੇ ਵਿੱਚ ਅਰੈਸਟ ਕੀਤਾ ਜਾਵੇਗਾ। ਅਰੈਸਟ ਕਰਨ ਦੇ ਵਾਸਤੇ ਕੁਝ ਸੋਲਿਡ ਪਰੂਫ ਚਾਹੀਦੇ ਨੇ। ਕੀ ਇਹ ਤੁਹਾਨੂੰ ਡਰਾਉਂਦੇ ਕਿ ਸਾਨੂੰ ਕੋਈ MLA ਜਾਣਦਾ, ਸਾਨੂੰ ਮੰਤਰੀ ਜਾਣਦਾ, ਸੰਤਰੀ ਜਾਣਦਾ? ਤੁਹਾਡੇ ਘਰ ਦੇ ਦਰਵਾਜੇ ਤੇ ਆਣ ਕੇ ਦਰਵਾਜਾ ਖਟਖਟਾਊਗਾ ਤੇ ਤੁਹਾਨੂੰ ਅਰੈਸਟ ਕਰੂਗਾ, ਪਰ ਜੇ ਤੁਸੀਂ ਥ੍ਰੈਟ ਨਹੀਂ ਕੀਤਾ ਤਾਂ ਤੁਹਾਨੂੰ ਚਾਰਜ ਕਿਵੇਂ ਕਰੂਗਾ ਪੁਲਿਸ ਅਫਸਰ? ਤੁਸੀਂ ਉਹਨਾਂ ਨੂੰ ਕੋਈ ਲੈ ਕੇ, ਤੁਸੀਂ ਕੋਈ ਟੈਕਸਟ ਮੈਸੇਜ ਭੇਜ ਦੇਣ ਕਿ ਮੈਂ ਥ੍ਰੈਟ ਨਹੀਂ ਕੀਤਾ, ਕੋਈ ਐਸਾ ਸ਼ਬਦ ਨਹੀਂ ਵਰਤਿਆ? ਬਾਸੀ ਸਾਹਿਬ, ਮੇਰੇ ਦੋ ਨੰਬਰ ਚੱਲ, ਮੇਰਾ ਜਿਹੜਾ ਨੰਬਰ ਚੱਲ ਦੇਖੋ ਉਹਦੇ ਤੋਂ, ਜਿਹੜੀ ਮੈਂ ਪੁਲਿਸ ਅਫਸਰ ਨੂੰ ਇਹ ਗੱਲ ਕਹੀ, ਮੈਂ ਕਿਹਾ ਵੀ ਦੇਖੋ ਜਿਹੜੇ ਚਾਰਜਸ ਬਣਦੇ ਨੇ ਉਹ ਚਾਰਜਸ ਲਾਓ ਤੁਸੀਂ, ਜਦੋਂ ਮੈਂ ਕੀਤਾ ਹੀ ਨਹੀਂ, ਮੈਂ ਕੁਛ ਗਲਤ ਨਹੀਂ, ਮੈਨੂੰ ਕੀ ਪਤਾ ਵੀ ਇਹ ਕੀ ਤੋਂ ਕੀ ਕਰਾ ਰਹੀ ਹੈ। ਪੁਲਿਸ ਅਫਸਰ ਕਿਸ ਲਹਿਜੇ ਵਿੱਚ ਗੱਲ ਕਰ ਰਹੀ ਸੀ ਤੁਹਾਡੇ ਨਾਲ? ਰੂਟ ਸੀ, ਰਫ ਸੀ? ਹਾਂਜੀ ਰਫ ਗੱਲ ਕਰ ਰਿਹਾ ਸੀ ਮੈਨੂੰ, ਕਹਿੰਦਾ ਤੂੰ ਜੇ ਤੂੰ ਕੀਤਾ ਤਾਂ, ਕਹਿੰਦਾ ਜੇ ਤੂੰ ਹੁਣ ਕੀਤਾ ਤਾਂ, ਕਹਿੰਦਾ ਵੀ ਤੇਰੇ ਤੇ ਚਾਰਜਸ ਲੱਗਣਗੇ। ਮੈਂ ਕਿਹਾ ਤੇਰੀ ਚਾਰਜਸ ਲਾ ਲਓ ਜਿਹੜੇ ਲੱਗਦੇ, ਕੋਈ ਚੱਕਰ ਨਹੀਂ, ਮੈਂ ਤੇ ਇੰਡੀਆ ਚੱਲ। ਪੁਲਿਸ ਅਫਸਰ ਨੇ 3 ਵਾਰੀ ਕਾਲ ਕਿਉਂ ਕੀਤਾ ਫਿਰ? ਫੋਨ ਸਪੀਕਰ ਤੇ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਵੀ ਪਿੱਛੇ ਕੋਈ ਬੋਲ ਕੇ ਦੱਸ ਰਿਹਾ ਨਾ, ਇਹ ਬੋਲ ਕੇ ਦੱਸ ਰਹੀ ਸੀ। ਫਿਰ ਬਾਸੀ ਜੀ ਮੈਂ ਇੰਗਲਿਸ਼ ਚ ਗੱਲ ਕਰਦਾ ਕਰਦਾ ਮੈਂ ਪੰਜਾਬੀ ਜੀ, ਮੈਂ ਕਿਹਾ ਵੀ ਤੂੰ ਜਿਹੜਾ ਕੁਛ ਤੇਰੇ ਦਿਲ ਚ ਆਉਣਾ ਹੁਣ ਤੂੰ ਕਰ ਲਈ, ਜੋ ਮੇਰੇ ਦਿਲ ਚ ਆਊਗਾ ਵੀ ਮੈਂ ਪਿੱਛੇ ਨੀ ਹਟਣਾ, ਮੈਂ ਕਿਸੇ ਧਮਕੀ ਤੋਂ ਨੀ ਪਿੱਛੇ ਹਟਣਾ, ਮੈਂ ਸਾਰਿਆਂ ਚ ਜੱਗ ਜਾਹਰ ਕਰਨਾ,
ਸਾਰਾ ਕੁਛ ਜੋ ਵੀ ਆ ਕਿਉਂਕਿ ਇਹਨਾਂ ਮਾਵਾਂ ਧੀਆਂ ਨੇ ਫੇਰ ਕਿਸੇ ਨੂੰ ਆਪਦੇ ਹਿਸਾਬ 'ਚ ਲੈ ਕੇ ਕਿਸੇ ਦਾ ਫੇਰ ਘਰ ਪੱਟਣਗੀਆਂ तस्वीर है तस्वीर भेजी गई ने जी इन्हों वालों वेट क्लेम कर दे पर नहीं पता की मदर है जी इन्होंने श्योर नहीं है ਇਹਨਾਂ ਦੇ ਹੋਰ ਹੱਥ ਵੱਲ ਪੱਲੇ ਕੁਛ ਨੀ ਹੈਗਾ ਕਿਉਂਕਿ ਮੈਂ ਚਾਹੁੰਦਾ ਵੀ ਜਾਂਦਾ ਮੈਨੂੰ ਪਹਿਲਾਂ ਕਰਾ ਲੈਣ ਤੇ ਇਹਨਾਂ ਤੇ ਹਨਾ ਪਰਚਾ ਇੰਡੀਆ ਫਿਰ ਜਿਹੜਾ ਕੁਛ ਵੀ ਆ ਤੁਸੀਂ ਮੇਰੀ ਉਹਦੇ ਚ ਹੈਲਪ ਨਹੀਂ ਨਹੀਂ ਇੱਕ ਸੈਕਿੰਡ ਤਾਂ ਇੰਡੀਆ ਤੋਂ ਕਿਹਦਾ ਫੋਨ ਆਇਆ ਸੀ ਜਲਦੀ ਕਰੋ ਇੰਡੀਆ ਤੋਂ ਜੀ ਇਹਦੇ ਇਹਨੇ ਇਹਦੀ ਮਾਤਾ ਨੇ ਕਿਹਾ ਠੀਕ ਹੈ ਜੀ ਇਹਦੀ ਮਾਤਾ ਨੇ ਕੀ ਕਿਹਾ ਬੋਲੋ ਇਹਦੀ ਮਾਤਾ ਕਹਿੰਦੀ ਵੀ ਅਸੀਂ ਵੀ ਤੂੰ ਇੱਕਣ ਕਰਦਾ ਵੀ ਅਸੀਂ ਤੇਰੇ ਤੇ ਰਿਪੋਰਟ ਦੇ ਦਾਂਗੇ ਰੱਖਿਆ ਜੀ ਕੋਈ ਮਿੰਟ ਰਿਪੋਰਟ ਕਿਸ ਚੀਜ਼ ਦੇਓਗੇ ਤੁਸੀਂ ਮੈਨੂੰ ਸਮਝੀ ਬਸ ਜੀ ਮੈਨੂੰ ਉਹੀ ਤਾਂ ਸਮਝ ਨਹੀਂ ਲੱਗਦੀ ਵੀ ਵੀ ਘਰ ਵੀ ਸਾਰਾ ਕੁਛ ਲਿਆ ਵਰਤ ਵੀ ਲਿਆ ਹਨਾ ਫੁੱਦੂ ਵੀ ਲਾਤਾ ਜੀ ਆਪਣਾ ਹਨਾ ਤੇ ਫਿਰ ਆਪਾਂ ਨੂੰ ਡਰਾਇਆ ਧਮਕਾ ਰਿਹਾ ਜਾ ਰਿਹਾ ਜੀ ਆਪਾਂ ਸੱਚ ਦੱਸ ਰਹੇ ਮੀਤਾ ਜੀ ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਮੇਰੇ ਛੋਟਾ ਸਵਾਲ ਹੈ ਤੁਹਾਨੂੰ ਤੁਹਾਡੇ ਤੇ ਪੁਲਿਸ ਪਰਚਾ ਕਿਵੇਂ ਕਰ ਸਕਦੀ ਹੈ ਤਾਂ ਤੁਹਾਡੀ ਜਿਹੜੀ ਸੱਸ ਆ ਜਿਹਨਾਂ ਜਸਵੀਰ ਕੌਰ ਆ ਉਹਨਾਂ ਸਹੀ ਜਸਵੀਰ ਕੌਰ ਜਿਹਨਾਂ ਕੋਈ ਫੇਕ ਨਾਂ ਰੱਖਿਆ ਇਹ ਸਹੀ ਗੱਲ ਹੈ ਤੇ ਇਹਦੇ ਘਰ ਵਾਲੇ ਦਾ ਕੀ ਨਾਂ ਸੀ ਜਿਹੜਾ ਹੈ ਨੀ ਗਾ ਹੁਣ ਹੈ ਹਰਪ੍ਰੀਤ ਸਿੰਘ ਤੁਸੀਂ ਫੋਟੋ ਦੇਖੀ ਆ ਤੁਹਾਡੇ ਕੋਲ ਫੋਟੋ ਹੈ ਉਹਦੀ ਮੇਰੇ ਕੋਲ ਫੋਟੋ ਜੀ ਮੇਰੇ ਕੋਲ ਰਾਈਟ ਨਾ ਨਹੀਂ ਹੈਗੀ ਮੇਰੇ ਕੋਲ ਉਹਦਾ ਵੀਜ਼ਾ ਹੈਗਾ ਹੁਣ ਰਾਈਟ ਤੁਸੀਂ ਕਿੰਨੇ ਸਮ ਜਾਣਦੇ ਹੋ ਇੱਕ ਦੂਜੇ ਨੂੰ ਮੈਂ ਜੀ ਇਹਨੂੰ ਜਾਣਦਾ ਲਾ ਲਓ ਵੀ ਆਪਣੇ 2018 ਤੋਂ ਆਸਟ੍ਰੇਲੀਆ ਗਈ ਆ ਉਦੋਂ ਬਾਅਦ ਹੀ ਜਾਣ ਪਛਾਣ ਹੋਈ ਆ 2019 ਜਿਹੜਾ ਇਹ ਤੁਹਾਡਾ ਸਾਲਾ ਸੀ ਜਿਹੜਾ ਮਤਲਬ ਕੈਂਸਰ ਦਾ ਮਰੀਜ਼ ਸੀ ਜੇ ਡੈਥ ਹੋਈ ਆ ਤਾਂ ਉਹ ਮੁੰਡਾ ਜਿਹੜਾ ਆ ਉਹ ਇੰਡੀਆ ਵਿੱਚ ਸੀਗਾ ਹਸਪੀਟਲ ਚ ਇੰਡੀਆ ਹਾਂਜੀ ਦੀਪ ਹਸਪੀਟਲ ਕਿਹੜਾ ਹਸਪੀਟਲ ਸੀਗਾ ਉਹ ਦੀਪ ਹਸਪੀਟਲ ਜੀ ਉਹਦੀ ਡੈਥ ਵੀ ਦੀਪ ਹਸਪੀਟਲ ਹੋਈ ਆ ਕਿਹੜਾ ਹਸਪੀਟਲ ਦੀਪ ਹਸਪੀਟਲ ਮਾਡਲ ਟਾਊਨ ਲੁਧਿਆਣਾ ਜੀ ਅੰਗਰੇਜ਼ ਜੀ ਕਿਹੜਾ ਹਸਪੀਟਲ ਹੈ ਦੀਪ ਦੀਪ ਹਸਪੀਟਲ ਹਾਂਜੀ ਅੱਛਾ ਇਹ ਤੁਸੀਂ ਕਿੱਦਾਂ ਹਸਪੀਟਲ ਮਿਲੇ ਸੀ ਉਹਨੂੰ ਤੁਸੀਂ ਹਸਪੀਟਲ ਕਿਵੇਂ ਗਏ ਸੀ ਮੈਂ ਜੀ ਆਪਣਾ ਗੱਡੀ ਚ ਗਿਆ ਨੀ ਮੇਰੇ ਕੋਲ ਉਹਦੀ ਫੋਟੋ ਵੀ ਆ ਦੀਪ ਹਸਪੀਟਲ ਦੀ ਆ ਦੇਖ ਲਓ ਉਹਦੀ ਵਾਲੀ ਮੇਰਾ ਸਵਾਲ ਹੈ ਕਿ ਤੁਸੀਂ ਹਸਪੀਟਲ ਕਿਉਂ ਗਏ ਸੀ ਉਹਨੂੰ ਜੀ ਬਲੱਡ ਦੀ ਲੋੜ ਸੀ ਕਿਹਨੂੰ ਉਹਦੇ ਬਲੱਡ ਵੀ ਚੜਿਆ ਸੀਗਾ ਜੀ ਕਿਹਨੂੰ ਬਲੱਡ ਦੀ ਲੋੜ ਸੀ ਉਹ ਆਪਣੇ ਇਹ ਹੈ ਦੇ ਹਸਬੰਡ ਨੂੰ ਉਹਨੂੰ ਇਹਦੇ ਭਰਾ ਨੂੰ ਇਹਦੇ ਭਰਾ ਨੂੰ ਤੇ ਤੁਸੀਂ ਇਹ ਭਰਾ ਨੂੰ ਕਿੱਥੇ ਜਾਣਦੇ ਸੀਗੇ ਉਹ ਜਦੋਂ ਇਹਦਾ ਪਹਿਲਾਂ ਕੀਮੋਥੈਰੇਪੀ ਲੱਗਦੀ ਸੀ ਉੱਥੇ ਜਾਣ ਪਛਾਣ ਹੋਈ ਸੀ ਡੀਐਮਸੀ ਹਸਪੀਟਲ ਨਹੀਂ ਉੱਥੇ ਗੱਲ ਵਧੀ ਸੀ ਤੁਸੀਂ ਆਸ ਵਿੱਚ ਹੀ ਕਿਵੇਂ ਰਿਲੇਸ਼ਨ ਚ ਆਏ ਤੁਹਾਡਾ ਉੱਥਾ ਇਹਦਾ ਭਰਾ ਤੇ ਤੁਸੀਂ ਇੱਕ ਦੂਜੇ ਨੂੰ ਕਿਵੇਂ ਜਾਣ ਲੱਗੇ ਡੀਐਮਸੀ ਹਸਪੀਟਲ ਉਹ ਐਡਮਿਟ ਸੀ ਇਹ ਉੱਥੇ ਆਉਂਦੀ ਸੀਗੀ ਜੀ ਇਹਦੀ ਮਾਂ ਸੀਗੀ ਇਹਨਾਂ ਨੇ ਗੱਲਾਂ ਚ ਲਿਆ ਹਨਾ ਤੁਸੀਂ ਡੀਐਮਸੀ ਕੀ ਕਰਨ ਗਏ ਸੀ ਮੈਂ ਡੀਐਮਸੀ ਦੀ ਆਪਣੇ ਫਰੈਂਡ ਕੋਲ ਗਿਆ ਸੀਗਾ ਫਰੈਂਡ ਕੌਣ ਸੀ ਮੇਰਾ ਫਰੈਂਡ ਸੀਗਾ ਜੀ ਮੇਰਾ ਕਾਲਜ ਫਰੈਂਡ ਅਮਨ ਸੀਗਾ ਜੀ ਉੱਥੇ ਡੀਐਮਸੀ ਹਸਪੀਟਲ ਗਿਆ ਸੀ ਉੱਥੇ ਜਾਣ ਪਛਾਣ ਹੋਈ ਸੀ ਜਦੋਂ ਇਹਦੇ ਕੀਮੋ ਵਾਲਾ ਨਹੀਂ ਤੁਹਾਡੀ ਫਰੈਂਡ ਮੇਲ ਸੀ ਜਾਂ ਫੀਮੇਲ ਸੀ ਲੜਕਾ ਜਾਂ ਲੜਕੀ ਸੀ ਤੇ ਇਹ ਉੱਥੇ ਕੀ ਕਰਦੀ ਸੀ ਕੁੜੀ ਇਹ ਉਹਦੇ ਇਹਦੇ ਭਰਾ ਦੇ ਦੀ ਕੀਮੋ ਲੱਗਦੀ ਸੀ ਡੀਐਮਸੀ ਚ ਅੱਛਾ ਕਮਲਾ ਸੀ ਤਾਂ ਤੁਹਾਡਾ ਫਰੈਂਡ ਸੀ ਉਹ ਵੀ ਉੱਥੇ ਸੀਗਾ ਹਾਂਜੀ ਹਾਂ ਇਹਦਾ ਟ੍ਰੀਟਮੈਂਟ ਇਹਦਾ ਇਹਦੇ ਭਰਾ ਦਾ ਟ੍ਰੀਟਮੈਂਟ ਚੱਲ ਰਿਹਾ ਤੇ ਕੀਮੋ ਥੈਰੇਪੀ ਤੁਸੀਂ ਉਦੋਂ ਉੱਥੇ ਮੈਂਟਲ ਟ੍ਰੈਡੀਸ਼ਨ ਸ਼ੁਰੂ ਹੋ ਗਿਆ ਹਾਂ ਉਹ ਤੋਂ ਮਤਲਬ ਐਜ਼ ਆ ਫਰੈਂਡ ਹੀ ਮਤਲਬ ਹਨਾ ਚਲੋ ਉਦਾਂ ਜਿਵੇਂ ਆਪਣੀ ਜਾਣ ਪਛਾਣ ਤੁਸੀਂ ਨੰਬਰ ਚੇਂਜ ਕਰ ਲਿਓ ਉਸ ਵੇਲੇ ਹਾਂ ਉਹ ਪਰ ਆਸਟ੍ਰੇਲੀਆ ਜਾ ਕੇ ਜਾਣ ਪਛਾਣ ਵੱਧ ਗਈ ਸੀ ਆਸਟ੍ਰੇਲੀਆ ਜਾ ਕੇ ਵਧੀ ਜਾਣ ਪਛਾਣ ਤੁਸੀਂ ਵੀ ਆਸਟ੍ਰੇਲੀਆ ਚਲੇ ਗਏ ਸੀ ਨਹੀਂ ਨਹੀਂ ਇਹ ਜਦੋਂ ਕੁੜੀ ਗਈ ਇਹ ਆਸਟ੍ਰੇਲੀਆ ਕਿ ਜਾ ਕੇ ਕੁੜੀ ਨੇ ਤੁਹਾਨੂੰ ਫੋਨ ਕੀਤਾ ਹਾਂ ਉਸ ਤੋਂ ਬਾਅਦ ਸ਼ੁਰੂਆਤ ਹੋਈ ਹਾਂਜੀ ਤੇ ਪੈਸੇ ਜਿਹੜੇ ਆ ਉਹ ਮਤਲਬ ਪਿਛਲੇ ਸਾਲ ਲਏ ਤੁਹਾਡੇ ਤੋਂ ਮਤਲਬ ਵਿੱਚ ਵਿੱਚ ਜਾਂਦੇ ਵੀ ਰਹੇ ਨੇ ਜੀ ਹੋਰ ਇੰਡੀਆ ਤੋਂ ਵੀ ਟ੍ਰਾਂਜੈਕਸ਼ਨਾਂ ਹੋਣਗੀਆਂ ਇਹ ਕੋਈ ਗੱਲ ਨਹੀਂ ਇਹਦੇ ਵਾਲੇ ਤਾਂ ਪੱਕਾ ਹੀ ਹੋਣਗੀਆਂ ਤੇ ਆਹ ਤਾਂ ਜਿਹੜੀਆਂ ਤੁਹਾਨੂੰ ਮੈਂ ਹੁਣ ਮੇਰੇ ਕੋਲ ਤੁਹਾਡਾ ਕੰਮ ਕਰ ਕੀ ਆ ਇੰਡੀਆ ਵਿੱਚ ਖੇਤੀਬਾੜੀ ਦੀ ਇੱਥੇ ਟਰੈਕਿੰਗ ਮੈਂ ਟਰੈਕਿੰਗ ਕਰਦਾ ਤੁਸੀਂ ਕੈਨੇਡਾ ਵਿੱਚ ਕਿਵੇਂ ਆਏ ਆ ਤੇ ਤੁਹਾਡੇ ਕੋਲ ਕੈਨੇਡਾ ਵਿੱਚ ਸਟੇਟਸ ਕੀ ਆ ਮੇਰੇ ਕੋਲ ਵਰਕ ਪਰਮਿਟ ਆ ਜੀ
ਵਰਕ ਪਰਮਿਟ ਜਿਹੜਾ ਕੀ ਕੰਮ ਕੀ ਕਰਦੇ ਇੱਥੇ ਟਰੱਕਿੰਗ ਟਰੱਕਿੰਗ ਵਿੱਚ ਕਿੰਨਾ ਪੈਸਾ ਲਾ ਕੇ ਆਏ ਇੱਥੇ ਕਦੋਂ ਆਏ ਹੋ ਮੈਂ ਵੀ 32 ਲੱਖ ਰੁਪਈਆ ਲਾ ਕੇ ਆਇਆ 32 ਲੱਖ ਲਾ ਕੇ ਆਏ ਆ ਤੇ 32 ਲੱਖ ਰੁਪਈਆ ਤੁਸੀਂ ਇਸ ਉਹ ਜਿਹੜਾ 30 ਦੇ ਕਰੀਬ ਹੈਗਾ ਜੀ ਪੂਰਾ 30 ਦੇ ਕਰੀਬ ਮੈਂ ਤੁਹਾਨੂੰ ਹੁਣ 6 ਮਹੀਨੇ ਦੇ ਭੇਜੇ ਵੀ ਉਹ ਚਲੋ ਕੀ ਹੋਇਆ 32 ਹੋਇਆ ਇੱਕੋ ਗੱਲ ਨੋ ਮੈਟਰ ਬਾਕੀ ਹਾਂਜੀ ਹਾਂ ਮਤਲਬ 30 ਲੱਖ ਰੁਪਏ ਤੁਸੀਂ ਵਰਕ ਪਰਮਿਟ ਤੇ ਲਾਇਆ 30 ਲੱਖ ਰੁਪਈਆ ਇਹ ਮਤਲਬ ਸਵੀਟੀ ਲੈ ਗਈ ਤੁਹਾਡਾ 60 ਲੱਖ ਰੁਪਈਆ ਤੁਸੀਂ ਫਿਰ ਜ਼ਮੀਨ ਵੇਚੀ ਆ ਪੈਸੇ ਹਾਂਜੀ ਹੈਗੀ ਆਪਣੀ ਜ਼ਮੀਨ ਪਹਿਲਾਂ ਦੀ ਵੇਚੀ ਹੋਈ ਆ ਮਤਲਬ ਆਪਣੀ ਚੀਜ਼ ਪੈਸੀ ਸ਼ਾਬਾਸ਼ ਤੇ ਬਾਕੀ ਇੱਕੋ ਹੀ ਵਾਸੀ ਸਾਹਿਬ ਕਮਾਈ ਕਰਦੇ ਹਾਂ ਨਹੀਂ ਕਮਾਈ ਤੇ ਕਰਦੇ ਬੇਟਾ 60 ਲੱਖ ਰੁਪਈਆ ਕਿਹੜਾ ਜ਼ਿਮੀਦਾਰ ਆ ਜਿਹਦੇ ਕੋਲ ਪਿਆ ਆ ਤੇ 60 ਲੱਖ ਰੁਪਈਆ ਕਿਹੜਾ ਕਿਸੇ ਵਾਸਤੇ ਜ਼ਮੀਨ ਵੇਚ ਕੇ ਦੇਂਦਾ ਮੈਨੂੰ ਸਮਝ ਨਹੀਂ ਆਉਂਦੀ ਤੂੰ ਭੌਂਦੂ ਆ ਬਾਕੀ ਸਾਹਿਬ ਹੁਣ ਗੱਲਾਂ 'ਚ ਆਪਾਂ ਜਦੋਂ ਆ ਗਏ ਆਪਾਂ ਤਾਂ ਹੀ ਤਾਂ ਕਹਿੰਦੇ ਵੀ ਕਿਸੇ ਦਾ ਪੱਟਿਆ ਨਾ ਜਾਵੇ ਹੋਰ ਜਿਵੇਂ ਗੱਲਾਂ 'ਚ ਲੈਂਦੇ ਨੇ 28 ਸਾਲ ਦੀ ਉਮਰ ਦੇ ਵਿੱਚ ਤੈਨੂੰ ਕਿਹੜੀ ਐਸੀ ਭਾਂਬੜ ਲੱਗੇ ਹੋਏ ਸੀਗੇ ਤੈਨੂੰ ਪਿਆਰ ਦੇ ਮੁਹੱਬਤ ਦੇ ਪੀਂਘਾਂ ਝੂਠਣ ਦੇ ਇਹ ਤਾਂ ਹੈ ਜੀ ਹੁਣ ਧੋਖਾ ਹੋ ਗਿਆ ਧੋਖਾ ਤੂੰ ਸਾਨੂੰ ਪਾਗਲ ਕਰਤਾ ਮੇਰੇ ਸੁਣਨ ਵਾਸਤੇ ਉੱਤਰ ਐ ਨਹੀਂ ਵੀ ਮੈਨੂੰ ਯਕੀਨ ਵੀ ਆ ਨਹੀਂ ਵੀ ਆ ਰਹੇ ਤੁਸੀਂ ਇਸ ਵੇਲੇ ਮੀਤ ਜੀ ਲਾਈਨ ਤੇ ਰਹੋ ਅਸੀਂ ਕੁਛ ਕਾਲਸ ਲੈਣੇ ਚਾਹਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਪੰਜਾਬ ਦੀ ਪੁਲਿਸ ਤੁਹਾਡੇ ਤੇ ਕੋਈ ਵੀ ਪਰਚਾ ਨਹੀਂ ਕਰ ਸਕਦੀ ਸੁਣੋ ਗੱਲ ਕਾਨੂੰਨ ਦੇ ਮੁਤਾਬਕ ਪਰਚਾ ਨਹੀਂ ਕਰ ਸਕਦੀ ਪਰਚਾ ਅਸੀਂ ਇਹਦੀ ਮਾਂ ਤੇ ਕਰਾਂਗੇ ਅਗਰ ਤੁਸੀਂ ਮੈਨੂੰ ਇਹ ਪ੍ਰੂਫ ਦੇ ਦਿਓ ਕਿ ਇਹਦੀ ਮਦਰ ਨੇ ਤੁਹਾਡੇ ਤੋਂ ਪੈਸੇ ਲਏ ਗੱਲੀ ਬਾਤ ਹੀ ਨਹੀਂ ਟ੍ਰਾਂਜੈਕਸ਼ਨ ਕੋਈ ਹੋਇਆ ਹੈ ਬੈਂਕ ਰਾਹੀਂ ਹਾਂਜੀ ਹਾਂਜੀ ਬਸ ਮੈਂ ਰਾਈਟ ਵੇ ਮੈਂ ਖੋਲ ਵੀ ਰਿਹਾ ਵੀ ਐਪ ਤੇ ਮੇਰੀ ਬੈਂਕਿੰਗ ਵਾਲੀ ਹੈ ਨਾ ਖੋਲ ਲਈ ਵੀ ਮੈਂ ਕੋਈ ਸਮਝਾ ਨਹੀਂ ਆ ਤੁਹਾਨੂੰ ਹੁਣੇ ਦੇ ਸਕਾਂ ਸਮਝਾ ਨਹੀਂ ਕਿ ਕੋਈ ਪੈਸਾ ਲਿਆ ਨਹੀਂ ਪੰਜਾਬ ਚ ਮੈਂ ਹੁਣੇ ਬਸ ਜੋ ਇਹਦੇ ਅਕਾਊਂਟ ਚ ਤਾਂ ਮੈਂ ਤੁਹਾਨੂੰ 101% ਨਾ ਤੁਸੀਂ ਇਹਨਾਂ ਅਕਾਊਂਟ ਤੁਸੀਂ ਇਹਨਾਂ ਦੇ ਕਦੇ ਘਰ ਗਏ ਸੀ ਨਹੀਂ ਨਹੀਂ ਮੈਂ ਇਹਨਾਂ ਦੇ ਘਰ ਤੁਹਾਨੂੰ ਮੈਂ ਦੱਸਦਾ ਇਹਦੇ ਕੁੜੀ ਦੇ ਅਕਾਊਂਟ ਚ ਹੋਈ ਟ੍ਰਾਂਜੈਕਸ਼ਨ ਤਾਂ ਤੁਹਾਨੂੰ ਮੈਂ 101% ਦਊਂਗਾ ਮਤਲਬ ਇੰਡੀਆ ਵਿੱਚ ਹੋਇਆ ਆ ਛੱਡਦੇ ਮੇਰਾ ਸਾਰਾ ਕੁਛ ਬਰਬਾਦ ਹੋ ਗਿਆ ਮੈਂ ਸਾਰਾ ਕੁਛ ਆਪ ਉਜਾੜ ਲਿਆ ਮੇਰੀ ਗਲਤੀ ਆ ਕਿਸੇ ਨੂੰ ਨਾ ਦੱਸ ਉਹ ਮੈਂ ਚੈਟਾਂ ਉਹ ਵੀ ਭੇਜਤੀਆਂ ਜੀ ਉਹ ਬਾਈ ਨੂੰ ਮੈਂ ਭੇਜੀਆਂ ਵਟਸਐਪ ਦੇ ਉੱਤੇ ਵੀ ਮੈਨੂੰ ਛੱਡ ਦੇ ਨਾ ਦੱਸ ਕਿਸੇ ਨੂੰ ਵੀ ਮੇਰਾ ਸਾਰਾ ਕੁਛ ਉੱਜੜ ਗਿਆ ਤਾਂ ਕਰਕੇ ਇਹਨੂੰ ਆਇਆ ਵੀ ਮੇਰਾ ਵੀਜ਼ੇ ਤੇ ਹੁਣ ਕੋਈ ਇਫੈਕਟ ਨਾ ਪਵੇ ਹਨਾ ਇੱਥੇ ਰਹਿ ਰਹੀ ਆ ਬ੍ਰੀਜਿੰਗ ਤੇ ਕਿਉਂਕਿ ਜਿਹੜੇ ਇਹਨੇ ਇਹਨੇ ਉਦੋਂ ਹਾਈ ਕਮਿਸ਼ਨ ਨਾਲ ਵੀ ਚੀਟ ਕੀਤਾ ਹੋਇਆ ਜਿਹੜੇ ਇਹਨੇ ਉਹ ਬਣਾਏ ਨੇ ਵਰਕ ਐਕਸਪੀਰੀਅੰਸ ਉਹ ਵੀ ਫੇਕ ਲਾਏ ਸੀਗੇ ਜਿਹੜੇ ਨੇ ਫੰਡਸ ਲਾਏ ਸੀਗੇ ਉਹ ਵੀ ਵੈਰੀਫਾਈ ਕੀਤੇ ਜਾਣ ਸੱਚ ਹਾਂਜੀ ਬਾਸੀ ਸਾਹਿਬ ਜਿਹੜੀ ਉਹ ਐਫ ਡੀ ਲਾਈ ਹੋਈ ਹੈ ਨਾ ਇਹਦੇ ਹਾਈ ਕਮਿਸ਼ਨ ਲਈ ਆਸਟ੍ਰੇਲੀਆ ਵੀਜ਼ਾ ਲਈ ਜਤਵੀਰ ਕੌਰ ਦੇ ਨਾਮ ਨੈਵਰ ਮਾਈਂਡ ਇਹਦਾ ਡੇਟ ਆਫ ਬਰਥ ਤੁਹਾਡੇ ਕੋਲ ਇਹਦੇ ਪਾਸਪੋਰਟ ਫੋਟੋਕਾਪੀ ਹੈ ਜਤਵੀਰ ਕੌਰ ਨਾਮ ਦੇ ਉਹ ਕਿਸੇ ਦਸੂਹਾ ਮਕੇਰੀਆਂ ਦੀ ਨਾ ਜਨਾਨੀ ਦੇ ਚੱਕ ਕੇ ਮਤਲਬ ਇਹਨਾਂ ਨੇ ਵਰਤੇ ਹੋਏ ਨੇ ਉਹ ਵੀ 400 BC ਬਣਦੀ ਹੈ ਇਹਦੇ ਤੇ ਕਿਸੇ ਦੀ ਆਪਾਂ ਐਫ ਡੀ ਐਮ ਯੂਜ਼ ਨਹੀਂ ਕਰ ਸਕਦੇ ਹੈਗੇ ਬ੍ਰਦਰ ਹੌਸਪੀਟਲ ਵਿੱਚ ਸੀ ਔਰ ਕਿਵੇਂ ਕਿਸ ਤਰ੍ਹਾਂ ਠੱਗਿਆ ਗਿਆ ਲੜਕਾ ਬ੍ਰੰਪਟਨ ਵਿੱਚ ਹੈ ਔਰ ਇਹ ਸਟੋਰੀ ਬੜੀ ਫਨੀ ਨਰੇਟਡ ਹੈ ਔਰ ਕਿੰਨੇ ਲੱਖਾਂ ਰੁਪਈਆਂ ਦੀ ਠੱਗੀ ਮਾਰੀ ਹੈ ਇਸ ਲੜਕੀ ਨੇ ਲੜਕੀ ਦੀ ਮਾਂ ਨੇ ਲੜਕੀ ਦੀ ਮਾਂ ਨਾਲ ਜਸਵੀਰ ਕੌਰ ਹੈ ਉਸ ਤਸਵੀਰ ਵੀ ਦਿਖਾਵਾਂਗੇ ਅਸੀਂ ਕੁਝ ਲੀਗਲ ਐਡਵਾਈਸ ਦੇ ਵਿੱਚ ਸਟੱਕ ਹੋ ਗਏ ਹਾਂ ਥੋੜ੍ਹੀ ਜਿਹੀ ਨੋ ਪ੍ਰੋਬਲਮ ਇਸ ਟੇਕ ਟਾਈਮ ਔਰ ਤੁਸੀਂ ਆਓ ਸਾਨੂੰ ਕਾਲ ਕਰੋ ਤੁਹਾਡਾ ਕੋਈ ਵੀ ਸਵਾਲ ਹੈ ਮੀਤੇ ਦੇ ਨਾਲ ਔਰ ਮੇਰੇ ਪਾਸ ਇੱਕ ਸ਼ੋਕ ਸਮਾਚਾਰ ਹੈ ਔਰ ਉਸ ਤੋਂ ਪਹਿਲਾਂ ਇੱਕ ਬਾਹਰੀ ਸੰਦੇਸ਼ ਹੈ ਜਿਹੜਾ ਕਿ ਮੈਂ ਸਾਂਝਾ ਕਰਾਂ ਉਸ ਤੋਂ ਬਾਅਦ ਸ਼ੋਕ ਸਮਾਚਾਰ ਲੈ ਕੇ ਅਸੀਂ ਬੜੇ ਦੁਖੀ ਦੇ ਨਾਲ ਹਾਜ਼ਰ ਹੋਵਾਂਗੇ ਉਸ ਤੋਂ ਬਾਅਦ ਪਬਲਿਕ ਅਪੀਲ ਲੈਣੀ ਚਾਹਾਂਗੇ ਕਿਉਂਕਿ ਆਪਣੇ ਗੁਰਪ੍ਰੀਤ ਜੀ ਜਿਸ ਬੱਚੇ ਦੇ ਜਨਮਦਿਨ ਹੈ ਪਲੀਜ਼ ਨਾਮ ਕੀ ਹੈ ਅਸੀਂ ਇਸ ਬੱਚੇ ਦੋ ਕਾਲਾਂ ਲੈ ਲਈਏ ਬਸ ਸਭ ਜੀ ਬੱਚੇ ਜਨਮਦਿਨ ਫਿਰ ਅਸੀਂ ਬਾਅਦ ਵਿੱਚ ਲੈ ਲੈਂਦੇ ਹਾਂ ਔਰ ਸ਼ੁਭ ਸਮਾਚਾਰ ਤੁਹਾਡੇ ਪਾਸ ਰੈਡੀ ਹੈ ਜੀ ਬਸ ਸਭ ਸ਼ੁਭ ਸਮਾਚਾਰ ਦੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਤੂੰ ਜਾਣਦੇ ਹੋ ਕਿ ਜ਼ਿੰਦਗੀ ਜਿਹੜੀ ਹੈ ਇਨਸਾਨ ਜਦੋਂ ਜਨਮ ਲੈਂਦਾ ਹੈ ਸਿਆਣੇ ਵੀ ਕਹਿੰਦੇ ਨੇ ਕਿ ਉਦੋਂ ਹੀ ਆਪਣੀ ਕਿੰਨੀ ਉਮਰ ਹੈ ਉਹ ਲਿਖੀ ਹੁੰਦੀ ਹੈ ਉਨੀ ਹੀ ਭੁਗਦਾ ਹੈ
ਦੁੱਖ ਸੁੱਖ ਜਿਹੜੇ ਨੇ ਸੰਸਾਰ ਦੇ ਵਿੱਚ ਸਵਾਸ ਰਹਿੰਦਾ ਹੈ ਉਹ ਸਾਰੇ ਨਾਲ ਲੈ ਕੇ ਆਉਂਦਾ ਹੈ। ਪਰ ਜਿੰਨਾ ਵਿਅਕਤੀ ਜਿੰਨੇ ਪਰਿਵਾਰ ਦਾ ਮੈਂਬਰ, ਕੀ ਸਵਾਲ ਤੁਹਾਡਾ ਮੀਤਾ ਜੀ ਨੂੰ? ਨਕਲੀ ਕਿਸ ਤਰ੍ਹਾਂ? ਨਕਲੀ ਲੱਗ ਰਹੀ, ਨਕਲੀ ਸੱਸ ਬਣੀ ਲੱਗਦੀ ਹੈ ਮੈਨੂੰ ਉਹ। ਅੱਛਾ ਜੀ, ਅਗਲੀ ਕਾਲ ਪੀਸ ਨੰਬਰ 4 ਜੇ ਤੁਸੀਂ ਗੱਲ ਕਰਦੇ ਹੋ ਆਪਣਾ ਸਿਸਟਮ ਜਿਹੜਾ ਤੁਹਾਡਾ ਬਲੂਟੂਥ ਦਾ ਆਫ ਕਰਕੇ ਗੱਲ ਕਰੋਗੇ ਸਾਫ਼ ਸੁਣੀ ਦੇਵੇਗੀ। ਆਓ ਤੁਸੀਂ ਇਸ ਸਟੋਰੀ ਵਿੱਚੋਂ ਕੀ ਸੁਣਿਆ ਕਿ ਪਾਣੀ 'ਚ ਮਧਾਣੀ ਪਾਈ ਹੋਈ ਆ ਸਾਡੀ ਕਾਲਰ ਨੇ, ਜਾਂ ਫਿਰ ਇਹਦੇ ਵਿੱਚ ਕੋਈ ਹਕੀਕਤ ਹੈ, ਕੀ ਕਹਿਣਾ ਚਾਹੁੰਦੇ ਹੋ? ਸਵਾਲ ਕਰੋ। ਮੀਤਾ ਜੀ ਲਾਈਨ 'ਚ ਨੇ, ਇਹ ਕਹਿੰਦੇ ਕਿ ਅਸੀਂ 32 ਲੱਖ ਰੁਪਏ ਵਿੱਚ ਲੁੱਟੇ ਗਏ ਹਾਂ। ਅੱਛਾ, ਨੰਬਰ 4 ਕਾਲੋ, ਅਮਰੀਕ ਲਾਈਨ 'ਤੇ ਹੋ? ਹਾਂਜੀ, ਬਸ ਮੇਰਾ ਇਹੀ ਸਵਾਲ ਸੀਗਾ ਵੀ ਪਹਿਲਾਂ ਦੇਖੋ ਤਾਂ ਕਿਨੇ 30-32 ਲੱਖ ਰੁਪਈਆ ਪੜ੍ਹਾਈ 'ਤੇ ਲਾਤਾ ਨਾ। ਹਾਂ, ਦੂਜਾ 30-32 ਲੱਖ ਚਲੋ ਕੁੜੀ ਨੂੰ ਜਿਹਨੂੰ ਪਿਆਰ ਪੈ ਗਿਆ ਉਹ ਤੇ ਲਾਤਾ, ਤੇ ਜਿਹੜਾ ਘਰਦਿਆਂ ਨੇ ਇੰਨੇ ਪੈਸੇ ਲਾਏ ਸੀ ਉਹ ਕਿ ਵਾਪਸ ਦੇ ਭੇਜੇ ਵੀ ਕਿ ਜਾਂ ਸਾਰੇ ਕੁੜੀ ਦੇ ਹੀ ਲਾਤੇ? ਇਹ 60 ਲੱਖ ਰੁਪਈਆ ਇਕੱਠਾ ਕਰਨਾ ਆਮ ਜਿਵੇਂ ਦਾ ਬਹੁਤ ਔਖਾ ਹੋ ਜਾਂਦਾ ਬਾਚੀ ਸਾਹਿਬ। ਮੈਂ ਤੁਸੀਂ ਕਿਹਾ ਹਮੀ ਤੇ ਦੱਸੋ ਕਿ 60 ਲੱਖ ਰੁਪਈਆ ਤੁਸੀਂ ਮਾਂ ਬਾਪ ਦਾ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਘਰਦਿਆਂ ਨੇ ਮਸੀਂ 30-32 ਲੱਖ ਰੁਪਈਆ ਭੇਜਿਆ, ਇਹਨੂੰ ਇਹ ਫਿਕਰ ਹੀ ਨਹੀਂ ਸੀ ਵੀ ਮੈਨੂੰ ਇੰਨਾ ਪੈਸੇ ਲਾ ਕੇ ਭੇਜਿਆ ਤੇ ਬਾਸ ਵੀ ਆਪਣੇ ਘਰਦਿਆਂ ਨੂੰ ਵੀ ਮੋੜ ਕੇ ਭੇਜਣੇ ਪਏ, ਤੇ ਇਹ ਸਿੱਧਾ ਭਾਈ ਸਾਹਿਬ ਚਲੋ ਠੀਕ ਹੈ ਪਿਆਰ ਦੇ ਵਿੱਚ ਕੁਛ ਵੀ ਹੋ ਸਕਦਾ, ਪਰ ਇੰਨਾ ਪੈਸਾ ਖਰਾਬ ਹੋ ਜਾਣਾ ਬਾਵਜੂਦ ਜਦ ਇਹਨੂੰ ਪਤਾ ਲੱਗ ਗਿਆ ਵੀ ਮੈਂ ਸਮਥਿੰਗ ਰੋਂਗ ਆ ਫਿਰ ਪੈਸੇ ਭੇਜੀ ਗਿਆ ਤੇ ਹਟ ਜਾਂਦਾ। ਨਹੀਂ ਨਹੀਂ ਬਾਈ ਦੀ ਗੱਲ ਸੁਣੋ, ਮੇਰੀ ਗਲਤੀ ਹੈ ਮੈਂ ਮੰਨਦਾ, ਪਰ ਮੇਰੇ ਕੋਲ ਪੈਸੇ ਭੇਜਣ ਦੀ ਟ੍ਰਾਂਜੈਕਸ਼ਨ ਆ ਨਹੀਂ ਇਹਦੇ ਅਕਾਊਂਟ 'ਚ, ਮੈਂ ਮੰਨਦਾ ਮੇਰੀਆਂ ਗਲਤੀਆਂ, ਮੇਰੇ ਤੋਂ ਗਲਤੀਆਂ ਹੋਈਆਂ, ਪਰ ਜਿਹੜੇ ਭੇਜੇ ਵਾਲੀ ਗੱਲ ਆ ਉਹਦੀ ਵੀ ਟ੍ਰਾਂਜੈਕਸ਼ਨ, ਜਿਵੇਂ ਬਾਸੀ ਸਾਹਿਬ ਨੇ ਕਿਹਾ ਵੀ ਇੰਡੀਆ ਉਹਦੀ ਮਾਤਾ ਦੇ ਉਹਦੇ ਅਕਾਊਂਟ 'ਚ ਵੀ ਟ੍ਰਾਂਜੈਕਸ਼ਨ, ਮੈਨੂੰ ਚੇਤੇ ਨੇ ਉਹਦੇ ਕੋਟਕ ਬੈਂਕ ਦੇ ਵਿੱਚ ਨਾ, ਉਹ ਵੀ ਮੇਰੇ ਕੋਲ, ਮੈਂ ਕਢਾ ਲੂੰਗਾ, ਉਹ ਵੀ ਮੈਨੂੰ ਮਿਲ ਜਾਣਗੀਆਂ ਸਟੇਟਮੈਂਟ ਜਿਹੜੀਆਂ। ਚਲੋ ਜੋ ਹੋਇਆ ਤਾਂ ਗਲਤ ਹੀ ਹੋਇਆ ਬਾਕੀ, ਬਾਕੀ ਤੁਸੀਂ ਸਿਆਣੇ ਹੋ, ਤੁਸੀਂ ਦੇਖੋ ਹੁਣ ਕੀ ਬਣਨਾ ਚਾਹੀਦਾ ਭਾਈ। ਸਤਿ ਸ੍ਰੀ ਅਕਾਲ। ਆਓ ਤੁਸੀਂ ਸਾਨੂੰ ਕਾਲ ਕਰੋ, ਅਸੀਂ ਕੋਈ ਨਾ ਕੋਈ ਸੋਲੂਸ਼ਨ ਲੱਭਦੇ ਹਾਂ ਕਿ ਆਪਾਂ ਹੱਲ ਕਿਵੇਂ ਕਰੀਏ, ਇਸ ਮੁੰਡੇ ਨੂੰ ਕਿਵੇਂ ਬਚਾਈਏ ਤੇ ਕਿਵੇਂ ਇਹਦੇ ਪੈਸੇ ਵਾਪਸ ਦਵਾਈਏ। ਅਸੀਂ ਪੈਸੇ ਦਵਾ ਸਕਦੇ ਹਾਂ ਜੇ ਸਾਡੇ ਨਾਲ ਸੱਚ ਬੋਲੇਗਾ, ਆ ਸਾਨੂੰ ਸੱਚੀ ਅਸਲੀਅਤ ਦੇ ਲਾਗੇ ਲੈ ਕੇ ਜਾਵੇਗਾ। ਨੰਬਰ 1 ਕਾਲ ਲਾਈਨ ਤੇ ਹੋ ਜੀ। ਜੀ ਬਾਸੀ ਸਾਹਿਬ, ਗੱਲ ਹੈਗੀ ਇਹ ਵੀ ਇੱਕ ਤਾਂ ਜਦੋਂ ਉਹਨੂੰ ਪਤਾ ਲੱਗ ਗਿਆ ਸੀਗਾ ਵੀ ਲੜਕੀ ਵਿਆਹੀ ਹੋਈ ਆ, ਕਾਕਾ ਜਿਹੜੇ ਪਹਿਲਾਂ ਚਲੇ ਗਿਆ ਸੀ ਮੁੜ ਕੇ ਤੈਂ ਗਲਤੀ ਕੀਤੀ, ਜਿਹੜੇ ਕੈਨੇਡਾ ਆ ਗਏ ਦੋ ਚਾਰ ਨਾਲ ਪੈਸਾ ਕਮਾਇਆ ਤੇ ਫਿਰ 13-14 ਹਜ਼ਾਰ ਡਾਲਰ ਕਿੰਨਾ ਦੱਸਿਆ ਹੈਗਾ ਭੇਜੋ, ਤੇ ਮਾੜੀ ਗੱਲ ਕੀਤੀ। ਚਲੋ ਇਨਸਾਨ ਆ, ਗਲਤੀਆਂ ਹੋ ਜਾਂਦੀਆਂ, ਗਲਤੀ ਦਾ ਪੂਤਲਾ ਬੰਦਾ, ਮਤਲਬ ਇਹਦੇ ਵਿੱਚ ਨਾ ਹੁਣ ਅਸੀਂ ਤੈਨੂੰ ਬਾਹਲਾ ਮਾੜਾ ਨਾ ਸਾਡੇ ਸਰੋਤੇ ਵੀ ਕਹੀ ਜਾਣ ਤਾਂ ਬਹੁਤ ਇਹ ਠੀਕ ਨੀ ਹੈਗਾ ਕਾਕਾ, ਉਹ ਤੋਂ ਆਪਣੇ ਆਪ ਹੀ ਮੰਨੀ ਜਾਂਦਾ ਵੀ ਗਾਹਾਂ ਲੋਕ ਵੱਜਣ, ਤੂੰ ਮੇਰੇ ਏਰੀਏ ਦਾ, ਮਤਲਬ ਇਹ ਲੜਕੀ ਮੇਰੇ ਏਰੀਏ ਦੀ ਹੈਗੀ ਬਿਲਕੁਲ ਨੇੜੇ ਦਾ, ਬਹੁਤ ਮਾੜਾ ਹੋਇਆ ਕਾਕਾ, ਤੂੰ ਥੋੜਾ ਜਿਹਾ ਨਾ ਉਦੋਂ ਚਲੋ ਪਿੱਛੇ ਹਟ ਜਾਂਦਾ, ਜਿਹੜੇ ਪਹਿਲਾਂ ਦੇਦੇ ਸੀਗੇ ਕੁਛ ਪੈਸਾ ਤੇਰਾ ਬਚ ਜਾਂਦਾ, ਬਾਕੀ ਜਿੰਨੇ ਜੋਗਾ ਭਾਈ ਬਸ ਹੀ ਤੇਰੀ ਹੈਲਪ ਕਰਕੇ ਭਾਈ ਆਪਣੇ, ਹੁਣ ਵੀ ਮੈਂ ਸੁਣ ਕੇ ਹਟਿਆ ਵੀ ਅਸੀਂ ਇਹਦੀ ਹੈਲਪ ਕਰਕੇ ਰਾਜੀ ਹਾਂ ਕਾਕਾ, ਤੇਰੇ ਪੈਸੇ ਜਿੰਨਾ ਜੋ ਕਰਨਗੇ ਉਹ ਸਾਡਾ ਮੁੜਿਆ ਹੋ ਸਰ ਜਿੱਦਾਂ ਦੇਣਾ। ਆਵਾਜ਼ ਪਿੱਛੋਂ ਟੀਵੀ ਦੀ ਘਟਾ ਲਈ ਜਾਵੇ ਜੀ ਨਾਲ। ਨਹੀਂ ਜੀ ਮੇਰਾ ਟੀਵੀ ਬੰਦ ਹੁੰਦਾ ਵੀਰਾ, ਤੁਹਾਡੀ ਕਾਲ ਦੇ ਵਿੱਚ ਡਿਸਟਰਬੈਂਸ ਆ, ਜਾਂ ਤੁਸੀਂ ਦੁਬਾਰੇ ਕਾਲ ਕਰ ਲਿਓ ਜੀ। ਤੁਹਾਡੀ ਟੀਮ ਸਾਰੀ ਜਿੰਨਾ ਤੁਸੀਂ ਲੋਕਾਂ ਨੂੰ ਹੈਲਪ ਕਰਦੇ ਹੋ, ਸਾਡੇ ਤਾਂ ਖਜੋਨੀ ਗਿਰ ਫੁੱਟ ਚੁੰਮਦੇ ਨੇ, ਮੈਂ ਬੇਨਤੀ ਕਰਦਾ ਰਹਿਣਾ ਲੰਬੀ ਉਮਰ ਤੁਹਾਨੂੰ ਪਰਮਾਤਮਾ ਬਖਸ਼ੇ, ਇਸ ਤਰ੍ਹਾਂ ਸੇਵਾ ਕਰਦੇ ਰਹੋ, ਬਹੁਤ ਥੈਂਕ ਯੂ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਮੀਤ ਜੀ ਕੀ ਕਹਿਣਾ ਚਾਹੁੰਦੇ, ਕੀ ਸਿੱਖਿਆ ਲੋਕਾਂ ਤੋਂ? ਮੀਤ ਜੀ ਕੀ ਕਹਿਣਾ ਚਾਹੁੰਦੇ ਹੋ? ਇਹੀ ਗੱਲ ਕਹਿਣਾ ਚਾਹੁੰਦਾ ਵੀ ਮੇਰੀ ਜਦੋਂ ਮੈਨੂੰ ਸਾਰੇ ਸਾਲ ਤੋਂ ਪਤਾ ਲੱਗ ਗਈ ਵੀ ਆਹਲੇ ਸਾਲ ਦੀ ਕਿੰਨੇ ਕੀ ਟ੍ਰਾਂਜੈਕਸ਼ਨ ਬਣ ਰਹੀ ਆ ਡਾਲਰ ਦੀ। ਤੁਹਾਡੀ ਆਵਾਜ਼ ਸਾਫ਼ ਕਿਉਂ ਨਹੀਂ ਆ ਰਹੀ? ਉੱਚੀ ਬੋਲੋ ਬਈ। ਹੁਣ ਆ ਰਹੀ ਹੈ ਜੀ ਆਵਾਜ਼ ਸਾਫ਼? ਉੱਚੀ ਬੋਲੋ ਨਾ, ਤੁਹਾਨੂੰ ਤੁਸੀਂ ਵਿਕਟਮ ਹੋ, ਤੁਸੀਂ ਉੱਚੀ ਬੋਲੋ ਨਾ।
ਜਿੰਨਾ ਉੱਚੀ ਬੋਲੋਗੇ ਸਭ ਬੋਲੋਗੇ ਲੋਕਾਂ ਗੱਲ ਸਮਝੋਗੀ ਤੇ ਲੋਕ ਜਿਹੜੇ ਨੇ ਤੁਹਾਡੀ ਹਮਦਰਦੀ ਜਿਹੜੀ ਆ ਤੁਹਾਡੇ ਨਾਲ ਰਹੇਗੀ। ਜੇ ਮੈਂ ਇਹ ਟ੍ਰਾਂਜੈਕਸ਼ਨ ਨਾ ਕਰਦਾ ਨਾ ਜੀ ਤਾਂ ਮੈਨੂੰ ਇਹਦੇ ਵੱਲੋਂ ਕੋਈ ਵੀ ਪ੍ਰੂਫ ਨਹੀਂ ਸੀ ਮਿਲਣਾ। ਇਹ ਸਾਰਾ ਕੁਝ ਵਾਈਪ ਆਊਟ ਕਰ ਰਹੀ ਸੀ, ਨਾ ਹੀ ਇਹਦੀ ਮਾਂ ਤੱਕ ਮੇਰੀ ਪਹੁੰਚ ਹੋਣੀ ਸੀ ਉਹਦੇ ਨਾਲ ਜਿਹੜੀਆਂ ਗੱਲਾਂ ਹੋਈਆਂ ਉਹਦੇ ਫੋਨ ਤੇ ਸਾਰਾ ਕੁਝ। ਜਿਵੇਂ ਉਹ ਚੀਜ਼ ਨਾ ਕਰਦਾ, ਜਿਵੇਂ ਇਹਨੇ ਧੋਖੇ ਚ ਰੱਖਿਆ, ਇਹਨੇ ਆਪਦੇ ਆਪਣੀਆਂ ਗੱਲਾਂ ਚ ਲਿਆ, ਇਹਨੂੰ ਮੈਂ ਆਪਣੀਆਂ ਗੱਲਾਂ ਚ ਲੈ ਕੇ ਜਿਹੜੀ ਆ ਲਾਸਟ ਟ੍ਰਾਂਜੈਕਸ਼ਨ ਹੋਈ ਆ $5,000 ਦੀ, ਉਹ ਇਹਨੂੰ ਮੈਂ ਗੱਲਾਂ ਚ ਲੈ ਕੇ ਵੀ ਕੀਤੀ ਆ ਵੀ ਹਾਂ ਵੀ ਮੈਂ ਬਸ ਇਹਨੂੰ ਗੱਲਾਂ ਚ ਲਿਆ ਵੀ ਹਾਂ ਠੀਕ ਹੈ ਸਾਰਾ ਕੁਝ, ਇੱਥੋਂ ਗਲਤੀਆਂ ਹੋਈਆਂ ਚੱਲ ਕੋਈ ਨੀ ਕੋਈ ਸੱਚ ਦੱਸਦਾ। ਉਹ ਸਾਰਾ ਕੁਝ ਸੱਚ ਜਿਹੜੇ ਇਹਦੇ ਪੁਰਾਣੇ ਵੀ ਜ਼ਿੰਦਗੀ ਦੇ ਝੂਠ ਸੀਗੇ, ਉਹ ਸਾਰੀਆਂ ਚੀਜ਼ਾਂ ਕਢਾਉਣ ਦੇ ਲਈ ਮੈਨੂੰ ਉਹ ਚੀਜ਼ ਕਰਨੀ ਪਈ, ਨਹੀਂ ਹੋਰ ਕੋਈ ਮੇਰਾ ਉਹ ਨੀ ਸੀਗਾ ਪੈਸੇ ਪੁੱਛਣ ਵਾਲਾ। ਮੈਂ ਤੁਹਾਨੂੰ ਇਹ ਵੀ ਨੀ, ਮੈਂ ਇਹ ਕਹਿਣਾ ਵੀ ਕੱਲ ਨੂੰ ਉਹ ਜਵਾਕ ਦੀ ਜ਼ਿੰਦਗੀ ਵੀ ਆ ਉਹ ਵੀ ਬਰਬਾਦ ਹੋ ਜਾਣੀ ਆ, ਹਨਾ, ਕਿਉਂਕਿ ਉਹ ਇਹ ਲੋਕਾਂ ਦੀ ਪਰਵਰਿਸ਼ ਹੇਠ ਪਾਲਣਾ ਹੀ ਚਾਹੀਦਾ ਤੇ ਜਿਹੜੀ ਦੂਜੀ ਗੱਲ ਇਹ ਵੀ ਆ ਤੇ ਮੈਂ ਤਾਂ ਕਹਿੰਦਾ ਜੇ ਵਧੀਆ ਹੋਰ ਕੋਈ ਜਾਣਾ ਇਹਨਾਂ ਦੀਆਂ ਗੱਲਾਂ ਤੋਂ ਆਉਣ ਬਚ ਜੂ ਇਹੀ ਗੱਲ ਆ। ਆਪਣਾ ਤਾਂ ਜਿਹੜਾ ਕੁਛ ਹੋਣਾ ਸੀ ਆਪਣਾ ਤਾਂ ਹੋਈ ਗਿਆ, ਆਪਾਂ ਨੂੰ ਕੋਈ ਪੈਸੇ ਵਾਲਾ ਨੀ, ਆਪਾਂ ਤਾਂ ਇਹਨਾਂ ਦੇ ਲੀਗਲ ਕਾਰਵਾਈ ਜਿਹੜੀ ਤੁਸੀਂ ਕਹਿੰਦੇ ਹੁੰਦੀ ਆ ਤੋ ਮੈਂ ਉਹਦੇ ਹੱਥ ਜਾ ਮੈਂ ਕਰਾਉਣੀ ਚਾਹੁੰਦਾ ਵਾ ਜੋ ਵੀ ਆ ਮੇਰੇ ਕੋਲ ਟ੍ਰਾਂਜੈਕਸ਼ਨ ਆ, ਮੈਂ ਸਟੇਟਮੈਂਟਾਂ ਮੰਗਾ ਲੂੰਗਾ ਇੰਡੀਆ ਤੋਂ ਸਾਰਾ ਕੁਝ। ਨਹੀਂ ਪਰ ਮੈਨੂੰ ਇੱਕ ਚੀਜ਼ ਸਮਝ ਨਹੀਂ ਆ ਰਹੀ ਸਰ ਸਾਹਿਬ, ਧਿਆਨ ਦੇ ਥੋੜ੍ਹਾ ਜਿਹਾ ਕਿ ਤੁਸੀਂ ਇੰਨੇ ਲੱਖ ਰੁਪਈਆ ਦਵਾ ਕੇ ਹਾਲ ਤੱਕ ਵੀ ਤੁਸੀਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਮੈਂ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਸਬਕ ਸਿਖਾਉਣਾ ਚਾਹੁੰਦਾ ਤੇ ਮੈਂ ਆਪਣਾ ਪੈਸਾ ਲੈਣਾ ਚਾਹੁੰਦਾ, ਇਹ ਰੀਜ਼ਨ ਕੀ ਆ? ਕਾਨੂੰਨ ਪੈਸਾ ਸੁਣੋ ਜੀ, ਪੈਸਾ ਜਿੰਨੀ ਮੈਂ ਉਹਨੂੰ ਬਸ ਉਹਨੂੰ ਸਬਕ ਵੀ ਤੁਸੀਂ ਕਿਵੇਂ ਕਿਸੇ ਬੰਦੇ ਨੂੰ ਝੂਠ ਬੋਲੀ ਦਾ, ਪੈਸਾ ਜਦੋਂ ਆਪਾਂ ਲੀਗਲ ਜਾਵਾਂਗੇ ਪੈਸੇ ਦੀਆਂ ਗੱਲਾਂ ਵੀ ਹੋਣਗੀਆਂ, ਪੈਸੇ ਵੀ ਤਾਂ ਮਿਲਣਗੇ, ਪਰ ਮੈਨੂੰ ਪੈਸੇ ਨਾਲ ਇਹ ਚੀਜ਼ ਦਾ ਪੈਸਾ ਤਾਂ ਮੈਂ ਫੇਰ ਕਮਾ ਲੂੰਗਾ ਜ਼ਿੰਦਗੀ ਨਹੀਂ, ਹਨਾ, ਪੈਸੇ ਤਾਂ ਆਪਾਂ ਕਮਾ ਸਕਦੇ ਹਾਂ, ਪੈਸੇ ਦਾ ਮੈਨੂੰ ਕੋਈ ਚੀਜ਼ ਨਹੀਂ। ਮੈਨੂੰ ਇਹ ਚੀਜ਼ ਆ ਵੀ ਉਹਨਾਂ ਨੂੰ ਸਾਬਕ ਸਿਖਾਇਆ ਜਾਵੇ, ਉਹਨਾਂ ਨੂੰ ਜੇ ਵੀ ਕਿਸੇ ਹੋਰ ਬੰਦੇ ਦੀ ਕਿਸੇ ਭੋਲੇ ਭਾਲੇ ਬੰਦੇ ਦੀ ਜ਼ਿੰਦਗੀ ਨਾ ਖਰਾਬ ਹੋ। ਮੈਂ ਇਹ ਚੀਜ਼ ਨੂੰ ਪ੍ਰਾਇਓਰਟੀ ਦੇ ਰਿਹਾ ਵੀ ਹੋਰ ਕਿਸੇ ਬੰਦੇ ਦਾ ਇਨਸਾਨ ਦਾ ਦਿਲ ਦਾ ਟਾਈਮ ਨਾ ਖਰਾਬ ਹੋਵੇ, ਜਵਾਬ ਜ਼ਿੰਦਗੀ ਨਾ ਖਰਾਬ ਹੋ। ਜਿਹੜੀ ਤੇਰੀ ਸਵੀਟੀ ਆ ਇਹਨੇ ਪਹਿਲਾਂ ਜਿਸ ਮੁੰਡੇ ਨਾਲ ਪਿਆਰ ਕੀਤਾ ਉਹਨੇ ਆਸਟ੍ਰੇਲੀਆ ਜਾਣ ਵਾਸਤੇ ਫਾਰਸ਼ੋਰ ਫੀਸ ਲਈ ਹੋਣੀ ਆ, ਉਹਨਾਂ ਤੋਂ ਪੜ੍ਹਾਈ ਹੋਣੀ ਆ, ਫਿਰ ਉਹਨੇ ਸਪੋਂਸਰ ਕਰਨਾ ਸੀ ਮੁੰਡੇ ਨੂੰ ਤਾਂ ਮੁੰਡਾ ਸਪੋਂਸਰ ਨਹੀਂ ਕੀਤਾ, ਉਹ ਇੰਡੀਆ ਰਹਿ ਗਿਆ, ਠੀਕ ਹੈ, ਬਿਮਾਰ ਹੋ ਗਿਆ, ਡੈਥ ਹੋ ਗਈ ਉਹਦੀ। ਨਹੀਂ ਨਹੀਂ ਉਹਨੂੰ ਵੀਜ਼ਾ ਆਇਆ ਤੇ ਉਹਨੂੰ ਵੀਜ਼ਾ ਵੀ ਨਹੀਂ ਦਿੱਤਾ ਗਿਆ ਜੀ, ਵੀਜ਼ਾ ਨਹੀਂ ਦਿੱਤਾ ਗਿਆ ਉਹਨੂੰ। 2022 ਦਾ ਵੀਜ਼ਾ ਆਇਆ ਹੋਇਆ ਸੀ, ਉਹਨੂੰ ਵੀਜ਼ਾ ਤੱਕ ਨਹੀਂ ਦਿੱਤਾ ਗਿਆ, ਉਹਨੂੰ ਇਹੀ ਕਿਹਾ ਗਿਆ ਵੀ ਵੀਜ਼ਾ ਲੱਗਿਆ ਨਹੀਂ, ਪਹਿਲਾਂ ਉਹਦਾ ਵੀਜ਼ਾ ਲੱਗਿਆ ਕੈਂਸਲ ਕਰਾ ਦਿੱਤਾ ਜੀ। ਅੱਛਾ ਉਹ ਮੁੰਡਾ ਤੁਹਾਨੂੰ ਜਾਣਦਾ ਸੀ? ਨਹੀਂ ਮੈਨੂੰ ਨਹੀਂ ਜਾਣ ਬਈ, ਮੈਨੂੰ ਤਾਂ ਪਤਾ ਹੀ ਬਾਅਦ ਚ ਲੱਗਿਆ ਵੈਸੇ ਆਪਣੇ, ਮੈਨੂੰ ਤਾਂ ਗੱਲ ਹੀ ਆ ਪਿਛਲੇ ਸਾਲ। ਤੁਸੀਂ ਮੁੰਡਾ ਦੇਖਿਆ ਵੀ ਇੰਡੀਆ ਵਿੱਚ ਕੌਣ ਆ? ਮੈਂ ਤੁਸੀਂ ਮੁੰਡਾ ਦੇਖਿਆ ਉਹ ਕੌਣ ਆ? ਮੈਂ ਦੇਖਿਆ, ਹਾਂ ਦੇਖਿਆ ਦੇਖਿਆ ਜੀ, ਮੈਂ ਹੁਣ ਮੈਨੂੰ ਮਤਲਬ ਗੱਲਾਂ ਤੋਂ ਬਾਅਦ ਕਲੀਅਰ ਜਦੋਂ ਉਹਨੂੰ ਸਾਰਾ ਕੁਝ ਦੱਸਿਆ ਵੀ ਇਸ ਕਰਕੇ ਆ। ਸਿਸਰ ਮੇਰੇ ਨੇ ਵਾਇਕਲ ਸਾਫ ਆਂ ਦੀ ਮੁੰਡੇ ਦੇ ਕਾਰਨ ਕੀ ਆ? ਨੈਟਵਰਕ ਦਾ ਕਈ ਵਾਰੀ ਮਾੜਾ ਹੋ ਜਾਂਦਾ, ਸਾਫ ਹੋ ਗਈ ਜੀ ਹੁਣ ਦੁਬਾਰਾ। ਹਾਂ ਇਹਨੂੰ ਕੋਈ ਸਾਫ ਆਵਾਜ਼ ਦੇਣਾ, ਇਹਨੂੰ ਕੋਈ ਮਾਈਕ ਥੋੜਾ ਜਿਹਾ ਆਪਣੇ ਮੂੰਹ ਤੋਂ ਇੱਕ ਪਾਸ ਕਰ। ਤੁਹਾਡੇ ਤੋਂ ਕਿਹੜੀ ਐਸੀ ਗਲਤੀ ਹੋਈ ਆ ਜਿਹੜੀ ਤੁਸੀਂ ਖੁਦ ਐਡਮਿਟ ਕਰਨ ਤਿਆਰ ਹੋ ਕਿ ਜੀ ਮੈਂ ਆਹ ਨਾ ਕੰਮ ਕਰਦਾ ਤਾਂ ਹੋਣਾ ਨਹੀਂ ਸੀ? ਤੁਹਾਡੇ ਮਾਂ ਬਾਪ ਉਹ ਪਛਤਾਉਂਦੇ ਨੀਗੇ ਹੁਣ? ਇਹੀ ਬਹੁਤ ਵੱਡੀ ਗਲਤੀ ਹੋਈ ਵੀ ਇਹ ਮਾਵਾਂ ਧੀਆਂ ਦੇ, ਮੈਂ ਲੋਕਾਂ ਤੇ ਜਿਵੇਂ ਉਹਦਾ ਭਰਾ ਬਿਮਾਰ ਸੀ, ਮੈਂ ਸਿੰਪਤੀ, ਇਹਨਾਂ ਨੇ ਜਿਵੇਂ ਸਿੰਪਤੀ ਗੇਮ ਆ, ਮੈਂ ਉਹ ਸਿੰਪਤੀ ਗੇਮ ਚ ਆ ਗਿਆ, ਬਸ ਮੇਥੋਂ ਇਹੀ ਬਹੁਤ ਵੱਡੀ ਗਲਤੀ ਹੋਈ। ਹੋਰ ਮੈਨੂੰ ਸਾਰੀਆਂ ਚੀਜ਼ਾਂ ਜੋ ਵੀ ਮੇਰਾ ਟਾਈਮ ਖਰਾਬ ਹੋਇਆ ਸਾਰਾ ਕੁਛ ਹੋਇਆ ਜੋ ਵੀ ਚੀਜ਼ਾਂ, ਹਨਾ, ਉਹ ਚੀਜ਼ਾਂ ਲਈ ਕੋਈ ਉਹ ਮੈਨੂੰ ਉਹ ਚੀਜ਼ ਦਾ ਕੋਈ ਰਿਗਰੈਟ ਨਹੀਂ ਹੈਗਾ। ਬਹੁਤ ਵਧੀਆ ਪਰਮਾਤਮਾ ਨੇ, ਜੇ ਕੱਲ ਨੂੰ ਇਨ ਫਿਊਚਰ ਕੋਈ ਰਿਸ਼ਤਾ ਬਣ ਜਾਂਦਾ ਉਹ ਤੋਂ ਬਾਅਦ ਵੀ ਮੈਨੂੰ ਇਹ ਜਿਹਾ ਕੁਛ ਮਿਲਣਾ ਸੀ ਨਾ, ਪਰਮਾਤਮਾ ਨੇ ਮੈਨੂੰ ਬਚਾਤਾ, ਮੈਂ ਉਹਦਾ ਲੱਖ ਲੱਖ ਸ਼ੁਕਰਾਨਾ ਕਰਨਾ। ਬਸ ਗਲਤੀ ਮੇਥੋਂ ਇਹ ਹੋਈ ਵੀ ਜਦੋਂ ਆਪਾਂ ਨੂੰ ਕੋਈ ਸਿੰਪਤੀ ਗੇਮ ਖੇਡਦਾ ਵਾ, ਇਹ ਚੀਜ਼ ਇਹ ਆ ਵੀ ਜਦੋਂ ਤੁਹਾਨੂੰ ਕੋਈ ਸਿੰਪਤੀ, ਜਦੋਂ ਕੋਈ ਵਿਚਾਰਾ ਬਣਦਾ, ਚਾਹੇ ਕੋਈ ਮਾਂ ਵਾ, ਚਾਹੇ ਕੋਈ ਕੁੜੀ ਆ, ਕੋਈ ਕੁਛ ਵੀ ਆ, ਬਸ ਉਹਦੀ ਸਿੰਪਤੀ ਗੇਮ ਤੋਂ ਬਚੋ। ਬਸ ਇਹੀ ਚੀਜ਼ ਆ ਵੀ ਉਹ ਮੈਂ ਉਹ ਗੇਮ ਦੇ ਵਿੱਚ ਫਸ ਗਿਆ, ਇਹ ਗਲਤੀ ਮੈਂ ਆਪਦੀ ਮੰਨਦਾ, ਹੋਰ ਮੈਂ ਕਿਸੇ ਚੀਜ਼ ਦੀ ਗਲਤੀ ਨਹੀਂ। ਹੋਰ ਤਾਂ ਆਪਾਂ ਪਿਆਰ ਚ ਸੀਗੇ, ਆਪਾਂ ਅਗਲੇ ਦੀਆਂ ਗੱਲਾਂ ਚ ਸੀਗੇ, ਆਪਣਾ ਮਾਇੰਡ ਵਾਸ਼ ਸੀਗਾ, ਆਪਾਂ ਤਾਂ ਹੀ ਅਗਲੇ ਦੀ ਗੱਲ ਮੰਨਦੇ ਸੀ। ਜਿਹੜੀ ਗੱਲ ਆ ਮਿੱਤਰ ਜੀ, ਜ਼ਿੰਦਗੀ ਵਿੱਚ ਤੁਸੀਂ ਹੁਣ ਸ਼ਾਦੀ ਕਰਾਓਗੇ? ਹਾਂਜੀ, ਕਿਉਂ ਨਹੀਂ ਜੀ, ਕਰਾਉਣੀ ਆ। ਤੁਸੀਂ ਇਸ ਕੁੜੀ ਦੇ ਨਾਲ ਸ਼ਾਦੀ ਕਰਾਉਣੀ ਸੀ? ਹਾਂ, ਜੇ ਜਿਵੇਂ ਜਿਵੇਂ ਨੇ 2023 ਦੇ ਐਂਡ ਤੱਕ ਦੱਸਿਆ ਸੀ ਮੈਂ ਕਰਾਉਣੀ ਸੀ, ਪਰ 2023 ਦੇ ਐਂਡ ਚ ਇਹਦੇ ਸਾਰੇ ਸੱਚ ਸਾਹਮਣੇ ਆਉਣ ਲੱਗ ਗਏ, ਜਦੋਂ ਵਿਆਹ ਵਾਲਾ ਹੋਰ ਸਾਰੀਆਂ ਚੀਜ਼ਾਂ ਮੁੰਡਿਆਂ ਨਾਲ ਗੱਲਾਂ ਬਾਤਾਂ ਜਿਹੜੇ ਇਹਦੇ ਘਰੇ ਆਉਂਦੇ ਸੀਗੇ ਮੁੰਡੇ, ਉਹ ਸਾਰਾ ਕੁਛ, ਹਨਾ ਜੀ। ਉਦੋਂ ਬਾਅਦ ਫਿਰ ਮੈਂ ਪਿੱਛੇ ਹਟਦਾ ਹਟਦਾ ਹਟਦਾ
मां बाप नू मिली कदे नॉर्मल गल मुंडे ब्लड डोनेशन लुधियाने सिस्टम ब्लड देंगे मतलब इदा मतलब जो हेल्प करते ने मेनू याद है मुंडा यूनिवर्सिटी पीयू तो जाके रात में ब्लड दे के आया जी मैं कॉल की थी भाई लोड है ना ब्लड की वो दे के आया जी हॉस्पिटल जी ते ने मीता जी जिहड़े आपदी स्टोरी सानू दस रहे ने ते नाल दी नाल असीं तुहानू दसीए कि जेकर ट्रक दा लाइसेंस लैणा चाहुंदे हो तां ट्रांटो ट्रक ड्राइविंग स्कूल जिहड़ा तुहानू कैम्ब्रिज दे विच सेवावां दे रिहा सिर्फ $4,850 पे करके तुसीं जिहड़ा ट्रक दा लाइसेंस लै सकदे हो चाहे ऑटोमैटिक ट्रक चलाउणा चाहुंदे हो चाहे तुसीं मैनुअल ट्रक दा लाइसेंस लैणा चाहुंदे हो नाल दी नाल इहनां कोल नवें ड्राइवरां दे लई इक इंश्योरेंस प्लान भी है सो तुहानू डिस्काउंटड प्राइस ते नवें ड्राइवर दी इंश्योरेंस भी मिल जाणी है जी टोरंटो ट्रक ड्राइविंग स्कूल का नंबर दस दिए तो 519-983-7500 तो कॉल कर लो सिर्फ ही $4,850 दे विच तुसी ट्रक का लाइसेंस लै सकोगे पंजाब तो बहुत जल्दी असी नंदर घगियानवी जी नाल गलबात करांगे मिनट 20 बचे जी अपने कोल और जैप फिलहाल जेडे कि ब्रैम्पटन ईस्टर्न नॉमीनेशन की चोन मैदान में ने कंजरवेटिव पार्टी के कैंडिडेट ने और होर भी कैंडिडेट ने ਤੁਸੀਂ ਬ੍ਰੈਂਪਟਨ ਈਸਟ ਵਸਨੀਕ ਹੋ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲਾ ਭਵਿੱਖ ਤੁਹਾਡੇ ਕੈਂਡਲ ਵਧੀਆ ਹੋਵੇ ਤਾਂ 2025 ਦੇ ਵਿੱਚ ਫੈਡਰਲ ਚੋਣਾਂ ਹੋ ਰਹੀਆਂ ਨੇ ਉਹਦੇ ਵਾਸਤੇ ਹਰ ਪਾਰਟੀ ਚੰਗਾ ਉਮੀਦਵਾਰ ਉਹਨੂੰ ਪਤਾ ਕਿ ਸਾਡੀ ਲੜਕੀ ਨੇ ਮੁੰਡੇ ਤੋਂ 30-32 ਲੱਖ ਰੁਪਈਆ ਉਹ ਮੰਗਾਇਆ ਟ੍ਰਾਂਜੈਕਸ਼ਨ ਕਰਾਈ ਆ ਨਹੀਂ ਦੱਸਿਆ ਪਤਾ ਹੋਣਾ ਵੱਖਰੀ ਗੱਲ ਹੈ मुताबिक सामने गल हुई है तुसी दस्या कि तुहाडी लड़की मैनूं पैसे मंगा रही है पहला नहीं सी पता पता सी पर उन्होंने दस्या नहीं गल गोलमो रखी है मात्रा के दाल जिहड़ी है वह काली सी सो इट मीनस कि एक फ्रॉड साडे नाल होया हो सकता कुछ होर लोग भी हो जिन्होंने मामा तिया ने फ्रॉड किया होना कोठी मकान वगैरह वेख्या कि बने हो मतलब लोग खून पसीने की कमाई जी जी लगी हुई है एसी लगे हुए है ठंडी हवा देंगे गर्म देंगे आप आराम कर दया ठंडी हवा दिंदे आ गर्म भी दिंदे आ इहदा मतलब कि सारे हराम दी कमाई लाई हुई है घर विच गड्डी रेंजर रखी होनी है ड्राइवर होणगे नौकर होणगे पहरावा केहो जिहा आ पजामा पा लेना पहरावा जिहड़ा इनविटेशन देने वाला पाउंदी आ
मैनूं अफसोस है आपां स्टोरी नूं पॉज़ करदे आ मैं लोकल पुलिस नाल भी गलबात करांगा मैनूं दस्सिया कि थाणा किहड़ा आ और इन्हां दा डिस्ट्रिक्ट मैं गलबात करांगा चोर है तीजा बंदा जो कि इन्हां तों सारे काम करा जो डराउंदा धमकाउंदा आ पुलिस वाल बनदा आ उहदे नाल असीं पर्दा फाश करांगे तां उहनूं अंदर करावांगे कि इह अगर तुहानूं इह दस्सी कि असीं साडे पॉलिटिशियन साडे ਕਰਦੇ ਨੇ ਅਸਲ ਚੁਕਾ ਦੇਵਾਂਗੇ ਅਸਲ ਮਰਾ ਦੇਵਾਂਗੇ ਇਹੋ ਜਿਹੀ ਗੱਲਾਂ ਵੀ ਕਰਦੇ ਆ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਜੀ ਉਹਦੇ ਨੰਬਰ ਤੋਂ ਮੈਸੇਜ ਆਇਆ ਕਿ ਮੈਂ ਤੁਹਾਨੂੰ ਪੜ੍ਹ ਕੇ ਹੀ ਦੱਸਦਾ ਇੱਕ ਮਿੰਟ ਹਾਂ ਗੋਹੀ ਵੈਰੀਫਾਈ ਹੋ ਹੀ ਜਾਣਾ ਨੰਬਰ ਉਹ ਵੈਰੀਫਾਈ ਹੋ ਜਾਣਾ ਨੰਬਰ ਹਨਾ ਜੀ ਕਿਉਂਕਿ ਇਹਦੀ ਆਈਡੀ ਤੇ ਉਹ ਹਨਾ ਇਹਨੂੰ ਜਲਦੀ ਜਲਦੀ ਕਰੋ ਜਿਹੜਾ ਬੰਦਾ ਫੋਨ ਕਰਦਾ ਕੀ ਕਹਿੰਦਾ ਕਿ ਮੈਂ ਪੋਲੀਟੀਸ਼ੀਅਨ ਦਾ ਯਾਰ ਹਾਂ ਤੁਸੀਂ ਨਾ ਇਹਦੇ ਨਾ ਇਹਦੇ ਫੋਨ ਤੋਂ ਮੈਨੂੰ ਮੈਸੇਜ ਪਤਾ ਕੀ ਆਇਆ ਜੀ ਮੰਡੇ 8:28 ਤੇ ਜੋ ਕਰ ਮੈਂ ਕਰ ਲਾ ਕੁੱਤਿਆ ਤੂੰ ਹਰਾਮ ਜਾ ਰਿਹਾ ਕੁਝ ਨੀ ਵਿਗਾੜ ਸਕਦਾ ਤੂੰ ਮੇਰਾ ਨਾ ਡਾਕੇ ਵਾਲਿਆਂ ਤੋਂ ਕਰ ਹੋਇਆ ਨਾ ਤੂੰ ਕਰ ਸਕਦਾ ਤੂੰ ਮੇਰਾ ਕੁਝ ਨੀ ਵਿਗਾੜ ਸਕਦਾ ਜਿਹੜਾ ਵੀ ਇਹਦੇ ਹਸਬੈਂਡ ਦਾ ਭਰਾ ਵਾ ਜਗਵਿੰਦਰ ਉਹਦੇ ਬਾਰੇ ਵੀ ਇਹਨੇ ਲਿਖ ਕੇ ਭੇਜਿਆ ਕਿਸੇ ਕੁੱਤੇ ਜਗਵਿੰਦਰ ਵਿੱਚੇ ਤੇਰਾ ਮੈਨੂੰ ਕੋਈ ਫਰਕ ਨਹੀਂ ਦੇਖ ਲੂ ਮੈਂ ਫਿਰ ਇਹਨੂੰ ਲਿਖ ਕੇ ਭੇਜਿਆ ਕੋਈ ਨੀ ਦੱਸੂ ਪਤਾ ਤੈਨੂੰ ਤੇਰੇ ਜਿਹਨਾਂ ਕੋਲ ਰਹਿੰਦੀ ਆ ਉਹਨਾਂ ਦਾ ਵੀ ਨਾਂ ਲੈ ਕੇ ਜਦੋਂ ਚੈਟ ਚ ਆਏ ਕਹਿੰਦੀ ਜੀ ਨਾ ਦੱਸ ਉਹਨਾਂ ਨੂੰ ਵੀ ਮੇਰੀ ਮਿੱਟੀ ਟੁੱਟੀ ਜਾਊਗੀ ਮੈਨੂੰ ਕੱਢ ਦੇਣਗੇ ਘਰੋਂ ਤੇਰੇ ਮੈਂ ਕਿਹਾ ਕੋਈ ਨੀ ਵੀ ਮੈਂ ਤਾਂ ਸਾਰਿਆਂ ਨੂੰ ਜੱਗ ਜਾਹਰ ਕਰੂੰਗਾ ਕਹਿੰਦੀ ਮਨਦੀਪ ਜਸਵੀਰ ਦਾ ਠੇਕਾ ਨਹੀਂ ਲਿੱਤਾ ਜਿਹਨੂੰ ਦੱਸਣਾ ਦੱਸ ਫਿਰ ਮੈਨੂੰ ਮੈਸੇਜ ਲਿਖ ਕੇ ਭੇਜਿਆ ਮੈਂ ਕਿਹਾ ਅੱਜ ਸਭ ਨੂੰ ਤੇਰਾ ਰੀਅਲ ਫੇਸ ਦਿਖਾਊਂਗਾ ਜਿਹੜਾ ਤੇਰਾ ਜੋ ਸੱਚ ਤੂੰ ਜੋ ਕੀਤਾ ਹਰ ਇੱਕ ਇਨਸਾਨ ਨੂੰ ਦੱਸੂ शब्दावली वरती आ आप जी दे लई समझ आईदी कि मेरे मुंडे वर्ग आया 50 साल की मैं हाँ तो एदा असी एदी तस्वीर लावांगे पुलिस नूं असी इनफॉर्म करांगे ये डराउंदी कि मैनूं पॉलिटिशियन बोलो और इंतजार करो और इन्हां दे वास्ते जेल जाने लई इन्हां नूं कपड़े सिलाई करा लैन धन्नवाद उबासी साहब मैनूं दस्सिओ ਤੇ ਜਿਹੜੇ ਇਹਨਾਂ ਨੇ ਹੋਰ ਵੀ ਫਰੋਡਲੈਂਟ ਡਾਕੂਮੈਂਟਸ ਲਾਏ ਨੇ ਡੋਨਟ ਵਰੀ ਸੀ ਫਾਈਂਡ ਆਊਟ ਕਰਾਂਗੇ ਇਹਦੇ ਉੱਪਰ ਪਰਚੇ ਪਹਿਲਾਂ ਕਿੰਨੇ ਨੇ ਅੱਛਾ ਇਹ ਤੁਹਾਨੂੰ ਕਹਿ ਰਹੀ ਹੈ ਕਿ ਮੈਨੂੰ ਪੋਲੀਟੀਸ਼ੀਅਨ ਜਾਣਦੇ ਆ ਪੋਲੀਟੀਸ਼ੀਅਨ ਜਾਣਦੇ ਤਾਂ ਹੂ ਕੇਅਰ ਹਾਂਜੀ ਜਿਹੜੇ ਪੋਲੀਟੀਸ਼ੀਅਨ ਜਾਣਦੇ ਆ ਤੇ ਵੀ ਪੋਲੀਟੀਸ਼ੀਅਨ ਜਿਹੜੇ ਆ ਪੋਲੀਟੀਸ਼ੀਅਨ ਦਾ ਕੰਮ ਨਹੀਂ ਹੈ ਕਿ ਗਲਤ ਲੋਕਾਂ ਦਾ ਸਾਥ ਦੇਣਾ ਔਰ ਭਗਵੰਤ ਮਾਨ ਜੀ ਦੇ ਕੋਲ ਤੁਸੀਂ ਜਾਓਗੇ ਔਰ ਤੁਹਾਨੂੰ ਇਨਸਾਫ਼ ਮਿਲੇਗਾ ਔਰ ਮੈਂ ਉਹਨਾਂ ਨੂੰ ਆਪ ਮਿਲ ਕੇ ਆਇਆ ਔਰ ਕਿੰਨੇ ਲੋਕ ਲਾਈਨਾਂ ਵਿੱਚ ਖੜੇ ਸੀ ਜਿਹਨਾਂ ਨੂੰ ਇਨਸਾਫ਼ ਦੀ ਲੋੜ ਸੀ ਤਾਂ ਇਨਸਾਫ਼ ਦਿੱਤਾ ਮਿੰਟਾਂ ਸਕਿੰਟਾਂ ਵਿੱਚ ਤੇ ਕੁਝ ਐਸੇ ਪੋਲੀਟੀਸ਼ੀਅਨ ਦਾ ਵੀ ਨਾਂ ਲਿਆ ਗਿਆ ਸੀ ਉੱਥੇ ਕਿ ਆਹ ਸਾਨੂੰ ਤੰਗ ਕਰਦੇ ਆ ਤੇ ਪੰਜਾਬ ਦੇ ਸੀਐਮ ਸਾਹਿਬ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਅੱਜ ਤੋਂ ਬਾਅਦ ਅਗਰ ਤੁਸੀਂ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕੀਤੀ ਤਾਂ ਮੈਂ ਤੁਹਾਨੂੰ ਚੁੱਕ ਕੇ ਤੁਹਾਨੂੰ ਵੀ ਅੰਦਰ ਦੇ ਦੂੰਗਾ ਸੋ ਭਗਵੰਤ ਮਾਨ ਕਿਸੇ ਨੂੰ ਬਖਸ਼ਦੇ ਨਹੀਂਗੇ ਮੈਂ ਉਹਨਾਂ ਨੂੰ ਸਲਾਮ ਕਰਦਾ ਇਸ ਗੱਲੋਂ ਕਿਉਂਕਿ ਵੈਰੀ ਸਟੇਟ ਫਾਰਵਰਡ ਨੇ ਸਿੰਪਲ ਡਰੈਸ ਵਿੱਚ ਨੇ ਉਹ ਚਾਹੁੰਦੇ ਨੇ ਕਿ ਲੋਕਾਂ ਨੂੰ ਇਨਸਾਫ਼ ਮਿਲੇ ਜਿਸ ਕੁਰਸੀ 'ਤੇ ਬੈਠਾ ਹਾਂ ਇਨਸਾਫ਼ ਦੇਣ ਲਈ ਬੈਠਾ ਹਾਂ ਨਾ ਕਿ ਮੈਂ ਕਿਸੇ ਵਿਅਕਤੀ ਦੇ ਵਾਸਤੇ ਬੈਠਾ ਹਾਂ ਮੇਰੇ ਵਾਸਤੇ ਸਾਰੇ ਲੋਕ ਇੱਕੋ ਜਿਹੇ ਨੇ
ਤੇ ਮੈਨੂੰ ਜਿਹੜਾ ਕਿ ਬਹੁਤ ਚੰਗਾ ਲੱਗਾ ਭਗਵੰਤ ਮਾਨ ਜੀ ਆਈ ਸਲੂਟ ਯੂ ਯੂ ਆਰ ਦੀ ਬੈਸਟ ਨਥਿੰਗ ਰੈਸਟ ਸੋ ਇਹੋ ਜਿਹੇ ਲੋਕਾਂ ਨੂੰ ਅੰਦਰ ਲੈਣਾ ਚਾਹੀਦਾ ਆ ਚਾਹੇ ਮੰਤਰੀ ਹੈ ਚਾਹੇ ਸੰਤਰੀ ਹੈ ਮੈਂ ਮੰਨਦਾ ਕਿ ਕੁਝ ਐਸੇ ਮੰਤਰੀ ਜਾਂ ਐਸੇ ਸੰਤਰੀ ਨੇ ਜੋ ਕਿ ਪਾਰਟੀ ਨੂੰ ਬਦਨਾਮ ਕਰਦੇ ਨੇ ਇੱਕ ਐਸੀ ਫੀਮੇਲ ਐਮ ਐਲ ਏ ਆ ਜੋ ਲੋਕਾਂ ਨੂੰ ਡਿਸਟਰਬ ਕਰਦੀ ਆ